ਤੂੰ ਠਾਕੁਰੂ ਬੈਰਾਗ ਗੁਰੂ ਮੈਂ ਜੇਹੀ ਕਣ ਚੇਰੀ ਰਾਮ ਤੂੰ ਸਾਗੁਰੂ ਰਤਨਾਗੁਰੂ ਹਉ ਸਾਰ ਨ ਜਾਣਾ ਤੇਰੀ ਰਾਮ ਸਾਰ ਨ ਜਾਣਾ ਤੂੰ ਵਡਦਾਣਾ ਕਰ ਮਿਹਰਮਤ ਸਾਈ ਕਿਰਪਾ ਕੀ ਜੈ ਸਾ ਮਤ ਦੀ ਜੈ ਆਠ ਪਹਿਰ ਤੁਧ ਤਿਹਾਈ ਤੂੰ ਸੁਲਤਾਨ ਕਹਾਂ ਹਉ ਮੀਆਂ ਤੇਰੀ ਕਵਨ ਵਡਾਈ ਜੋ ਤੂੰ ਦੇਹੇ ਸੋ ਕਹਾਂ ਸੁਆਮੀ ਮੈਂ ਮੂਰਖ ਕਹਿਣ ਨਾ ਜਾਈ ਤੁਧ ਆਗੈ ਅਰਦਾਸ ਹਮਾਰੀ ਜੀਉ ਪਿੰਡ ਸਭ ਤੇਰਾ ਕਹੁ ਨਾਨਕ ਸਭ ਤੇਰੀ ਵਡਿਆਈ ਕੋਈ ਨਾਉ ਨਾ ਜਾਣੈ ਮੇਰਾ ਕਹੁ ਨਾਨਕ ਸਭ ਤੇਰੀ ਵਡਿਆਈ ਕੋਈ ਨਾਉ ਨਾ ਜਾਣੈ ਮੇਰਾ ਸਰਬ ਕਲਾ ਸਮਰੱਥ ਜੁਗੋ ਜੁਗ ਅਟਲ ਬਾਣੀ ਦੇ ਬੋਹਿਤ ਸਤਿਗੁਰੂ ਬ੍ਰਹਮ ਗਿਆਨ ਦੇ ਸਾਗਰ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਵਿੱਚ ਸੁਭਾਇਮਾਨ ਪੰਥ ਖਾਲਸਾ ਜੀ ਦੇ ਸਾਜਣਾ ਦਿਵਸ ਨੂੰ ਸਮਰਪਿਤ ਚੱਲ ਰਹੇ ਸਮਾਗਮਾਂ ਦੇ ਵਿੱਚ ਹਾਜ਼ਰੀ ਭਰ ਕੇ ਗੁਰਬਾਣੀ ਕੀਰਤਨ ਸਰਵਣ ਕਰਦਿਆਂ ਪਰਮ ਪਿਤਾ ਵਾਹਿਗੁਰੂ ਜੀ ਦੇ ਪਿਆਰ ਵਿੱਚ ਜੁੜ ਬੈਠੇ ਗੁਰੂ ਸਵਾਰੇ ਸਤਸੰਗੀ ਜਨੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਤਿਗੁਰੂ ਜੀ ਦੇ ਹਜ਼ੂਰੀ ਕੀਰਤਨੀਆਂ ਨੇ ਬੜੇ ਪਿਆਰ ਦੇ ਨਾਲ ਗੁਰਬਾਣੀ ਦਾ ਕੀਰਤਨ ਆਪ ਜੀ ਨੂੰ ਸਰਵਣ ਕਰਾਇਆ ਹੈ ਜਿਵੇਂ ਦਾਸ ਨੂੰ ਹੁਕਮ ਹੋਇਆ ਹੈ। ਪਾਵਨ ਮੁੱਖ ਵਾਕ ਗੁਰੂ ਨਾਨਕ ਸਾਹਿਬ ਜੀ ਦਾ ਉਚਾਰਨ ਕੀਤਾ ਹੋਇਆ ਬਸੰਤ ਹਿੰਡੋਲ ਰਾਗ ਵਿੱਚ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਅੰਕਿਤ ਹੈ ਕਿ ਸਾਲ ਗ੍ਰਾਮ ਬਿਪ ਪੂਜ ਮਿਨਾਵੋ ਸ਼ੁਕਰ ਤੁਲਸੀ ਮਾਲਾ ਰਾਮ ਨਾਮ ਜਾ ਬੇੜਾ ਬੰਧੋ ਦਇਆ ਕਰੋ ਦਿਆਲਾ ਕਾਹੇ ਕਲਰਾ ਸਿੰਚੋ ਜਨਮ ਗਵਾਵੋ ਕਾਚੀ ਟਹਿਕ ਦੀਵਾਰ ਕਾਹੇ ਗੱਚ ਲਾਵੋ ਰਹਾਓ ਕਰ ਹਰਟ ਤਨ ਮਾਲ ਪੁਰੋਵੋ ਤਿਸ ਭੀਤਰ ਮਨ ਜੋਵੋ ਅੰਮ੍ਰਿਤ ਸਿੰਚੋ ਭਰੋ ਕਿਆਰੇ ਤਉ ਮਾਲੀ ਕੇ ਹੋਵੋ ਕਾਮ ਕ੍ਰੋਧ ਦੇ ਕਰੋ ਬਸੋਲੇ ਗੋਡੋ ਧਰਤੀ ਪਾਈ। ਸਾਹਿਬ ਜੀ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਇਹ ਮੁੱਖ ਵਾਕ ਬਨਾਰਸ ਦੀ ਧਰਤੀ 'ਤੇ ਇੱਕ ਪੰਡਿਤ ਨੂੰ ਸੰਬੋਧਨ ਕਰਦਿਆਂ ਉਚਾਰਨ ਕੀਤਾ ਹੋਇਆ ਹੈ। ਸਤਿਗੁਰੂ ਜੀ ਨੇ ਦੋ ਤਿੰਨ ਬੜੇ ਸੋਹਣੇ ਉਦਾਹਰਣਾਂ ਵਰਤ ਕੇ ਬਿੰਬ ਵਰਤ ਕੇ ਧਾਰਮਿਕ ਮਨੁੱਖ ਨੂੰ ਸਮਝਾਉਣ ਦਾ ਯਤਨ ਕੀਤਾ ਹੈ। ਮਨੁੱਖ ਦੇ ਜੀਵਨ ਦੇ ਤਿੰਨ ਲੈਵਲ ਨੇ, ਇੱਕ ਸਾਡਾ ਸਮਾਜਿਕ ਜੀਵਨ ਹੈ, ਇੱਕ ਸਾਡਾ ਸਰੀਰਕ ਜੀਵਨ ਹੈ, ਇੱਕ ਸਾਡਾ ਆਤਮਿਕ ਜੀਵਨ ਹੈ। ਸਮਾਜਿਕ ਤੌਰ 'ਤੇ ਅਸੀਂ ਖੁਸ਼ਹਾਲ ਹੋਵਾਂਗੇ ਜਦੋਂ ਅਸੀਂ ਕਿਰਤ ਕਰਾਂਗੇ, ਸਾਡੇ ਕੋਲ ਚਾਰ ਪੈਸੇ ਹੋਣਗੇ, ਸੋਹਣਾ ਘਰ ਹੋਵੇਗਾ, ਅਸੀਂ ਸਮਾਜਿਕ ਤੌਰ 'ਤੇ ਯਕੀਨਨ ਖੁਸ਼ਹਾਲ ਹੋਵਾਂਗੇ। ਸਰੀਰਕ ਤੌਰ 'ਤੇ ਅਸੀਂ ਉਦੋਂ ਤੰਦਰੁਸਤ ਹੋਵਾਂਗੇ ਜਦੋਂ ਚੰਗੀ ਖੁਰਾਕ ਹੋਏਗੀ, ਸਰੀਰ ਦੀ ਅਸੀਂ ਚੰਗੀ ਸੰਭਾਲ ਕਰਾਂਗੇ। ਲੇਕਿਨ ਆਤਮਿਕ ਤੌਰ 'ਤੇ ਖੁਸ਼ਹਾਲ ਹੋਣ ਦੇ ਲਈ ਸਾਨੂੰ ਅੰਮ੍ਰਿਤ ਦੀ ਲੋੜ ਹੈ, ਰੱਬੀ ਗੁਣਾਂ ਦੀ ਲੋੜ ਹੈ। ਧਰਮ ਜਿਹੜਾ ਇਹ ਮਨੁੱਖ ਨੂੰ ਆਤਮਿਕ ਜੀਵਨ ਪ੍ਰਦਾਨ ਕਰਦਾ ਹੈ। ਜਦੋਂ ਅਸੀਂ ਧਰਮ ਦੀ ਦੁਨੀਆ ਅੰਦਰ ਨਜ਼ਰ ਮਾਰਦੇ ਹਾਂ, ਧਰਮ ਦਾ ਜੋ ਮਕਸਦ ਸੀ ਮਨੁੱਖ ਉਸ ਨੂੰ ਨਾ ਸਮਝ ਕੇ ਕੇਵਲ ਦਿਖਾਵੇ ਨੂੰ ਧਰਮ ਸਮਝਣ ਲੱਗ ਪਿਆ। ਧਰਮ ਦੀ ਦੁਨੀਆ ਅੰਦਰ ਧਾਰਮਿਕ ਚਿੰਨ੍ਹਾਂ ਨੂੰ ਹੀ ਧਰਮ ਸਮਝਣਾ ਸ਼ੁਰੂ ਕਰ ਦਿੱਤਾ ਗਿਆ। ਔਰ ਗੁਰੂ ਸਾਹਿਬ ਜੀ ਨੇ ਗੁਰਬਾਣੀ ਵਿੱਚ ਥਾਂ ਥਾਂ 'ਤੇ ਸਾਨੂੰ ਇਹ ਸੇਧ ਦਿੱਤੀ ਹੈ, ਕਿਉਂਕਿ ਆਪਾਂ ਪੰਥ ਖਾਲਸਾ ਜੀ ਦੇ ਸਾਜਣ ਦਿਵਸ ਨੂੰ ਸਮਰਪਣ ਸਮਾਗਮ ਵਿੱਚ ਜੁੜੇ ਬੈਠੇ ਹਾਂ। ਗੁਰੂ ਸਾਹਿਬ ਜੀ ਦਾ ਇੱਕ ਮਕਸਦ ਸੀ ਇੱਕ ਸ਼ਖਸੀਅਤ ਤਿਆਰ ਕਰਨਾ, ਇੱਕ ਇਹੋ ਜਿਹੇ ਮਨੁੱਖ ਦੀ ਸਾਜਣਾ ਕਰਨਾ ਜੋ ਮਨੁੱਖ ਵਾਹਿਗੁਰੂ ਜੀ ਦੇ ਗੁਣ ਗਾਉਂਦਾ ਗਾਉਂਦਾ ਪਰਮਾਤਮਾ ਦਾ ਰੂਹ ਬਣ ਜਾਂਦਾ। ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਜਿਸ ਖਾਲਸੇ ਦੀ ਸਿਰਜਣਾ ਕੀਤੀ ਸੀ, ਉਸ ਦੀ ਤਾਰੀਫ ਕਰਦਿਆਂ, ਉਸ ਦੀ ਵਡਿਆਈ ਕਰਦਿਆਂ ਇੱਕ ਬਚਨ ਕਿਹਾ ਸੀ ਕਿ ਆਤਮ ਰਸ ਜੇ ਜਾਨ ਹੀ ਸੋ ਹੈ ਖਾਲਸ ਦੇਵ ਮੁਝ ਮੈਂ ਪ੍ਰਭ ਮੈਂ ਤਾਸ ਮੈਂ ਰੰਚਕ ਨਾਹੀਂ ਭੇਦ।
ਜਦੋਂ ਕੋ ਆਤਮ ਰਸ ਨੂੰ ਮਾਣ ਲੈਂਦਾ, ਗੁਰਦੇਵ ਕਹਿੰਦੇ ਉਹਦੇ ਵਿੱਚ ਅਤੇ ਪਰਮਾਤਮਾ ਵਿੱਚ ਰਤੀ ਜਿੰਨਾ ਕੋ ਅੰਤਰ ਨਹੀਂ ਰਹਿ ਜਾਂਦਾ। ਜਦ ਆਪਾਂ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਬਾਣੀ ਪੜ੍ਹਦੇ ਹਾਂ, ਸਤਿਗੁਰੂ ਜੀ ਕਹਿੰਦੇ ਕਿ ਇਹ ਮਨੁੱਖ ਰਾਮ ਕੀ ਅੰਸ਼ ਹੈ, ਕਹੋ ਕਬੀਰ ਇਹ ਰਾਮ ਕੀ ਅੰਸ਼, ਇਹ ਮਨੁੱਖ ਰਾਮ ਕੀ ਅੰਸ਼ ਹੈ। ਪਰ ਮਨੁੱਖ ਦੇ ਉੱਪਰ ਮਾਇਆ ਦਾ, ਦੁਨੀਆਂ ਦਾ ਇੰਨਾ ਪ੍ਰਭਾਵ ਪੈ ਗਿਆ ਕਿ ਮਨੁੱਖ ਆਪਣੇ ਅਸਲੀ ਸੁਭਾਵ ਨੂੰ, ਆਪਣੇ ਅਸਲੀ ਰੂਪ ਨੂੰ ਭੁੱਲ ਬੈਠਾ। ਸਤਿਪੁਰਖਾਂ ਨੇ ਸਾਨੂੰ ਧਰਮ ਦੇ ਨਾਲ ਜੋੜਿਆ, ਰੱਬੀ ਗੁਣਾਂ ਦੇ ਨਾਲ ਜੋੜਿਆ, ਭਗਤੀ ਕਰਨ ਦਾ ਮਾਰਗ ਦੱਸਿਆ ਕਿ ਮਨੁੱਖ ਵਾਹਿਗੁਰੂ ਜੀ ਦੇ ਗੁਣ ਗਾਉਂਦਾ ਗਾਉਂਦਾ ਹੋਇਆ ਉਸ ਆਤਮਿਕ ਜੀਵਨ ਨੂੰ ਮਾਣ ਸਕੇ। ਆਪਾਂ ਦੇਖਦੇ ਹਾਂ ਜੇ ਅਸੀਂ ਕੋਈ ਖੁਰਾਕ ਖਾਣੀ ਹੈ ਨਾ, ਕਦੀ ਨਕਲੀ ਖੁਰਾਕ ਖਾ ਕੇ ਆਪਾਂ ਸਰੀਰਕ ਤੌਰ 'ਤੇ ਤੰਦਰੁਸਤ ਨਹੀਂ ਰਹਿ ਸਕਦੇ। ਅਸੀਂ ਕਹਿੰਦੇ ਉਹ ਖੁਰਾਕ ਸ਼ੁੱਧ ਹੋਣੀ ਚਾਹੀਦੀ ਹੈ, ਉਹ ਖੁਰਾਕ ਸਰੀਰ ਦੇ ਲਈ ਪੌਸ਼ਟਿਕ ਹੋਣੀ ਚਾਹੀਦੀ ਹੈ। ਅਸੀਂ ਆਰਥਿਕ ਤੌਰ 'ਤੇ ਖੁਸ਼ਹਾਲ ਹੋਣਾ, ਨਕਲੀ ਨੋਟਾਂ ਨਾਲ ਕਦੀ ਖੁਸ਼ਹਾਲੀ ਨਹੀਂ ਮਿਲ ਸਕਦੀ, ਉਹਦੇ ਲਈ ਅਸਲੀ ਕਰੰਸੀ ਚਾਹੀਦੀ ਹੈ ਨਾ। ਬਾਜ਼ਾਰ ਦੇ ਵਿੱਚ ਨਕਲੀ ਨੋਟ ਕਦੀ ਨਹੀਂ ਚੱਲਣਗੇ। ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਦਾ ਜੀਵਨ ਇਤਿਹਾਸ ਪੜ੍ਹੀਏ, ਬੜੀਆਂ ਪਿਆਰੀਆਂ ਗਾਥਾਵਾਂ ਆਉਂਦੀਆਂ ਨੇ ਜੋ ਧਰਮ ਦੀ ਦੁਨੀਆਂ ਅੰਦਰ ਅਡੰਬਰ, ਧਰਮ ਦੀ ਦੁਨੀਆਂ ਅੰਦਰ ਜੋ ਪਖੰਡ ਪ੍ਰਚਲਿਤ ਹੋ ਜਾਂਦਾ, ਕੇਵਲ ਬਾਹਰਲੇ ਚਿੰਨ੍ਹਾਂ ਨੂੰ ਹੀ ਮਨੁੱਖ ਜਦੋਂ ਧਰਮ ਸਮਝਣ ਲੱਗ ਪੈਂਦਾ। ਇਤਿਹਾਸ ਕਹਿੰਦਾ ਸਤਿਗੁਰੂ ਜੀ ਬੈਠੇ ਨੇ ਬਹਾਦਰ ਸਾਹਿਬ ਸਤਿਗੁਰੂ ਜੀ ਦੇ ਕੋਲ ਹੈ। ਬਹਾਦਰ ਸਾਹਿਬ ਨੇ ਸਤਿਗੁਰੂ ਜੀ 'ਤੇ ਇੱਕ ਸਵਾਲ ਕੀਤਾ ਕਿ ਸਤਿਗੁਰੂ ਜੀ ਸਾਡਾ ਧਰਮ ਬੜਾ ਮਹਾਨ ਹੈ, ਸਾਡਾ ਧਰਮ ਬੜਾ ਉੱਚਾ ਹੈ। ਗੁਰੂ ਕਲਗੀਧਰ ਪਾਤਸ਼ਾਹ ਜੀ ਨੇ ਇਤਿਹਾਸ ਕਹਿੰਦੇ ਆਪਣੇ ਕੋਲੋਂ ਇੱਕ ਸਿੱਕਾ ਦਿੱਤਾ, ਕਿਸੇ ਵਿਅਕਤੀ ਨੂੰ ਬਾਜ਼ਾਰ 'ਚ ਭੇਜਿਆ। ਜਦੋਂ ਬਾਜ਼ਾਰ 'ਚ ਕੁਝ ਖਰੀਦਣ ਲਈ ਗਿਆ ਉਹ ਖਾਲੀ ਹੱਥ ਆ ਗਿਆ। ਕਹਿਣ ਲੱਗਾ ਮਹਾਰਾਜ ਜੀ ਇਹ ਜੋ ਸਿੱਕਾ ਹੈ ਇਹ ਨਕਲੀ ਹੈ, ਇਹ ਕਰੰਸੀ ਨਕਲੀ ਬਾਜ਼ਾਰ 'ਚ ਚੱਲਦੀ ਨਹੀਂ ਹੈ। ਅਤੇ ਗੁਰੂ ਕਲਗੀਧਰ ਪਾਤਸ਼ਾਹ ਜੀ ਨੇ ਇੱਕ ਗੱਲ ਕਹੀ, ਬਹਾਦਰ ਸ਼ਾਹ ਤੇਰਾ ਰਾਜ ਹੈ, ਤੇਰੇ ਰਾਜ ਦੀ ਕਰੰਸੀ ਹੈ, ਇਹਦੇ ਉੱਪਰ ਤੇਰੀ ਮੋਹਰ ਵੀ ਲੱਗੀ ਹੋਈ ਹੈ, ਇਹਦੇ ਉੱਪਰ ਕਲਮਾਂ ਵੀ ਲਿਖਿਆ ਹੋਇਆ, ਕਾਰਨ ਕੀ ਇਹ ਬਾਜ਼ਾਰ 'ਚ ਵਿਕਦਾ ਕਿਉਂ ਨਹੀਂ ਹੈ? ਉਹ ਕਹਿਣ ਲੱਗਾ ਜੀ ਭਾਵੇਂ ਇੱਥੇ ਕਲਮਾਂ ਲਿਖਿਆ ਹੋਇਆ, ਭਾਵੇਂ ਇੱਥੇ ਮੇਰੀ ਫੋਟੋ ਵੀ ਲੱਗੀ ਹੋਈ ਹੈ, ਲੇਕਿਨ ਇਹਦੇ ਵਿੱਚ ਉਹ ਕੁਆਲਿਟੀ ਨਹੀਂ ਹੈ, ਉਨੀ ਧਾਤ ਨਹੀਂ ਹੈ ਜਿਹੜੀ ਹੋਣੀ ਚਾਹੀਦੀ ਹੈ। ਸਤਿਗੁਰੂ ਜੀ ਨੇ ਇੱਕ ਗੱਲ ਕਹੀ ਸੀ ਕਿ ਇਹਦਾ ਮਤਲਬ ਕਿ ਬਾਹਰ ਕਲਮਾਂ ਲਿਖਣ ਦੇ ਨਾਲ, ਬਾਹਰ ਤਸਵੀਰ ਲਾਉਣ ਦੇ ਨਾਲ ਇਹ ਸਿੱਕਾ ਜਿਹੜਾ ਅਸਲੀ ਨਹੀਂ ਬਣ ਸਕਦਾ ਜਿੰਨਾ ਚਿਰ ਇਹਦੇ 'ਚ ਕੁਆਲਿਟੀ ਨਹੀਂ ਹੈ। ਕੋਈ ਮਨੁੱਖ ਧਰਮ ਦੇ ਅੰਦਰ, ਦੁਨੀਆਂ ਦੇ ਅੰਦਰ ਬਾਹਰੋਂ ਭਾਵੇਂ ਭੇਖ ਧਾਰਨ ਕਰ ਲਏ, ਬਾਹਰੋਂ ਭਾਵੇਂ ਧਾਰਮਿਕ ਚਿੰਨ੍ਹ ਧਾਰਨ ਕਰ ਲਏ, ਪਰ ਜਿਹੜੀ ਉਹਦੀ ਅੰਦਰੋਂ ਕੁਆਲਿਟੀ ਨਹੀਂ ਬਣਦੀ, ਇੱਕ ਸ਼ਖਸੀਅਤ ਨਹੀਂ ਬਣਦੀ, ਉਹਨਾਂ ਚਿਰ ਉਹ ਕਦੀ ਧਰਮੀ ਨਹੀਂ ਗਿਣਿਆ ਜਾਏਗਾ। ਅਤੇ ਸਤਿਗੁਰੂ ਜੀ ਪੰਡਿਤ ਨੂੰ ਸੰਬੋਧਨ ਕਰਕੇ ਇਹੀ ਗੱਲ ਸਮਝਾ ਰਹੇ ਨੇ, ਜਿੰਨਾ ਚਿਰ ਮਨੁੱਖ ਆਤਮਿਕ ਤੌਰ 'ਤੇ ਉੱਚਾ ਨਹੀਂ ਉੱਠਦਾ, ਰੱਬੀ ਗੁਣਾਂ ਦਾ ਧਾਰਨ ਹੀ ਨਹੀਂ ਬਣਦਾ, ਉਹਨਾਂ ਚਿਰ ਉਹ ਜਿੰਨੇ ਵੀ ਦਿਖਾਵੇ ਦੇ ਕਰਮ ਕਰ ਰਿਹਾ ਹੈ ਉਹ ਬਿਲਕੁਲ ਇਵੇਂ ਜੇ ਆਪਾਂ ਕੱਲਰ ਨੂੰ ਪਾਣੀ ਦੇ ਰਹੇ ਹਾਂ। ਪਾਣੀ ਮਾੜਾ ਨਹੀਂ ਹੈ, ਪਰ ਆਪਾਂ ਕੱਲਰੀ ਜ਼ਮੀਨ ਨੂੰ ਦੇ ਰਹੇ ਹਾਂ। ਗੁਰਦੇਵ ਨੇ ਗੱਲ ਕੀ, ਕਾਹੇ ਕੱਲਰਾ ਸਿੰਚੋ ਜਨਮ ਗਵਾਵੋ, ਕਾਚੀ ਤਹਿਕ ਦੀਵਾਰ ਕਾਹੇ ਗੱਚ ਲਾਵੋ। ਇਹ ਭਾਈ ਅੱਜ ਜਿਤਨੇ ਦਿਖਾਵੇ ਦੇ ਕਰਮ ਕਰਦੇ ਹੋ, ਜੇ ਤੁਸੀਂ ਦਿੱਲੀ ਤੌਰ 'ਤੇ ਮਨ ਕਰਕੇ ਉਸ ਪਰਮਾਤਮਾ ਦੇ ਪਿਆਰ 'ਚ ਨਹੀਂ ਜੁੜੇ। ਗੁਰੂ ਗ੍ਰੰਥ ਸਾਹਿਬ ਜੀ ਦਾ ਇੱਕ ਪਾਵਨ ਬਚਨ ਹੈ ਕਿ ਪ੍ਰਭ ਕੀ ਉਸਤਤ ਕਰੋ ਸੰਤ ਮੀਤ ਸਾਵਧਾਨ ਇਕਾਗਰ ਚੀਤ। ਧਰਮ ਦਾ ਸੰਬੰਧ ਮਨੁੱਖ ਦੇ ਮਨ ਦੇ ਨਾਲ ਹੈ। ਜਦੋਂ ਅਸੀਂ ਮਨ ਕਰਕੇ ਪਰਮਾਤਮਾ ਦੀ ਬੰਦਗੀ ਕਰਾਂਗੇ, ਯਕੀਨਨ ਉਹ ਗੁਣ ਸਾਡੇ ਅੰਦਰ ਵਸਣਗੇ। ਅਤੇ ਸਤਿਗੁਰੂ ਜੀ ਕਹਿੰਦੇ ਜਦੋਂ ਆਪਾਂ ਕੱਲਰ ਨੂੰ ਪਾਣੀ ਦੇਈ ਜਾਵਾਂਗੇ, ਪਾਣੀ ਮਾੜਾ ਨਹੀਂ ਹੈ, ਯਤਨ ਮਾੜੇ ਨਹੀਂ ਹੈ, ਲੇਕਿਨ ਜਿਵੇਂ ਜ਼ਮੀਨ ਕਰਲਾਠੀ ਹੈ, ਕਲਰੀ ਹੈ, ਉਹਦੇ ਵਿੱਚ ਪਾਣੀ ਦੇਣ ਦੇ ਨਾਲ ਕੋਈ ਫਸਲ ਪੈਦਾ ਨਹੀਂ ਹੋ ਸਕਦੀ। ਬਾਹਰੋਂ ਕੇਵਲ ਭੇਖ ਕਰਨ ਦੇ ਨਾਲ, ਦਿਖਾਵੇ ਦੀ ਭਗਤੀ ਕਰਨ ਦੇ ਨਾਲ, ਦਿਖਾਵੇ ਦੀ ਮਾਲਾ ਫੇਰਨ ਦੇ ਨਾਲ ਕੋਈ ਮਨੁੱਖ ਆਤਮਿਕ ਤੌਰ 'ਤੇ ਸੁਖੀ ਨਹੀਂ ਹੋ ਸਕਦਾ। ਇਹ ਧਰਮ ਦਿਖਾਵੇ ਲਈ ਨਹੀਂ ਹੈ, ਜਾਂ ਧਰਮ ਜਿਹੜਾ ਅਡੰਬਰ ਲਈ ਨਹੀਂ ਹੈ, ਇਹ ਧਰਮ ਸੀ ਆਤਮਿਕ ਸੁੱਖ ਮਾਨਣ ਦੇ ਲਈ। ਜਾਂ ਇਵੇਂ ਕਹਿ ਲਓ ਕਿ ਨਕਲੀ ਪੈਸੇ ਨਾਲ ਜਿਵੇਂ ਸੁੱਖ ਨਹੀਂ ਮਿਲ ਸਕਦਾ, ਨਕਲੀ ਖੁਰਾਕ ਨਾਲ ਜਿਵੇਂ ਸਰੀਰ ਨੂੰ ਤੰਦਰੁਸਤੀ ਨਹੀਂ ਮਿਲ ਸਕਦੀ, ਬਿਲਕੁਲ ਬਾਹਰਲੇ ਅਡੰਬਰ ਦੇ ਕੀਤੇ ਹੋਏ ਧਾਰਮਿਕ ਕੰਮਾਂ ਦੇ ਰਾਹੀਂ ਕੋਈ ਮਨੁੱਖ ਆਤਮਿਕ ਤੌਰ 'ਤੇ ਸੁਖੀ ਨਹੀਂ ਹੋ ਸਕਦਾ। ਸਤਿਗੁਰੂ ਜੀ ਦੀ ਜਿਹੜੀ ਬਾਣੀ ਹੈ ਇਹ ਸਮੁੱਚੀ ਮਾਨਵਤਾ ਦੇ ਲਈ ਸਾਂਝੀ ਹੈ। ਜੇ ਗੱਲ ਸਤਿਗੁਰੂ ਜੀ ਨੇ ਇੱਕ ਪੰਡਿਤ ਨਾਲ, ਬ੍ਰਾਹਮਣ ਨਾਲ ਕੀਤੀ ਹੈ, ਤਾਂ ਜ਼ਰੂਰੀ ਨਹੀਂ ਕਿ ਇਹ ਗੱਲ ਬ੍ਰਾਹਮਣ ਤੱਕ ਸੀਮਤ ਹੈ, ਇਹ ਸਾਡੇ 'ਤੇ ਵੀ ਉਨੀ ਲਾਗੂ ਹੁੰਦੀ ਹੈ। ਗੁਰੂ ਕਾ ਇੱਕ ਪਾਵਨ ਬਚਨ ਕਿ ਪ੍ਰਥਾਏ ਸਾਖੀ ਮਹਾਂਪੁਰਖ ਬੋਲਦੇ ਸਾਂਝੀ ਸਗਲ ਸਾਨ ਹੈ। ਗੁਰਬਾਣੀ ਦਾ ਉਪਦੇਸ਼ ਸਮੁੱਚੀ ਮਾਨਵਤਾ ਦੇ ਲਈ ਸਾਂਝਾ ਹੈ। ਇਹ ਇੱਕ ਪੰਡਿਤ ਲਈ ਵੀ ਉਨੀ ਹੈ, ਇੱਕ ਸਿੱਖ ਲਈ ਵੀ ਉਨੀ ਹੈ। ਅਤੇ ਗੁਰਦੇਵ ਜੀ ਨੇ ਪੰਡਿਤ ਜਿਹੜੇ ਕਰਮ ਕਰਦਾ ਉਹਨੂੰ ਸੰਬੋਧਨ ਕਰਕੇ ਗੱਲ ਕੀ, ਸਾਲਮ ਸਾਲ ਗ੍ਰਾਮ ਬਿਪ ਪੂਜ ਮਨਾਵੋ, ਸੁਕ੍ਰਿਤ ਤੁਰਸੀ ਮਾਲਾ, ਰਾਮ ਨਾਮ ਜਪ ਬੇੜਾ ਬੰਧੋ, ਦਇਆ ਕਰੋ ਦਇਆਲਾ। ਬੇੜਾ ਦਰਥ ਹੁੰਦਾ ਇੱਕ ਸ਼ਖਸੀਅਤ ਤਿਆਰ ਕਰਨੀ। ਗੁਰਬਾਣੀ 'ਚ ਇੱਕ ਬੜਾ ਪਿਆਰਾ ਸ਼ਬਦ ਆਇਆ, ਬੇੜਾ ਬੰਧ ਨਾ ਸਕਿਓ ਬੰਧਨ ਕੀ ਬੇਲਾ, ਭਰ ਸਰਵਰ ਜਬ ਉਛਲੈ ਤਬ ਤਰਨ ਦੁਹੇਲਾ।
ਆਪਾਂ ਦਰਿਆਵਾਂ ਦੇ ਕੰਢਿਆਂ 'ਤੇ ਜਦੋਂ ਰਹਿੰਦੇ ਹਾਂ, ਹੁਣ ਤਾਂ ਬੜੇ ਸਾਧਨ ਬਣ ਗਏ, ਪੁਲ ਬਣ ਗਏ ਨੇ, ਹੋਰ ਸਾਧਨ ਆ ਗਏ ਨੇ। ਪੁਰਾਣੇ ਸਮੇਂ 'ਚ ਆਪਾਂ ਦੇਖਦੇ ਹਾਂ ਲੱਕੜੀਆਂ ਜੋੜ ਕੇ, ਕੁਝ ਕਾਨੇ ਜੋੜ ਕੇ, ਘਾਹ ਫੂਹ ਜੋੜ ਕੇ ਇੱਕ ਬੇੜਾ ਜਿਹਾ ਤਿਆਰ ਕਰ ਲੈਣਾ, ਤੁਲਹਾ ਤਿਆਰ ਕਰ ਲੈਣਾ ਤਾਂ ਕਿ ਆਪਾਂ ਉਹਨੂੰ ਪਾਰ ਕਰ ਸਕੀਏ। ਸਤਿਗੁਰੂ ਜੀ ਨੇ ਅੰਮ੍ਰਿਤਮਈ ਬਾਣੀ 'ਚ ਇੱਕ ਗੱਲ ਕੀ ਕਿ ਇਹ ਜ਼ਿੰਦਗੀ ਜਿਹੜੀ ਮਿਲੀ ਹੈ ਨਾ, ਵਾਹਿਗੁਰੂ ਜੀ ਦੇ ਗੁਣ ਗਾ ਕੇ ਆਪਣੀ ਜ਼ਿੰਦਗੀ ਦਾ ਇੱਕ ਬੇੜਾ ਤਿਆਰ ਕਰਨ ਦੇ ਲਈ, ਇੱਕ ਸ਼ਖਸੀਅਤ ਤਿਆਰ ਕਰਨ ਦੇ ਲਈ, ਤਾਂ ਕਿ ਆਪਾਂ ਜ਼ਿੰਦਗੀ 'ਚ ਕਿਤੇ ਦੁੱਖ ਆ ਜਾਏ, ਡੁੱਲੀਏ ਨਾ, ਘਬਰਾਈਏ ਨਾ। ਸਾਹਿਬ ਕਹਿੰਦੇ ਜ਼ਿੰਦਗੀ ਦੇ ਅੰਦਰ ਆਪਾਂ ਉਹ ਆਪਣੀ ਉੱਚੀ ਸ਼ਖਸੀਅਤ ਦਾ ਬੇੜਾ ਤਾਂ ਤਿਆਰ ਨਹੀਂ ਕਰ ਸਕੇ, ਪਰ ਉਹ ਜ਼ਿੰਦਗੀ ਅੰਦਰ ਜਦੋਂ ਕੋਈ ਮੁਸ਼ਕਲ ਆਉਂਦੀ ਹੈ, ਜਦੋਂ ਕੋਈ ਔਖਾ ਵੇਲਾ ਆਉਂਦਾ, ਉਦੋਂ ਆਪਾਂ ਘਬਰਾ ਜਾਂਦੇ ਹਾਂ। ਇਹ ਧਾਰਮਿਕ ਯਤਨ ਨੇ ਕਿ ਅਸੀਂ ਆਤਮਿਕ ਤੌਰ 'ਤੇ ਮਜ਼ਬੂਤ ਹੋ ਸਕੀਏ। ਗੁਰਦੇਵ ਕਹਿੰਦੇ ਸਾਲ ਗ੍ਰਾਮ ਬਿਪ ਪੂਜ ਮਨਾਵੋ, ਸੁਕਰ ਤੁਲਸੀ ਮਾਲਾ, ਰਾਮ ਨਾਮ ਜਪ ਬੇੜਾ ਬੰਧੋ, ਦਇਆ ਕਰੋ ਦਿਆਲਾ, ਬਿਪਦਰਥ ਬਿਪਰ ਪੰਡਿਤ। ਇਹ ਬ੍ਰਾਹਮਣ, ਤੂੰ ਸਾਲਗ੍ਰਾਮ ਦੀ ਪੂਜਾ ਕਰਦੈ, ਤੁਲਸੀ ਦੀ ਮਾਲਾ ਵੀ ਤੂੰ ਫੇਰਦੈ। ਨੇਪਾਲ ਦੇ ਵਿੱਚ ਇੱਕ ਪਿੰਡ, ਉਹਦਾ ਨਾਂ ਹੈ ਸਾਲਗ੍ਰਾਮ, ਉੱਥੇ ਸਾਲ ਦੇ ਦਰਖਤ ਬੜੇ ਹੁੰਦੇ ਨੇ, ਪਿੰਡ ਦਾ ਨਾਮ ਸਾਲਗ੍ਰਾਮ ਪੈ ਗਿਆ। ਉੱਥੇ ਇੱਕ ਨਦੀ ਹੈ ਗੰਡਕਾ ਨਦੀ, ਉਹਦੇ ਵਿੱਚ ਗੋਲ ਚਿੱਟੇ ਰੰਗ ਦੇ ਬੜੇ ਪਿਆਰੇ ਪੱਥਰ ਨੇ, ਉਹ ਪੱਥਰ ਦਾ ਨਾਮ ਹੀ ਸਾਲਗ੍ਰਾਮ ਰੱਖ ਦਿੱਤਾ। ਉਸ ਪੱਥਰ ਨੂੰ ਰੱਖ ਕੇ ਮੰਦਰ 'ਚ ਉਹਦੀ ਪੂਜਾ, ਕਹਿੰਦੇ ਸਾਲਗ੍ਰਾਮ ਦੀ ਇਹ ਪੂਜਾ ਹੈ। ਇਹਦੇ ਨਾਲ ਇੱਕ ਹੋਰ ਬੜੀ ਮਿਥਿਹਾਸਕ ਦੀ ਗਾਥਾ ਜੁੜੀ, ਉਹ ਸਾਡਾ ਸਬਜੈਕਟ ਨਹੀਂ ਹੈ। ਸਤਿਗੁਰੂ ਜੀ ਪੰਡਿਤ ਨੂੰ ਕਹਿੰਦੇ ਨੇ ਕਿ ਤੁਸੀਂ ਸਾਲਗ੍ਰਾਮ ਦੀ ਪੂਜਾ ਕਰਦੇ ਹੋ, ਤੁਸੀਂ ਤੁਲਸੀ ਦੀ ਮਾਲਾ ਫੇਰਦੇ ਹੋ, ਜੇਕਰ ਤੁਸੀਂ ਰੱਬ ਨੂੰ ਮਨਾ ਲਓ, ਬਿਪ ਪੂਜ ਮਨਾਵੋ, ਬਜਾਏ ਇਹਦੇ ਕਿ ਤੁਸੀਂ ਸਾਲਗ੍ਰਾਮ ਦੀ ਪੂਜਾ ਕਰੋ, ਤੁਸੀਂ ਪਰਮਾਤਮਾ ਦੀ ਪੂਜਾ ਕਰਕੇ ਉਸ ਨੂੰ ਮਨਾ ਲਓ, ਪਰਮਾਤਮਾ ਦੀ ਬੰਦਗੀ ਕਰਕੇ ਉਸ ਨੂੰ ਮਨਾ ਲਓ, ਇਹੀ ਤੁਹਾਡੀ ਸਾਲਗ੍ਰਾਮ ਦੀ ਪੂਜਾ ਹੈ। ਸੁਕ੍ਰਿਤ ਤੁਲਸੀ ਮਾਲਾ, ਸੁਕ੍ਰਿਤ ਅਰਥ ਕਿ ਜ਼ਿੰਦਗੀ ਅੰਦਰ ਚੰਗੇ ਕਰਮ ਕਰੋ। ਇੱਕ ਬੰਨੇ ਤੁਸੀਂ ਮਾਲਾ ਵੀ ਫੇਰਦੇ ਹੋ, ਇੱਕ ਬੰਨੇ ਧਰਮ ਦੇ ਨਾਂ 'ਤੇ ਲੋਕਾਂ ਨੂੰ ਧੋਖਾ ਵੀ ਦਿੰਦੇ ਹੋ। ਗੁਰਬਾਣੀ 'ਚ ਪਖੰਡੀ ਲੋਕਾਂ ਦੇ ਪ੍ਰਥਾ ਹੈ ਸਤਿਗੁਰੂ ਜੀ ਨੇ, ਕਿਉਂਕਿ ਧਾਰਮਿਕ ਦੁਨੀਆ ਅੰਦਰ ਪਖੰਡ ਬੜਾ ਹੈ, ਅਡੰਬਰ ਬੜਾ ਹੈ, ਔਰ ਪਖੰਡੀ ਲੋਕ ਮਨੁੱਖ ਨੂੰ ਗੁੰਮਰਾਹ ਬੜਾ ਕਰਦੇ, ਮਨੁੱਖ ਭਰਮ ਬੜੀ ਚੱਲੀ ਜਾਂਦਾ ਹੈ। ਸਤਿਗੁਰੂ ਜੀ ਨੇ ਬਚਨ ਕਿ ਜਿਹੜਾ ਤੁਸੀਂ ਪਖੰਡ ਕਰਮ ਕਰਦੇ ਹੋ, ਇਹਦੇ ਨਾਲ ਆਪਣੀ ਜ਼ਿੰਦਗੀ ਵੀ ਖਰਾਬ ਕਰਦੇ ਹੋ, ਇਹ ਮਾਲਾ ਫੇਰਨ ਦੀ ਬਜਾਏ, ਦਿਖਾਵੇ ਦੀ ਮਾਲਾ ਫੇਰਨ ਦੀ ਬਜਾਏ, ਸੁਕ੍ਰਿਤ ਜ਼ਿੰਦਗੀ ਅੰਦਰ ਧਰਮ ਕਰਮ ਕਰੋ, ਨੇਕ ਕਿਰਤ ਕਰੋ, ਤੁਸੀਂ ਸੱਚ ਬੋਲੋ, ਦੂਜਿਆਂ ਦੀ ਸੇਵਾ ਕਰੋ, ਦੂਜਿਆਂ ਦੀ ਮਦਦ ਕਰੋ, ਤੁਸੀਂ ਧਰਮ ਦੀ ਕਿਰਤ ਕਰੋ, ਕਿਸੇ ਦਾ ਹੱਕ ਨਾ ਮਾਰੋ, ਇਹੋ ਜਿਹੇ ਕਰਮ ਕਰੋ, ਇਹੀ ਤੁਲਸੀ ਦੀ ਮਾਲਾ ਹੈ। ਇਹ ਗੱਲ ਚੇਤੇ ਰੱਖਿਓ, ਠੀਕ ਹੈ, ਦੇਖਾ ਦੇਖੀ ਹੋਰਨਾਂ ਦਾ ਪ੍ਰਭਾਵ ਲੈ ਕੇ ਅਸੀਂ ਵੀ ਸੋਚ ਦੇ ਕੇ ਮਾਲਾ ਫੇਰਨੀ ਚਾਹੀਦੀ ਜੀ, ਸਦਕੇ ਕੋਈ ਫੇਰਦਾ, ਮਾੜੀ ਗੱਲ ਨਹੀਂ ਹੈ ਜੇ ਕੋਈ ਰੱਬ ਨਾਲ ਜੁੜੇ, ਪਰ ਗੁਰਮਤ ਨੇ ਮਾਲਾ ਦੀ ਕਿਤੇ ਗੱਲ ਨਹੀਂ ਕੀਤੀ। ਗੁਰਬਾਣੀ ਨੇ ਬੜੇ ਪਿਆਰੇ ਬਚਨ ਕਿ ਕਬੀਰ ਮੇਰੀ ਸਿਮਰਣੀ ਰਸਨਾ ਉਪਰ ਰਾਮ, ਆ ਜੁਗਾਦੀ ਸਗਲ ਭਗਤਾਂ ਕੋ ਸੁਖ ਵਿਸਰਾਮ। ਗੁਰਬਾਣੀ ਕਹਿੰਦੇ ਨੇ, ਗੁਰੂ ਕਾ ਬਚਨ ਹੈ ਕਿ ਵਾਹਿਗੁਰੂ ਜੀ ਨੂੰ ਰਸਨਾ ਨਾਲ ਜਪਣਾ, ਇਹੀ ਸਾਡੀ ਮਾਲਾ ਹੈ। ਇੱਥੇ ਗੁਰੂ ਨਾਨਕ ਸਾਹਿਬ ਜੀ ਕਹਿੰਦੇ ਸੁਭ ਕਿਰਤ ਕਰੋ, ਚੰਗੇ ਕਰਮ ਕਰੋ ਜ਼ਿੰਦਗੀ ਦੇ ਅੰਦਰ। ਇਹ ਗੱਲ ਚੇਤੇ ਰੱਖਣਾ, ਜਦੋਂ ਧਰਮ ਦੀ ਦੁਨੀਆ 'ਚ ਆਪਾਂ ਜਾਂਦੇ, ਧਾਰਮਿਕ ਲੋਕਾਂ ਦੀ ਜ਼ਿੰਦਗੀ ਅੰਦਰ ਜਾਂਦੇ ਹਾਂ, ਜੋ ਕੁਝ ਬਾਹਰੋਂ ਹੁੰਦਾ ਉਹ ਕੁਝ ਅੰਦਰੋਂ ਨਹੀਂ ਹੁੰਦਾ। ਸਤਿਗੁਰੂ ਜੀ ਨੇ ਇਸੇ ਕਰਕੇ ਅਗਲੀ ਗੱਲ ਕਹੀ ਹੈ, ਕਾਚੀ ਟਹਿਗ ਦੀਵਾਰ ਕਾਹੇ ਗੱਚ ਲਾਵੋ। ਆਪਾਂ ਕੱਚੇ ਘਰਾਂ 'ਚ ਰਹਿੰਦੇ ਸਾਂ, ਕਈ ਵਾਰੀ ਦੀਵਾਰਾਂ ਦੇ ਲੇ ਉਖੜੇ ਹੁੰਦੇ ਸਨ, ਕੱਚੀਆਂ ਦੀਵਾਰਾਂ ਦੇ, ਉਸ ਕੱਚੀ ਦੀਵਾਰ ਨੂੰ ਜਿਹਦੇ ਲੇ ਉਖੜੇ ਨੇ, ਬਾਹਰੋਂ ਚੂਨੇ ਦਾ ਤੁਸੀਂ ਪਲਸਤਰ ਕਰੀ ਜਾਓ, ਉਹਦਾ ਕੀ ਫਾਇਦਾ? ਅੰਦਰ ਤੁਹਾਡੀ ਜ਼ਿੰਦਗੀ ਨਹੀਂ ਹੈ, ਅੰਦਰੋਂ ਤੁਹਾਡਾ ਆਚਾਰ ਨਹੀਂ ਹੈ, ਬਾਹਰੋਂ ਮਾਲਾ ਫੇਰੀ ਜਾਓ, ਉਹਦਾ ਕੀ ਫਾਇਦਾ ਹੈ? ਅੰਦਰੋਂ ਤੁਹਾਡੇ ਵਿੱਚ ਕੋਈ ਆਤਮਕ ਗੁਣ ਨਹੀਂ ਹੈ, ਅੰਦਰੋਂ ਤੁਹਾਡੇ ਅੰਦਰ ਦਇਆ ਨਹੀਂ ਹੈ, ਪਿਆਰ ਨਹੀਂ ਹੈ, ਤੁਸੀਂ ਧਰਮ ਦੇ ਨਾਂ 'ਤੇ ਲੋਕਾਂ ਨੂੰ ਠੱਗ ਰਹੇ ਹੋ ਦਿਖਾਵੇ ਕਰਕੇ। ਅਤੇ ਸਤਿਗੁਰੂ ਜੀ ਕਹਿੰਦੇ ਨੇ ਕਿ ਇਹ ਬਾਹਰੋਂ ਇਹੋ ਜਿਹੇ ਕਰਮ ਕੀਤੀਆਂ ਤੁਹਾਨੂੰ ਕੀ ਫਾਇਦਾ ਮਿਲੇਗਾ? ਇਹ ਤਾਂ ਇਵੇਂ ਹੀ ਹੈ ਜਿਵੇਂ ਕੱਲਰ 'ਚ ਤੁਸੀਂ ਪਾਣੀ ਦੇ ਰਹੇ ਹੋ, ਕੱਲਰੀ ਧਰਤੀ ਜਿੰਨਾ ਮਰਜ਼ੀ ਪਾਣੀ ਦੇ, ਦੇਖੋ ਕਰਮ ਬੜੇ ਚੰਗੇ ਨੇ, ਮਾਲਾ ਫੇਰਨਾ ਕੋਈ ਮਾੜਾ ਕਰਮ ਨਹੀਂ ਹੈ, ਜਾਂ ਮੱਥਾ ਟੇਕਣਾ ਕੋਈ ਮਾੜਾ ਕਰਮ ਨਹੀਂ ਹੈ। ਧਾਰਮਿਕ ਚਿੰਨ੍ਹ ਭਾਵੇਂ ਅਸੀਂ ਧਾਰਨ ਕਰਦੇ ਹਾਂ, ਭਾਵੇਂ ਕੋਈ ਵੀ ਕਿਸੇ ਧਰਮ ਦੇ ਧਾਰਨ ਕਰਦਾ, ਗੁਰਬਾਣੀ ਨੇ ਕਿਸੇ ਨੂੰ ਮਾੜਾ ਨਹੀਂ ਕਿਹਾ, ਅਸੀਂ ਵੀ ਉਹਨਾਂ 'ਚ ਹੀ ਹਾਂ। ਬਾਹਰੋਂ ਧਾਰਮਿਕ ਚਿੰਨ੍ਹ ਧਾਰਨ ਕੀਤੇ ਨੇ, ਅੰਦਰੋਂ ਆਪਾਂ ਝੂਠ ਬੋਲਦੇ ਹਾਂ। ਮੈਂ ਇੱਕ ਬੇਨਤੀ ਕਰਾਂ, ਅਕਸਰ ਆਪਾਂ ਇੱਕ ਗੱਲ ਕਹਿੰਦੇ ਹਾਂ ਕਿ ਪੰਜਾਂ ਪਿਆਰਿਆਂ ਕੋਲ ਜਾ ਕੇ ਆਪਾਂ ਭੁੱਲ ਬਖਸਾ ਲਈਏ, ਸਾਡੇ ਕੋਲ ਕੋਈ ਕੁਰਹਿਤ ਹੋ ਗਈ ਹੈ, ਸਾਡੇ ਕੋਲ ਕੋਈ ਕਕਾਰ ਵਿਸਰ ਗਿਆ, ਸਾਡੇ ਕੋਲ ਕੇਸਾਂ ਦੀ ਬੇਅਦਬੀ ਹੋ ਗਈ ਹੈ, ਆਪਾਂ ਕਹਿੰਦੇ ਹਾਂ ਕਰਨਾ ਚਾਹੀਦਾ, ਸਾਡਾ ਹੱਕ ਹੈ। ਪਰ ਅੱਜ ਤੱਕ ਕਿਸੇ ਮਨੁੱਖ ਨੇ ਪੰਜਾਂ ਪਿਆਰਿਆਂ ਕੋਲ ਆ ਕੇ ਇਹ ਗੱਲ ਕਹੀ ਹੈ ਕਿ ਮੇਰੇ ਕੋਲ ਝੂਠ ਬੋਲਿਆ ਗਿਆ, ਮੈਨੂੰ ਤੁਸੀਂ ਮੇਰੀ ਅਰਦਾਸ ਕਰਦੇ ਹੋ? ਹਾਲਾਂਕਿ ਅਸਲੀ ਰਹਿ ਤਾਂ ਸੀ ਕਿ ਝੂਠ ਨਹੀਂ ਬੋਲਣਾ। ਅੱਜ ਤੱਕ ਕਿਸੇ ਮਨੁੱਖ ਨੇ ਪੰਜਾਂ ਪਿਆਰਿਆਂ ਕੋਲ ਆ ਕੇ ਇਹ ਗੱਲ ਕਹੀ ਹੈ ਕਿ ਮੈਂ ਕਿਰਤ ਦੇ ਵਿੱਚ ਕਿਸੇ ਦਾ ਹੱਕ ਮਾਰ ਲਿਆ, ਮੇਰੀ ਅਰਦਾਸ ਕਰਨ, ਮੇਰੇ ਕੋਲ ਬੜੀ ਤਕੜੀ ਕੁਰਹਿਤ ਹੋ ਗਈ ਹੈ? ਕਦੀ ਕਿਸੇ ਨੇ ਨਹੀਂ ਕਿਹਾ। ਅੱਜ ਤੱਕ ਕਿਸੇ ਮਨੁੱਖ ਨੇ ਕਿਹਾ
ਕਿ ਮੇਰੇ ਕੋਲੋਂ ਕਿਸੇ ਦਾ ਦਿਲ ਦੁਖਾਇਆ ਗਿਆ, ਮੇਰੇ ਕੋਲੋਂ ਕੋਈ ਝੂਠ ਬੋਲਿਆ ਗਿਆ, ਮੇਰੇ ਕੋਲੋਂ ਪਾਪ ਹੋ ਗਿਆ। ਕਿਉਂਕਿ ਇਹ ਗੱਲਾਂ ਕਿਸੇ ਨੂੰ ਨਜ਼ਰ ਨਹੀਂ ਆਉਂਦੀਆਂ, ਬਾਹਰਲੇ ਚਿੰਨ੍ਹ ਨਜ਼ਰ ਆਉਂਦੇ ਨੇ। ਅਸੀਂ ਬਾਹਰਲੇ ਚਿੰਨ੍ਹਾਂ ਲਈ ਤਾਂ ਅਰਦਾਸ ਕਰਦੇ ਹਾਂ, ਲੇਕਿਨ ਅਸਲੀ ਜਿਹੜੀ ਸਾਡੀ ਰਹਿਤ ਸੀ ਜ਼ਿੰਦਗੀ ਦੀ, ਦੇਖੋ ਅੱਜ ਦਾ ਜਿਹੜਾ ਮੁੱਖ ਵਾਕ ਇਹਦੇ ਵਿੱਚ ਅੰਮ੍ਰਿਤ ਦਾ ਜ਼ਿਕਰ ਕੀਤਾ ਸਤਿਗੁਰੂ ਜੀ ਨੇ। ਹੁਣ ਸਾਡੇ ਮਨ 'ਚ ਇੱਕ ਖਿਆਲ ਹੈ ਕਿ ਅੰਮ੍ਰਿਤ ਦੀ ਦਾਤ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਨੇ ਦਿੱਤੀ ਹੈ, ਕਲਗੀਧਰ ਪਾਤਸ਼ਾਹ ਜੀ ਨੇ ਦਿੱਤੀ। ਇਹੀ ਹੈ ਨਾ ਕਿ ਸਤਿਗੁਰੂ ਜੀ ਨੇ ਅੰਮ੍ਰਿਤ ਛਕਾਇਆ, ਲੇਕਿਨ ਗੁਰੂ ਨਾਨਕ ਸਾਹਿਬ ਜੀ ਅੰਮ੍ਰਿਤ ਦੀ ਗੱਲ ਕਰ ਰਹੇ ਨੇ। ਗੁਰੂ ਨਾਨਕ ਸਾਹਿਬ ਜੀ ਕਿਸੇ ਰਹਿਤ ਦੀ ਗੱਲ ਕਰਨੀ, ਇਹ ਸ਼ਬਦ ਨੂੰ ਪੜ੍ਹਦਿਆਂ ਇੱਕ ਤਾਂ ਸਾਡਾ ਭਰਮ ਭੁਲੇਖਾ ਦੂਰ ਹੋ ਜਾਏਗਾ। ਜਿਹੜੇ ਪ੍ਰਾਣੀ ਕਈ ਇਹ ਗੱਲ ਕਹਿੰਦੇ ਨੇ ਕਿ ਸਾਨੂੰ ਆ ਬਾਹਰਲੀ ਰਹਿਤ ਗੁਰੂ ਗੋਬਿੰਦ ਸਿੰਘ ਜੀ ਨੇ ਦਿੱਤੀ, ਆਪਾਂ ਗੁਰੂ ਨਾਨਕ ਸਾਹਿਬ ਜੀ ਦੇ ਸਿੱਖ ਸੀ, ਕਈਆਂ ਨੂੰ ਕਹਿੰਦੇ ਨਾ ਕਿ ਅੰਮ੍ਰਿਤ ਛਕ ਲਓ ਗੁਰੂ ਵਾਲੇ ਬਣ ਜਾਓ, ਉਹ ਕਹਿੰਦੇ ਚਲੋ ਆਪਾਂ ਗੁਰੂ ਨਾਨਕ ਸਾਹਿਬ ਜੀ ਦੇ ਸਿੱਖ ਹੀ ਸਹੀ। ਪਰ ਅੰਮ੍ਰਿਤ ਦੀ ਗੱਲ ਗੁਰੂ ਨਾਨਕ ਸਾਹਿਬ ਜੀ ਨੇ ਕੀਤੀ ਹੈ। ਇਹ ਗੁਰੂ ਕਲਗੀਧਰ ਪਾਤਸ਼ਾਹ ਜੀ ਨੇ ਭਰੇ ਦੀਵਾਨ 'ਚ ਇਹ ਗੱਲ ਕਹੀ ਸੀ ਕਿ ਮੈਨੂੰ ਇੱਕ ਸਿਰ ਦੀ ਲੋੜ ਹੈ, ਪਰ ਗੁਰੂ ਨਾਨਕ ਸਾਹਿਬ ਜੀ ਨੇ ਬਹੁਤ ਚਿਰ ਪਹਿਲਾਂ ਇਹ ਗੱਲ ਕਹਿਤੀ ਸੀ ਕਿ ਜੋ ਤੋਂ ਪ੍ਰੇਮ ਖੇਲਣ ਕਾ ਚਾਹੋ, ਸਿਰ ਤਰ ਤਲੀ ਗਲੀ ਮੇਰੀ ਆਓ, ਇਤ ਮਾਰਗ ਪੈਰ ਧਰੀਜੇ ਸਿਰ ਦੀਜੇ ਕਾਰਨ ਕੀਜੇ। ਗੁਰੂ ਨਾਨਕ ਸਾਹਿਬ ਕਹਿੰਦੇ ਮੈਨੂੰ ਸਿਰ ਦੀ ਲੋੜ ਹੈ ਜਿਹਨੇ ਮੇਰੇ ਮਾਰਗ 'ਤੇ ਚੱਲਣਾ। ਇਹ ਗੱਲ ਆਪਾਂ ਕਹਿੰਦੇ ਕਿ ਗੁਰੂ ਕਲਗੀਧਰ ਪਾਤਸ਼ਾਹ ਜੀ ਨੇ ਤਲਵਾਰ ਦੇ ਨਾਲ ਪੰਜਾਂ ਪਿਆਰਿਆਂ ਦੀ ਸਾਜਣਾ ਕੀਤੀ, ਪਰ ਜਦ ਆਪਾਂ ਗੁਰਬਾਣੀ ਪੜ੍ਹਦੇ ਹਾਂ, ਭਾਈ ਸੱਤੇ ਅਤੇ ਬਲਵੰਡ ਜੀ ਨੇ ਇੱਕ ਬੜੀ ਪਿਆਰੀ ਗੱਲ ਕਹੀ ਹੈ, ਮਤ ਗੁਰ ਆਤਮ ਦੇਵ ਦੀ ਖੜਗ ਜੋਰ ਪ੍ਰਾਕੋਏ ਜੀ ਆਉਂਦੇ। ਗੁਰੂ ਨਾਨਕ ਸਾਹਿਬ ਜੀ ਨੇ ਆਪਣੀ ਆਤਮਕ ਖੜਗ ਦੇ ਨਾਲ ਗੁਰੂ ਨਾਨਕ ਗੁਰੂ ਅੰਗਦ ਦੇਵ ਜੀ ਨੂੰ ਬਣਾ ਭਾਈ ਲੈਣੇ ਤੋਂ ਗੁਰੂ ਬਣਾ ਦਿੱਤਾ ਅਤੇ ਕਹਿਣਗੇ ਸੈ ਟਿੱਕਾ ਦਿੱਤੋ ਸੋ ਜੀਵਨ ਦੇ। ਗੁਰੂ ਨਾਨਕ ਸਾਹਿਬ ਜੀ ਨੇ ਆਪਣੀ ਖੜਗ ਦੇ ਨਾਲ, ਗਿਆਨ ਦੀ ਖੜਗ ਦੇ ਨਾਲ ਭਾਈ ਲਹਿਣਾ ਜੀ ਨੂੰ ਗੁਰੂ ਅੰਗਦ ਬਣਾ ਦਿੱਤਾ। ਇੱਥੇ ਗੁਰੂ ਕਲਗੀਧਰ ਪਾਤਸ਼ਾਹ ਜੀ ਨੇ ਬਾਹਰਲੀ ਤਲਵਾਰ ਵਰਤ ਕੇ ਪੰਜਾਂ ਦੀ ਸਾਜਣਾ ਕੀਤੀ ਹੈ, ਉੱਥੇ ਗੁਰੂ ਸਾਹਿਬ ਜੀ ਗਿਆਨ ਦੀ ਖੜਗ ਦੇ ਨਾਲ ਸਾਜਣਾ ਕਰ ਰਹੇ ਨੇ। ਜੋ ਕੰਮ ਗੁਰੂ ਕਲਗੀਧਰ ਪਾਤਸ਼ਾਹ ਜੀ ਨੇ ਕੀਤਾ ਹੈ ਉਹ ਕੋਈ ਗੁਰੂ ਨਾਨਕ ਸਾਹਿਬ ਜੀ ਤੋਂ ਵੱਖਰਾ ਨਹੀਂ ਹੈ, ਉਹਦੀ ਆਰੰਭਤਾ ਗੁਰੂ ਨਾਨਕ ਸਾਹਿਬ ਜੀ ਨੇ ਕੀਤੀ ਹੈ। ਬਚਨ ਸੀ ਸਾਲ ਸਾਲ ਗ੍ਰਾਮ ਬਿਪ ਪੂਜ ਮਨਾਵੋ, ਸੁਕ੍ਰਿਤ ਤੁਲਸੀ ਮਹਲਾ, ਰਾਮ ਨਾਮ ਜਪ ਬੇੜਾ ਬੰਧੋ, ਦਇਆ ਕਰੋ ਦਇਆਲਾ। ਸਤਿਗੁਰੂ ਜੀ ਕਹਿੰਦੇ ਪੰਡਿਤ ਜੀ ਪਰਮਾਤਮਾ ਨੂੰ ਮਨਾਓ, ਦਰਅਸਲ ਜਿਤਨੇ ਧਰਮ ਕਰਮ ਕਰਨ ਦਾ ਅਰਥ ਹੈ ਕਿ ਪਰਮਾਤਮਾ ਸਾਡੇ 'ਤੇ ਰੀ ਜਾਏ। ਅਸੀਂ ਗੁਰਦੁਆਰੇ ਆਉਂਦੇ ਹਾਂ, ਮੱਥਾ ਟੇਕਣ ਦਾ ਅਰਥ ਹੈ ਕਿ ਤੇ ਸਤਿਗੁਰੂ ਜੀ ਦੀ ਰਹਿਮਤ ਹੋ ਜਾਏ। ਬਾਣੀ ਪੜ੍ਹਦੇ ਕਿਤੇ ਪਰਮਾਤਮਾ ਸਾਡੇ 'ਤੇ ਤੁਰਠ ਪਏ। ਬਾਬਾ ਨਾਨਕ ਜੀ ਦਾ ਇੱਕ ਬਚਨ ਪੜ੍ਹਦੇ ਜਪਜੀ ਸਾਹਿਬ ਜੀ ਵਿੱਚ ਕਿ ਤੀਰਥ ਨਹਾਵਾਂ ਜੇ ਤੇ ਸੁਭਾਵਾਂ, ਵਿਣ ਭਾਣੇ ਕਿ ਨਾਹੀ ਕਰੀ। ਤੀਰਥਾਂ 'ਤੇ ਨਹਾਈਏ ਜੇ ਪਰਮਾਤਮਾ ਤੁਰਠ ਪਏ, ਜੇ ਪਰਮਾਤਮਾ ਤੁਰਠਦਾ ਨਹੀਂ ਤਾਂ ਤੀਰਥਾਂ 'ਤੇ ਨਹਾਉਣ ਦਾ ਕੀ ਅਰਥ। ਜੇ ਪਾਠ ਕਰਦੇ ਹਾਂ, ਬਾਣੀ ਪੜ੍ਹਦੇ ਹਾਂ, ਅਸੀਂ ਰੱਬ ਦੀ ਰਹਿਮਤ ਦੇ ਪਾਤਰ ਨਹੀਂ ਬਣ ਸਕੇ। ਜੇ ਬਾਣੀ ਪੜ੍ਹਦੇ ਅਸੀਂ ਆਤਮਕ ਤੌਰ 'ਤੇ ਉੱਚੇ ਨਹੀਂ ਉੱਠ ਸਕੇ। ਅਤੇ ਗੁਰੂ ਗ੍ਰੰਥ ਸਾਹਿਬ ਜੀ ਨੇ ਇੱਕ ਬਚਨ ਕਿਹਾ, ਕਿਆ ਪੜ੍ਹੀ ਹੈ, ਕਿਆ ਗੁਣੀ ਹੈ, ਕਿਆ ਵੇਦ ਪੁਰਾਣਾ ਸੁਣੀ ਹੈ, ਪੜ੍ਹੇ ਸੁਣੇ ਕਿਆ ਹੋਈ, ਪੜ੍ਹਨ ਸੁਣਨ ਨਾਲ ਕੀ ਹੋ ਜਾਏਗਾ ਜੋ ਸਹਿਜ ਨਾ ਮਿਲਿਓ ਸੋਈ। ਬਾਣੀ ਪੜ੍ਹਨ ਦਾ, ਸਿਮਰਨ ਕਰਨ ਦਾ ਇੱਕ ਕੁਦਰਤੀ ਨਤੀਜਾ, ਨੈਚੁਰਲੀ ਰਿਜ਼ਲਟ ਨਿਕਲਣਾ ਚਾਹੀਦਾ, ਮਨੁੱਖ ਆਤਮਕ ਤੌਰ 'ਤੇ ਅਮੀਰ ਹੋ ਜਾਏ, ਮਨੁੱਖ ਸਹਿਜ ਵਿੱਚ ਚਲਿਆ ਜਾਏ। ਪਰ ਜੇ ਬਾਣੀ ਪੜ੍ਹਦਿਆਂ ਵੀ ਆਪਾਂ ਸਹਿਜ ਵਿੱਚ ਅਜੇ ਨਹੀਂ ਗਏ, ਇਹਦਾ ਮਤਲਬ ਕਿ ਅਜੇ ਆਪਾਂ ਪੂਰਨ ਤੌਰ 'ਤੇ ਉਸ ਗੱਲ ਨੂੰ ਸਮਝ ਨਹੀਂ ਸਕੇ। ਸਤਿਗੁਰੂ ਜੀ ਕਹਿੰਦੇ ਨੇ ਕਿ ਪੰਡਿਤ ਜੀ ਰਾਮ ਨਾਮ ਜਪ ਬੇੜਾ ਬੰਧੋ, ਚੰਗੀ ਕਿਰਤ ਕਰੋ, ਇਹੀ ਤੁਹਾਡੀ ਮਾਲਾ ਹੈ। ਜੇ ਕਿਰਤ ਚੰਗੀ ਨਹੀਂ ਹੈ, ਕੇਵਲ ਮਾਲਾ ਤੁਹਾਨੂੰ ਰੱਬ ਨਾਲ ਨਹੀਂ ਜੁੜ ਸਕੇਗੀ। ਜੇ ਤੁਸੀਂ ਪੱਥਰ ਦੀ ਜਾਂ ਸਾਲਗ੍ਰਾਮ ਦੀ ਪੂਜਾ ਕਰਦੇ ਹੋ, ਰੱਬ ਨਾਲ ਜੁੜੇ ਤਾਂ ਉਹਦਾ ਕੋਈ ਫਾਇਦਾ ਨਹੀਂ, ਕੇਵਲ ਪਰਮਾਤਮਾ ਨੂੰ ਮਨਾਓ। ਸਾਡਾ ਹਰ ਕਰਮ ਰੱਬ ਦੀਆਂ ਨਜ਼ਰਾਂ 'ਚ ਪ੍ਰਵਾਨ ਹੋਣ ਲਈ ਹੋਣਾ ਚਾਹੀਦਾ। ਬਾਹਰ ਦਿਖਾਵੇ ਦੇ ਕਰਮ ਕੀਤੀਆਂ ਦੁਨੀਆਂ ਪ੍ਰਸੰਨ ਹੋ ਜਾਂਦੀ ਹੈ, ਦੁਨੀਆਂ 'ਚ ਇੱਕ ਭਰਮ ਬਣ ਜਾਂਦਾ ਕਿ ਬੰਦਾ ਬੜਾ ਧਾਰਮਿਕ ਹੈ, ਇਹ ਬੰਦਾ ਬੜਾ ਸੰਤ ਹੈ। ਆਪਾਂ ਅਕਸਰ ਕਹਿੰਦੇ ਫਲਾਣਾ ਬੜੀ ਬੰਦਗੀ ਕਰਦਾ ਜੀ, ਹਰ ਵੇਲੇ 'ਤੇ ਉਹ ਰੱਬ ਦਾ ਨਾਮ ਜਪਦਾ ਰਹਿੰਦਾ, ਮੁਬਾਰਕ ਹੈ। ਪਰ ਗੁਰਬਾਣੀ ਕਹਿੰਦੀ ਜੇ ਪਰਮਾਤਮਾ ਨਹੀਂ ਤੁਰਠਿਆ ਨਾ, ਤਾਂ ਇਹਦਾ ਮਤਲਬ ਕਿ ਅਸੀਂ ਰੱਬ ਦਾ ਨਾਮ ਨਹੀਂ ਜਪਦੇ। ਰੱਬ ਦੀ ਬੰਦਗੀ ਕਰਨੀ, ਰੱਬ ਨੂੰ ਮਨਾ ਲੈਣਾ ਹੀ ਇਹ ਪੱਥਰ ਦੀ, ਇਹ ਸਾਲਗ੍ਰਾਮ ਦੀ ਪੂਜਾ, ਹੋਰ ਕੋਈ ਪੂਜਾ ਨਹੀਂ ਹੈ। ਗੁਰਬਾਣੀ ਵਿੱਚ ਸਤਿਗੁਰੂ ਜੀ ਨੇ ਇੱਕ ਬੜਾ ਪਿਆਰਾ ਬਚਨ ਕਿਹਾ, ਪੂਜਾ ਕੀਚੈ ਨਾਮ ਧਿਆਈਐ, ਬਿਨ ਨਾਵੈ ਪੂਜ ਨਾ ਹੋਈ। ਰੱਬ ਦੀ ਸਭ ਤੋਂ ਵੱਡੀ ਪੂਜਾ ਕਿ ਉਹਦਾ ਸਿਮਰਨ ਕਰੀਏ, ਉਹਦੀ ਯਾਦ ਜੁੜੀਏ। ਸਤਿਗੁਰੂ ਜੀ ਦੇ ਬਚਨ ਕਿ ਰਾਮ ਨਾਮ ਜਪ ਬੇੜਾ ਬੰਧੋ, ਵਾਹਿਗੁਰੂ ਜੀ ਦਾ ਸਿਮਰਨ ਕਰਕੇ ਆਪਣੀ ਸ਼ਖਸੀਅਤ ਦਾ ਇੱਕ ਬੇੜਾ ਤਿਆਰ ਕਰ ਲਓ। ਪਰਮਾਤਮਾ ਦਾ ਸਿਮਰਨ ਕਰਨਾ ਚਾਹੀਦਾ, ਪਰ ਸਿਮਰਨ ਕਰਨ ਦਾ ਅਰਥ ਹੈ ਕਿ ਵਾਹਿਗੁਰੂ ਜੀ ਦੇ ਜੋ ਗੁਣ ਨੇ ਉਹ ਸਾਡੀ ਜ਼ਿੰਦਗੀ ਅੰਦਰ ਆਉਂਦੇ ਜਾਣ। ਦੇਖੋ ਆਪਾਂ ਮੂਲ ਮੰਤਰ ਪੜ੍ਹਦੇ ਹਾਂ, ਗੁਰਬਾਣੀ ਦੇ ਵਿੱਚ ਰੱਬੀ ਗੁਣਾਂ ਦਾ ਹੀ ਜ਼ਿਕਰ ਹੈ। ਵਾਹਿਗੁਰੂ ਜੀ ਨੂੰ ਜਦੋਂ ਆਪਾਂ ਯਾਦ ਕਰਦੇ, ਉਹ ਗੁਣ ਸਾਡੀਆਂ ਅੱਖਾਂ ਦੇ ਸਾਹਮਣੇ ਆ ਜਾਣ। ਉਹ ਹੈ ਇੱਕ ਓਅੰਕਾਰ ਸਤਨਾਮ, ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਆਜੂਨੀ ਸਹਿਬਾਂ ਗੁਰਪ੍ਰਸਾਦ। ਵਾਹਿਗੁਰੂ ਜੀ ਨੂੰ ਯਾਦ ਕਰਦੇ ਹਾਂ ਕਿ ਉਹ ਇੱਕ ਹੈ,
ਆਪਾਂ ਵੀ ਕੋਈ ਏਕਤਾ ਦੀ ਗੱਲ ਕਰੀਏ। ਕੋਈ ਬੰਦਾ ਕਰੇ ਤਾਂ ਰੱਬ ਦੀ ਗੱਲ, ਫਿਰ ਉਹ ਧੜੇਬੰਦੀ ਦੀ ਗੱਲ ਕਰੇ, ਫਿਰ ਉਹ ਗਰੁੱਪਬਾਜ਼ੀ ਦੀ ਗੱਲ ਕਰੇ, ਇਹਦਾ ਮਤਲਬ ਕਿ ਉਹ ਰੱਬ ਨੂੰ ਨਹੀਂ ਯਾਦ ਕਰ ਰਿਹਾ, ਉਹ ਦਿਖਾਵਾ ਕਰ ਰਿਹਾ। ਰੱਬ ਇੱਕ ਹੈ, ਅਤੇ ਰੱਬ ਦੇ ਨਾਂ 'ਤੇ ਏਕਤਾ ਦੀ ਗੱਲ ਹੋਣੀ ਚਾਹੀਦੀ ਹੈ। ਰੱਬ ਦੇ ਨਾਂ 'ਤੇ ਸਾਰਿਆਂ 'ਚੋਂ ਪਰਮਾਤਮਾ ਨਜ਼ਰ ਆਉਣਾ ਚਾਹੀਦਾ। ਪਰਮਾਤਮਾ ਜਿਹੜਾ ਉਹ ਸੱਤ ਹੈ, ਸਦਾ ਕਾਇਮ ਰਹਿਣ ਵਾਲਾ, ਅਤੇ ਬੰਦਗੀ ਕਰਨ ਵਾਲਾ ਵੀ ਸੱਚ ਨਾਲ ਜੁੜ ਜੇ, ਸੱਚ 'ਤੇ ਪਹਿਰਾ ਦੇਵੇ, ਸੱਚਾਈ ਦਾ ਸਾਥ ਦੇਵੇ। ਅੱਜ ਬਹੁਤ ਨੇ ਬੰਦਗੀ ਕਰਨ ਵਾਲੇ, ਇਹਦੇ 'ਚ ਕੋਈ ਘਾਟ ਨਹੀਂ ਹੈ। ਧਰਮ ਦੀ ਦੁਨੀਆ 'ਚ ਕਿਸੇ ਵੀ ਧਰਮ 'ਚ ਨਜ਼ਰ ਮਾਰ ਲਈਏ, ਪਰ ਸੱਚਾਈ ਨਾਲ ਖੜ੍ਹੇ ਹੋਣ ਵਾਲੇ ਕਿੰਨੇ ਕੁ ਨੇ। ਗੁਰੂ ਸਾਹਿਬਾਂ ਦੇ ਵੇਲੇ ਵੀ ਰੱਬ ਦੀ ਬੰਦਗੀ ਕਰਨ ਵਾਲੇ ਬੜੇ ਸਨ, ਮਾਲਾ ਫੇਰਨ ਵਾਲੇ ਬੜੇ ਸਨ, ਪਰ ਦੁਖੀਆਂ ਦੇ ਨਾਲ, ਗਰੀਬਾਂ ਦੇ ਨਾਲ ਖੜ੍ਹੇ ਹੋਣ ਵਾਲੇ ਕਿੰਨੇ ਸਨ? ਸੱਚ ਦੀ ਗੱਲ ਕਰਨ ਵਾਲੇ ਕਿੰਨੇ ਸਨ? ਸਤਨਾਮ 'ਤੇ ਆਪਾਂ ਕਿੰਨੇ, ਪਰ ਸੱਚ 'ਤੇ ਖੜ੍ਹੇ ਹੋਣ ਵਾਲੇ ਕਿੰਨੇ ਕਿੰਨੇ? ਸਿਮਰਨ ਕਰਨ ਦਾ ਅਰਥ ਹੈ ਕਿ ਸਾਡੇ ਅੰਦਰ ਸੱਚਾਈ ਵੱਸ ਜਾਏ, ਸੱਚ ਸੁਣੀਏ, ਸੱਚ ਵੇਖੀਏ, ਸੱਚ ਬੋਲੀਏ। ਵਾਹਿਗੁਰੂ ਕਰਤਾ ਪੁਰਖ ਹੈ, ਉਹਨੇ ਕ੍ਰੀਏਸ਼ਨ ਕੀਤੀ, ਕ੍ਰੀਏਟ ਕੀਤਾ ਜਗਤ ਨੂੰ, ਅਤੇ ਮਨੁੱਖ ਦਾ ਵੀ ਫਰਜ਼ ਇਸ ਧਰਤੀ 'ਤੇ ਆਇਆ ਵੀ ਕੋਈ ਨਾ ਕੋਈ ਸਿਰਜਣਾ ਕਰੇ। ਧਰਮ ਦੀ ਦੁਨੀਆ 'ਤੇ ਬਹੁਤ ਵਿਹਲੇ ਲੋਕ ਫਿਰਦੇ ਨੇ, ਜ਼ਿਆਦਾਤਰ ਵਿਹਲੇ ਰਹਿਣ ਨੂੰ ਧਰਮ ਗਿਣਿਆ ਗਿਆ, ਔਰ ਹਿੰਦੁਸਤਾਨ ਦੀ ਧਰਤੀ 'ਤੇ ਧਰਮ ਦੇ ਨਾਂ 'ਤੇ ਵਿਹਲੜ ਪੈਦਾ ਕੀਤੇ ਗਏ। ਲੇਕਿਨ ਗੁਰੂ ਨਾਨਕ ਸਾਹਿਬ ਨੇ ਵਿਹਲੜਾਂ ਦਾ ਪੰਥ ਨਹੀਂ ਬਣਾਇਆ, ਗੁਰੂ ਨਾਨਕ ਸਾਹਿਬ ਜੀ ਨੇ ਕਿਰਤੀਆਂ ਦਾ। ਗੁਰਬਾਣੀ ਕਹਿੰਦੀ ਪਰਮਾਤਮਾ ਕਿਰਤ ਕਰ ਰਿਹਾ ਹੈ, ਪਰਮਾਤਮਾ ਜਗਤ ਦੀ ਕਿਰਤ ਕਰ ਰਿਹਾ ਹੈ, ਅਤੇ ਪਰਮਾਤਮਾ ਦੀ ਬੰਦਗੀ ਕਰਨ ਵਾਲੇ ਨੂੰ ਕੁਝ ਕ੍ਰੀਏਟ ਕਰਨਾ ਚਾਹੀਦਾ, ਕੋਈ ਕਿਰਤ ਕਰਨੀ ਚਾਹੀਦੀ ਹੈ। ਉਹ ਵਾਹਿਗੁਰੂ ਕਰਤਾ ਪੁਰਖ ਹੈ, ਉਹਨੂੰ ਯਾਦ ਕਰਦੇ ਅਸੀਂ ਕਿਰਤੀ ਬਣ ਜਾਈਏ। ਵਾਹਿਗੁਰੂ ਨਿਰਵੈਰ ਹੈ, ਉਹਨੂੰ ਯਾਦ ਕਰਦਿਆਂ ਸਾਡੇ ਅੰਦਰੋਂ ਵੈਰ ਭਾਵ ਖਤਮ ਹੋ ਜਾਏ। ਆਪਾਂ ਜਿੱਧਰ ਜਾਈਏ, ਸਭ ਮੈਂ ਜੋਤ, ਜੋਤ ਹੈ ਸੋਏ, ਤਿਸ ਦੇ ਚਾਨਣ, ਸਭ ਮੈਂ ਚਾਨਣ ਹੋਏ। ਸਾਨੂੰ ਹਰ ਮਨੁੱਖ ਦੇ ਵਿੱਚੋਂ ਪਰਮਾਤਮਾ ਨਜ਼ਰ ਆਏ। ਅਸੀਂ ਦੂਸਰਿਆਂ ਦੀ ਗੱਲ ਨਹੀਂ ਕਰਦੇ, ਕੌਮੀ ਤੌਰ 'ਤੇ ਆਪਾਂ ਬੈਠ ਕੇ ਦੇਖ ਲਈਏ। ਅਸੀਂ ਸਾਰੇ ਗੁਰੂ ਕੇ ਸਿੱਖ ਹਾਂ, ਆਪੋ ਆਪਣੇ ਅੰਦਰ ਝਾਤ ਮਾਰੀਏ ਕਿ ਸਿੱਖੀ ਦੇ ਨਾਂ 'ਤੇ ਆਪਾਂ ਕਿੰਨੇ ਕੁ ਵੰਡੇ ਗਏ ਹਾਂ, ਸੰਪਰਦਾਇਕਤਾ ਦੇ ਨਾਂ 'ਤੇ ਵੰਡੇ ਗਏ ਹਾਂ। ਇਹ ਉਸ ਮਤ ਦਾ, ਇਹ ਉਸ ਧੜੇ ਦਾ, ਇਹ ਉਸ ਜਥੇਬੰਦੀ ਦਾ, ਅਸੀਂ ਤਾਂ ਇਸ ਤਕਰਾਰ ਤੋਂ ਨਹੀਂ ਉਚੋੜ ਸਕੇ, ਆਪਾਂ ਕੀ ਸਿਮਰਨ ਕਰਦੇ ਹਾਂ? ਸਿਮਰਨ ਕਰਨ ਦਾ ਅਸੀਂ ਨਿਰਵੈਰ ਹੋ ਜਾਈਏ। ਸਾਨੂੰ ਹਰ ਮਨੁੱਖ ਦੇ ਵਿੱਚੋਂ ਪਰਮਾਤਮਾ ਅਤੇ ਗੁਰੂ ਨਜ਼ਰ ਆਏ। ਗੁਰੂ ਕਲਗੀਧਰ ਪਾਤਸ਼ਾਹ ਜੀ ਦੇ ਕੋਲ ਇੱਕ ਵਿਅਕਤੀ ਸੇਵਾ ਕਰਦਾ, ਛੋਟੀ ਜਿਹੀ ਉਮਰ ਹੈ, ਉਹਦਾ ਨਾਂ ਹੈ ਜੱਗਾ ਸਿੰਘ, ਬੜੀ ਸੇਵਾ ਕਰਦਾ। ਸੇਵਾ ਕਰਦਿਆਂ ਸਤਿਗੁਰੂ ਜੀ ਦਾ ਮਾਣ ਬੜਾ ਉਹਨੇ ਪ੍ਰਾਪਤ ਕਰ ਲਿਆ। ਕੁਝ ਉਹ ਲੋਕ ਹੁੰਦੇ ਨੇ ਜਿਹੜੇ ਸੇਵਾ ਕਰਕੇ ਮਾਣ ਪ੍ਰਾਪਤ ਕਰਦੇ ਨੇ, ਕੁਝ ਫੋਕੀ ਚੌਧਰ ਚਾਹੁੰਦੇ ਨੇ। ਇਹੋ ਜਿਹੇ ਲੋਕਾਂ ਨੇ ਸੋਚਿਆ ਕਿ ਬੱਚਾ ਜਿਹਾ ਹੈ, ਬਹੁਤਾ ਚੌਧਰੀ ਬਣਿਆ ਫਿਰਦਾ, ਕੱਲ੍ਹ ਦਾ ਸ਼ੁਕਰਾ ਅੱਜ ਅੱਗੇ ਲੱਗ ਗਿਆ। ਇਵੇਂ ਹੁੰਦਾ ਨਾ, ਪੁਰਾਣੇ ਬੰਦੇ ਛੱਡਣਾ ਨਹੀਂ ਚਾਹੁੰਦੇ ਕਬਜ਼ਾ। ਅੱਜ ਰੌਲਾ ਕੀ ਹੈ ਕਿ ਜਿਹੜੇ ਪੁਰਾਣੇ, ਉਹ ਕਹਿੰਦੇ ਜੀ ਕਬਜ਼ਾ ਸਾਡੇ ਰੇ, ਛੋਕਰੇ ਕੀ ਕਰ ਸਕਦੇ ਨੇ। ਉਹਨਾਂ ਨੇ ਇੱਕ ਦਿਨ ਫੜ ਕੇ ਉਹਨੂੰ ਕੁੱਟਤਾ, ਕਾਫੀ ਕੁੱਟਿਆ। ਪਿਆਰ ਵਾਲਿਆਂ ਨੇ ਚੁੱਕ ਕੇ ਸਤਿਗੁਰੂ ਜੀ ਕੋਲ ਲੈ ਆਉਂਦਾ। ਸਤਿਗੁਰੂ ਜੀ ਕਹਿੰਦੇ ਤੈਨੂੰ ਕਿੰਨ ਮਾਰਿਆ? ਕਹਿੰਦਾ ਜੀ ਕਿਸੇ ਨੇ ਨਹੀਂ ਮਾਰਿਆ। ਸਤਿਗੁਰੂ ਜੀ ਕਹਿੰਦੇ ਤੈਨੂੰ ਸੱਟਾਂ ਲੱਗੀਆਂ, ਖੂਨ ਵਗ ਰਿਹਾ, ਤੈਨੂੰ ਕਿਸੇ ਨੇ ਮਾਰਿਆ? ਕਹਿਣਗਾ ਮਹਾਰਾਜ ਤੁਸੀਂ ਮਾਰਿਆ, ਹੋਰ ਕਿੰਨ ਮਾਰਨਾ? ਤੁਹਾਡੇ ਤੋਂ ਬਿਨਾਂ ਕੋਈ ਮਾਰ ਸਕਦਾ? ਜਿਨ੍ਹਾਂ ਨੇ ਮਾਰਿਆ ਉਹਨਾਂ 'ਚ ਤਾਂ ਤੁਸੀਂ ਬੈਠੇ ਹੋ। ਸਤਿਗੁਰੂ ਜੀ ਨੇ ਇੱਕ ਗੱਲ ਕਹੀ, ਉਹ ਮਾਰਨ ਵਾਲਿਓ, ਇਹਨੂੰ ਤਾਂ ਮਾਰਨ ਵਾਲਿਆਂ 'ਚੋਂ ਵੀ ਗੁਰੂ ਨਜ਼ਰ ਆ ਰਿਹਾ, ਤੁਹਾਨੂੰ ਗੁਰੂ ਦੇ ਸੇਵਾਦਾਰ 'ਚੋਂ ਗੁਰੂ ਨਜ਼ਰ ਨਾ ਆਇਆ। ਸਾਨੂੰ ਸਿੱਖ 'ਚੋਂ ਗੁਰੂ ਨਜ਼ਰ ਨਹੀਂ ਆਉਂਦਾ, ਅਸੀਂ ਦੂਜੀ ਮਾਨਵਤਾ 'ਚੋਂ ਗੁਰੂ ਕਿੱਥੋਂ ਦੇਖਣਾ? ਸਿਮਰਨ ਦਾ ਅਰਥ ਬੰਦਾ ਨਿਰਵੈਰ ਹੋ ਜਾਏ। ਸਿਮਰਨ ਦੇ ਨਾਂ 'ਤੇ ਬਹੁਤ ਜਥੇਬੰਦੀਆਂ ਨੇ, ਮੁਬਾਰਕ ਹੈ। ਮੈਂ ਲੁਧਿਆਣੇ 'ਚ ਰਹਿੰਦਾ, ਮੈਨੂੰ ਪਤਾ ਹੈ, ਪਿਛਲੇ ਸਾਲ ਇੱਕ ਜਥੇਬੰਦੀ ਬਣੀ ਸੀ, ਉਹ 'ਚ ਦੋ ਬਣ ਜਾਂਦੀਆਂ, ਤਿੰਨ ਬਣ ਜਾਂਦੀਆਂ ਨੇ, ਫਿਰ ਉਹਨਾਂ ਦਾ ਵੱਖਰਾ ਵੱਖਰਾ ਰਸਤਾ ਹੋ ਜਾਂਦਾ। ਇਹ ਸਿਮਰਨ ਹੈ ਕੋਈ? ਸਿਮਰਨ ਦਾ ਅਰਥ ਨਿਰਵੈਰ ਹੋ ਜਾਣਾ, ਸਿਮਰਨ ਦਾ ਅਰਥ ਨਿਰਭਉ ਹੋ ਜਾਣਾ, ਸਿਮਰਨ ਦਾ ਅਰਥ ਹੈ ਅੰਦਰੋਂ ਡਰ ਤੋਂ ਮੁਕਤ ਹੋ ਜਾਣਾ। ਸਤਿਗੁਰੂ ਜੀ ਕਹਿੰਦੇ ਰਾਮ ਨਾਮ ਜਪ ਬੇੜਾ ਬੰਧੋ ਦਇਆ ਕਰੋ ਦਿਆਲਾ। ਵਾਹਿਗੁਰੂ ਜੀ ਦਾ ਸਿਮਰਨ ਕਰਦਿਆਂ ਆਪਣੀ ਸ਼ਖਸੀਅਤ ਦਾ ਇੱਕ ਬੇੜਾ ਇਹੋ ਜਿਹਾ ਤਿਆਰ ਕਰ ਲਓ ਕਿ ਕੋਈ ਵਿਕਾਰ ਤੁਹਾਡੇ 'ਤੇ ਭਾਰੂ ਨਾ ਹੋ ਸਕੇ। ਜਿਵੇਂ ਆਪਾਂ ਬੇੜੇ 'ਤੇ ਚੜ੍ਹੇ ਹੁੰਦੇ ਹਾਂ, ਪਾਣੀ 'ਤੇ ਡੁੱਬਣ ਦਾ ਡਰ ਨਹੀਂ ਨਾ ਰਹਿੰਦਾ। ਇਹ ਦੁਨੀਆ ਭਾਉ ਸਾਗਰ ਹੈ, ਇਹ ਇੱਕ ਧਾਰਨਾ ਹੈ ਕਿ ਮਰਨ ਤੋਂ ਬਾਅਦ ਕੋਈ ਸਮੁੰਦਰ ਤਾਰ ਕਰਨਾ, ਇਹੀ ਹੈ ਨਾ। ਪਰ ਗੁਰਬਾਣੀ ਕਹਿੰਦੀ ਜਿਉਂਦੇ ਜੀ ਜਿਸ ਸਮੁੰਦਰ 'ਚ ਅਸੀਂ ਗੋਤੇ ਖਾ ਰਹੇ, ਉਹਦੇ 'ਚੋਂ ਬਾਹਰ ਨਿਕਲੋ ਪਹਿਲਾਂ। ਦਰਅਸਲ ਸਮੁੰਦਰ ਸਾਡੇ ਅੰਦਰ ਹੈ, ਉਹ ਭਾਉ ਸਾਗਰ ਵਿਕਾਰਾਂ ਦਾ ਸਾਡੇ ਅੰਦਰ ਹੈ। ਸਤਿਗੁਰੂ ਜੀ ਕਹਿੰਦੇ ਵਾਹਿਗੁਰੂ ਦਾ ਸਿਮਰਨ ਕਰਕੇ ਪੰਡਿਤ ਜੀ ਆਪਣੀ ਸ਼ਖਸੀਅਤ ਨੂੰ ਇੰਨਾ ਮਜ਼ਬੂਤ ਬਣਾ ਲਓ, ਇੱਕ ਬੇੜਾ ਬਣਾ ਲਓ, ਵਾਹਿਗੁਰੂ ਅੱਗੇ ਅਰਦਾਸ ਕਰਿਆ ਕਰੋ ਕਿ ਕੋਈ ਵਿਕਾਰ ਤੁਹਾਡੇ 'ਤੇ ਭਾਰੂ ਨਾ ਹੋਏ। ਪਰ ਜੇ ਇਹ ਕੁਝ ਨਹੀਂ ਕਰੋਗੇ ਤਾਂ ਫਿਰ ਕਾਹੇ ਕਲਰਾ ਸਿੰਚੋ ਜਨਮ ਗਵਾਵੋ। ਐਵੇਂ ਕਲਰ ਨੂੰ ਪਾਣੀ ਕਿਉਂ ਦੇ ਰਹੇ ਹੋ? ਦਿਖਾਵੇ ਦੀ ਭਗਤੀ ਕਰਨਾ ਕੇਵਲ ਕਲਰ ਨੂੰ ਪਾਣੀ ਦੇਣਾ, ਕਲਰ ਨੂੰ ਪਾਣੀ ਦਿੱਤਿਆਂ ਕੋਈ ਫਸਲ ਪੈਦਾ ਨਹੀਂ ਹੋਏਗੀ। ਕਾਚੀ ਟਹਿਗ ਦੀਵਾਰ ਕਾਹੇ ਗੱਚ ਲਾਵੋ। ਸਤਿਗੁਰੂ ਜੀ ਕਹਿੰਦੇ ਕੱਚੀ ਦੀਵਾਰ ਨੂੰ ਤੁਸੀਂ ਜਿੰਨਾ ਮਰਜ਼ੀ ਚੂਨੇ ਦਾ ਪਲਸਤਰ ਕਰੀ ਜਾਓ, ਸੀਮਿੰਟ ਦਾ ਪਲਸਤਰ ਕਰੀ ਜਾਓ, ਉਹਦਾ ਕੋਈ ਫਾਇਦਾ ਨਹੀਂ ਹੈ। ਅੰਦਰੋਂ ਜੀਵਨ ਨਹੀਂ ਹੈ, ਅੰਦਰੋਂ ਥੋਥੇ ਹਾਂ, ਬਾਹਰੋਂ ਚਿੱਟੇ ਕੱਪੜੇ ਪਾਈ ਰੱਖਾਂ ਮੈਂ, ਬਾਹਰੋਂ ਮੈਂ ਮਾਲਾ ਦਿਖਾ ਕੇ ਫਿਰਾਂ ਉੱਚੀ ਜੀ ਕਰਕੇ, ਹਾਲਾਂਕਿ ਸਿਮਰਨ ਆਪਣਾ ਨਿੱਜੀ ਮਸਲਾ ਹੈ, ਇਹ ਦਿਖਾਵੇ ਦਾ ਮਸਲਾ ਨਹੀਂ ਹੈ। ਕਈ ਬੜੇ ਦਿਖਾ ਕੇ ਫਿਰਦੇ ਨੇ ਮਾਲਾ, ਉਹਦਾ ਕੀ ਫਾਇਦਾ? ਇਹ ਤਾਂ ਕੇਵਲ
ਕੱਚੀ ਦੀਵਾਰ ਦੇ ਉੱਪਰ ਚੂਨਾ ਫੇਰਨ ਵਾਲੀ ਗੱਲ ਹੈ। ਸਤਿਗੁਰੂ ਜੀ ਨੇ ਅਗਲੀ ਗੱਲ ਬੜੀ ਪਿਆਰੀ ਕੀ, ਕਰ ਹਰ ਟਮਾਲ ਤਨ ਤਾਨ ਪਰੋਵੋ, ਕਹਿਣਗੇ ਤੇ ਭੀਤਰ ਮਨ ਜੋਵੋ। ਆਪਾਂ ਜ਼ਿਮੀਂਦਾਰ ਘਰਾਣੇ ਨਾਲ ਜ਼ਿਆਦਾ ਸੰਬੰਧ ਤੱਕ ਦੀ ਖੂਹਾਂ ਨਾਲ ਖੇਤੀ ਕਰਦੇ ਸਨ। ਖੂਹ ਦੀ ਮਾਲ ਜਿਹੜੀ ਮਾਲਾ ਮਾਲ ਸੀ, ਟਿੰਡਾਂ ਦੀ ਜਿਹੜੀ ਚੇਨ ਸੀ ਉਹ ਗਿੜਦੀ ਸੀ, ਪਾਣੀ ਆਉਂਦਾ ਸੀ। ਸਤਿਗੁਰੂ ਜੀ ਕਹਿੰਦੇ ਨੇ ਆਪਣੇ ਹੱਥਾਂ ਨੂੰ ਖੂਹ ਦੀ ਮਾਲਾ ਬਣਾ ਲੈ, ਹੱਥਾਂ ਨਾਲ ਕਿਰਤ ਕਰ। ਧਰਮੀ ਬੰਦਾ ਕਿਰਤੀ ਹੋਣਾ ਚਾਹੀਦਾ। ਧਰਮੀ ਉਹ ਨਹੀਂ ਹੈ ਜਿਹੜਾ ਜ਼ਿਆਦਾ ਮਾਲਾ ਫੇਰਦਾ, ਕੋਈ ਫੇਰੇ ਮੁਬਾਰਕ ਹੈ। ਧਰਮੀ ਉਹ ਨਹੀਂ ਜਿਹੜਾ ਜ਼ਿਆਦਾ ਵਿਹਲਾ ਰਹਿੰਦਾ ਜਾਂ ਜ਼ਿਆਦਾ ਕੋਈ ਭੋਰੇ 'ਚ ਵੜ ਕੇ ਬੈਠ ਗਿਆ। ਧਰਮੀ ਉਹ ਹੈ ਜਿਹੜਾ ਆਪਣੇ ਹੱਥੀਂ ਕਿਰਤ ਕਰਦਾ। ਧਰਮੀ ਉਹ ਹੈ ਜਿਹੜਾ ਸਮਾਜ ਵਿੱਚੋਂ ਬੁਰਾਈਆਂ ਨੂੰ ਦੂਰ ਕਰਨ ਦੀ ਗੱਲ ਕਰਦਾ। ਧਰਮੀ ਉਹ ਹੈ ਜਿਹੜਾ ਮਨੁੱਖਤਾ ਦੀ ਸੇਵਾ ਦੀ ਗੱਲ ਕਰਦਾ। ਅਕਸਰ ਮੈਂ ਇੱਕ ਬੇਨਤੀ ਕਰਦਾ ਕਿ ਕੋਈ ਬੱਚਾ ਸਾਡਾ ਮੈਡੀਕਲ ਕਾਲਜ ਪੜ੍ਹਨ ਜਾਂਦਾ, ਸਾਰੀ ਜ਼ਿੰਦਗੀ ਉਹ ਮੈਡੀਕਲ ਕਾਲਜ ਬੈਠਾ ਰਹੇ, ਉਹਨੂੰ ਕਿਸੇ ਨੇ ਡਾਕਟਰ ਨਹੀਂ ਕਹਿਣਾ। ਡਾਕਟਰ ਨੂੰ ਉਦੋਂ ਕਹਿਣਾ ਜਦੋਂ ਆ ਕੇ ਲੋਕਾਂ ਨੂੰ ਦਵਾਈ ਦੇਵੇਗਾ, ਲੋਕਾਂ ਦੇ ਰੋਗ ਦੂਰ। ਲੋਕ ਕਹਿਣਗੇ ਡਾਕਟਰ ਬੜਾ ਸਿਆਣਾ, ਕਾਲਜ 'ਚ ਬੈਠੇ ਨੂੰ ਕਿਸੇ ਨੇ ਡਾਕਟਰ ਨਹੀਂ ਕਹਿਣਾ। ਕੋਈ ਬੰਦਾ ਸਾਰੀ ਜ਼ਿੰਦਗੀ ਧਰਮ ਸਥਾਨ 'ਤੇ ਬੈਠਾ ਰਹੇ, ਧਾਰਮਿਕ ਭੇਖ ਪਾ ਕੇ ਬੈਠਾ ਰਹੇ, ਉਹਨੂੰ ਕਿਸੇ ਨੇ ਧਰਮੀ ਨਹੀਂ ਕਹਿਣਾ। ਧਰਮੀ ਉਦੋਂ ਬਣੇਗਾ ਜਦੋਂ ਲੋਕਾਂ ਦੇ ਦੁੱਖ ਦੂਰ ਕਰੇਗਾ, ਜਦੋਂ ਸਮਾਜ 'ਚੋਂ ਬੁਰਾਈਆਂ ਦੂਰ ਕਰੇਗਾ। ਗੁਰਮਤਿ ਦਾ ਮੁੱਖ ਮਨੋਰਥ ਹੈ ਮਨੁੱਖ ਦੇ ਜੀਵਨ ਨੂੰ ਸਵਾਰਨਾ ਅਤੇ ਸਮਾਜ ਨੂੰ ਸਵਾਰਨਾ, ਸਮਾਜ ਵਿੱਚੋਂ ਬੁਰਾਈਆਂ ਨੂੰ ਦੂਰ ਕਰਨਾ। ਗੁਰੂ ਕਲਗੀਧਰ ਪਾਤਸ਼ਾਹ ਕਹਿੰਦੇ ਨੇ ਕਿ ਇਸ ਦੁਨੀਆਂ 'ਤੇ ਆਇਆ ਕੁਬੁੱਧ ਕਰਨ 'ਤੇ ਲੋਕ ਹਟਾਏ, ਦੁਨੀਆਂ 'ਚੋਂ ਕੁਬੁੱਧ ਨੂੰ ਦੂਰ ਕਰਨਾ। ਇਸ ਕਰਕੇ ਸਤਿਗੁਰੂ ਜੀ ਕਹਿੰਦੇ ਨੇ ਆਪਣੇ ਹੱਥਾਂ ਨੂੰ ਮਾਲਾ ਬਣਾ ਲਾ, ਖੂਹ ਦੀ ਮਾਲ ਬਣਾ ਲੈ, ਚੇਨ ਜਿਹੜੀ ਹੁੰਦੀ ਟਿੰਡਾਂ ਦੀ, ਜਿਵੇਂ ਆਪਾਂ ਉਹਦੇ ਨਾਲ ਪਾਣੀ ਕੱਢਦੇ ਨਾ, ਆਪਣੇ ਹੱਥਾਂ ਨਾਲ ਕਿਰਤ ਕਰ। ਫਿਰ ਅਗਲੀ ਗੱਲ, ਤੇਹ ਭੀਤਰ ਮਨ ਜੋਵੋ, ਜਿਵੇਂ ਖੂਹ ਦੇ ਅੱਗੇ ਆਪਾਂ ਬਲਦ ਜੋੜਦੇ ਸਾਂ, ਪਸ਼ੂ ਜੋੜਦੇ, ਖੂਹ ਨੂੰ ਗੇੜਦੇ ਸਾਂ, ਕਹਿਣ ਲੱਗੇ ਜਿਹੜੀ ਤੂੰ ਹੱਥਾਂ ਦੇ ਨਾਲ ਕਿਰਤ ਕਰਦਾ ਨਾ, ਉਹਦੇ ਵਿੱਚ ਫਿਰ ਆਪਣਾ ਮਨ ਜੋੜ। ਜਿਵੇਂ ਖੂਹ ਦੇ ਅੱਗੇ ਆਪਾਂ ਬਲਦ ਜੋੜ ਕੇ ਖੂਹ ਨੂੰ ਗੇੜਦੇ ਹਾਂ, ਆਪਣੀ ਕਿਰਤ ਦੇ ਵਿੱਚ ਮਨ ਲਗਾ, ਹਰ ਕੰਮ ਦੇ ਵਿੱਚ ਮਨ ਲਗਾ ਕੇ ਸਫਲਤਾ ਮਿਲਦੀ ਹੈ। ਅੰਮ੍ਰਿਤ ਸਿੰਚੋ ਭਰੋ ਕਿਆਰੇ ਤਉ ਮਾਲੀ ਕੇ ਹੋਵੋ। ਪਰਮਾਤਮਾ ਇਸ ਜਗਤ ਦਾ ਮਾਲੀ ਹੈ, ਉਹਨੇ ਸਾਨੂੰ ਸਰੀਰ ਦਾ ਇੱਕ ਖੇਤ ਦਿੱਤਾ ਹੋਇਆ। ਹੁਣ ਸਾਡੀ ਜ਼ਿੰਮੇਵਾਰੀ ਇਸ ਸਰੀਰ ਨੂੰ ਅੰਮ੍ਰਿਤ ਦੇ ਨਾਲ ਭਰਪੂਰ ਕਰਨਾ। ਅੰਮ੍ਰਿਤ ਹੈਗਾ ਸਾਡੇ ਅੰਦਰ ਹੀ ਹੈ, ਬਾਹਰ ਨਹੀਂ ਹੈ ਕਿਤੇ। ਗੁਰਬਾਣੀ ਇਹ ਗੱਲ ਕਹਿੰਦੀ ਹੈ, ਨੌ ਨਿਧ ਅੰਮ੍ਰਿਤ ਪ੍ਰਭ ਕਾ ਨਾਮ ਦੇਹੀ ਮੈਂ ਇਸਕਾ ਵਿਸਰਾਮ, ਘਰ ਹੀ ਮੈਂ ਅੰਮ੍ਰਿਤ ਭਰਪੂਰ ਹੈ। ਸਾਹਿਬ ਜੀ ਕਹਿੰਦੇ ਨੇ ਹਰ ਮਨੁੱਖ ਦੇ ਅੰਦਰ ਅੰਮ੍ਰਿਤ ਭਰਿਆ ਹੋਇਆ। ਅੰਮ੍ਰਿਤ ਦਾ ਅਰਥ ਹੁੰਦਾ ਹੈ ਰਬੀ ਗੁਣ, ਅੰਮ੍ਰਿਤ ਦਾ ਅਰਥ ਹੁੰਦਾ ਉਹ ਵਸਤੂ ਜਿਹਨੂੰ ਪ੍ਰਾਪਤ ਕਰਕੇ ਅਸੀਂ ਮੌਤ ਤੋਂ ਰਹਿਤ ਹੋ ਜਾਈਏ, ਮੌਤ ਦਾ ਡਰ ਹੀ ਕੱਟਿਆ ਜਾਏ। ਹੁਣ ਅੰਮ੍ਰਿਤ ਅਸੀਂ ਬਹੁਤ ਸਾਰਿਆਂ ਨੇ ਛਕਿਆ, ਲੇਕਿਨ ਮੌਤ ਦਾ ਡਰ ਸਾਨੂੰ ਉੱਦਾਂ ਹੀ ਹੈ। ਅੰਮ੍ਰਿਤ ਛਕਣ ਦਾ ਅਰਥ ਇਹ ਹੈ, ਦੇਖੋ ਆਪਾਂ ਸਤਿਗੁਰੂ ਜੀ ਦੀ ਹਜ਼ੂਰੀ 'ਚ ਪੰਜਾਂ ਪਿਆਰਿਆਂ ਕੋਲ ਆ ਕੇ ਖੰਡੇ ਕੀ ਪੌਲ ਪ੍ਰਾਪਤ ਕਰਦੇ ਹਾਂ। ਪੰਜ ਪਿਆਰੇ ਸਾਹਿਬਾਨ ਸਾਨੂੰ ਪਹਿਲਾਂ ਇੱਕ ਗੱਲ ਕਹਿੰਦੇ ਨੇ ਕਿ ਜੇ ਅੰਮ੍ਰਿਤ ਛਕਣਾ ਨਾ, ਦਾਤ ਲੈਣੀ ਅਤੇ ਸਿਰ ਦੇਣਾ ਪਏਗਾ, ਸਿਰ ਦੇਣਾ ਪਏਗਾ। ਅਸੀਂ ਕਹਿੰਦੇ ਜੀ ਸਿਰ ਦੇਣ ਲਈ ਤਿਆਰ ਹਾਂ, ਅਸੀਂ ਇੱਕ ਬੰਨੇ ਕਹਿੰਦੇ ਸਿਰ ਦੇਣ ਲਈ ਤਿਆਰ ਹਾਂ, ਲੇਕਿਨ ਹੰਕਾਰ ਨਾਲੇ ਚੁੱਕੀ ਫਿਰਦੇ ਆਪਾਂ। ਕੋਈ ਗੋਲਕ 'ਚ ਪੈਸੇ ਰੱਖ ਕੇ ਚੁੱਕ ਲਏ, ਆਪਾਂ ਕਹਿੰਦੇ ਉਹ ਮਹਾਰਾਜ ਨੂੰ ਮੱਥਾ ਟੇਕ ਕੇ ਚੁੱਕ ਲਏ ਪੈਸੇ ਨੇ, ਬੜੀ ਮਾੜੀ ਗੱਲ ਕੀਤੀ ਹੈ। ਪਰ ਆਪਾਂ ਕਦੀ ਨਹੀਂ ਸੋਚਿਆ ਅਸੀਂ ਤਾਂ ਗੁਰੂ ਨੂੰ ਸਿਰ ਦੇ ਕੇ ਨਾਲ ਹੀ ਚੁੱਕੀ ਫਿਰਦੇ ਹਾਂ, ਸਿਆਣਪਾਂ ਨਾਲ ਹੀ ਚੁੱਕੀ ਫਿਰਦੇ ਹਾਂ। ਸਿਰ ਦੇਣ ਦਾ ਅਸੀਂ ਮਨ ਦੀਆਂ ਚਿਤਰਾਈਆਂ ਛੱਡ ਦੇਣੀਆਂ, ਸਿਰ ਦੇਣ ਦਾ ਅਸੀਂ ਮਨ ਦਾ ਹੰਕਾਰ ਛੱਡ ਦੇਣਾ। ਇਹ ਹੰਕਾਰ ਕਰਕੇ ਕੱਲ ਕਲੇਸ਼ ਹੈ, ਹੋਰ ਕੋਈ ਕਾਰਨ ਨਹੀਂ ਹੈ। ਜਿੱਥੇ ਹੰਕਾਰ ਹੋਏਗਾ ਧੜੇਬੰਦੀ ਉੱਥੇ ਹੋਏਗੀ, ਜਿੱਥੇ ਹੰਕਾਰ ਹੋਏਗਾ ਲੜਾਈ ਉੱਥੇ ਹੋਵੇਗੀ। ਸਤਿਗੁਰੂ ਜੀ ਨੇ ਪਹਿਲਾਂ ਕਿਹਾ ਸੀ ਜੇ ਮੇਰੇ ਨਾਲ ਜੁੜਨਾ ਪਹਿਲਾਂ ਮਰਨ ਕਬੂਲ ਜੀਵਨ ਕੀ ਛੱਡ ਆਸ, ਪਹਿਲਾਂ ਮਰਨਾ ਪ੍ਰਵਾਨ ਕਰ ਲਿਆ। ਬੰਦਾ ਸਰੀਰਕ ਤੌਰ 'ਤੇ ਰੋਗੀ ਹੋਏ ਨਾ, ਕਿਤੇ ਅੱਖਾਂ ਖਰਾਬ ਹੋ ਜਾਣ, ਅਤੇ ਉਹ ਕਹਿੰਦਾ ਡਾਕਟਰ ਜੀ ਕੋਈ ਅੱਖਾਂ ਡੋਨੇਟ ਕਰ ਦੇਵੇ, ਗਰੀਬ ਹੋਏ ਅਮੀਰ ਹੋਏ ਚੰਗਾ ਮਾੜਾ ਹੋਏ ਹਿੰਦੂ ਹੋਏ ਮੁਸਲਮਾਨ, ਕੋਈ ਦੇ ਅਤੇ ਮੈਨੂੰ ਲੈ ਦਿਓ ਤਾਂ ਕਿ ਮੈਨੂੰ ਦਿਸਣਾ ਸ਼ੁਰੂ ਹੋ ਜਾਏ। ਬੰਦੇ ਦਾ ਖੂਨ ਖਰਾਬ ਹੋਏ ਅਤੇ ਆਪਾਂ ਕਹਿੰਦੇ ਡਾਕਟਰ ਸਾਹਿਬ ਖੂਨ ਚਾਹੀਦਾ, ਆਪਾਂ ਕਦੀ ਨਹੀਂ ਪੁੱਛਿਆ ਖੂਨ ਕਿਹਦਾ, ਚੰਗੇ ਦਾ ਮਾੜੇ ਦਾ, ਕੌਣ ਸੀ ਬੰਦਾ, ਕਦੀ ਨਹੀਂ ਪੁੱਛਿਆ ਆਪਾਂ। ਉਹ ਹਿੰਦੂ ਦਾ ਸੀ ਮੁਸਲਮਾਨ ਦਾ ਕਦੀ ਪੁੱਛਦੇ ਹੀ ਨਹੀਂ। ਬੰਦੇ ਦੀਆਂ ਕਦੇ ਕਿਡਨੀਆਂ ਖਰਾਬ ਹੋ ਜਾਣ, ਵਾਹਿਗੁਰੂ ਮਿਹਰ ਕਰੇ ਸਾਰਿਆਂ ਨੂੰ ਤੰਦਰੁਸਤੀ ਬਖਸ਼ੇ, ਪਰ ਹੋ ਜਾਂਦਾ ਜ਼ਿੰਦਗੀ 'ਚ। ਆਪਾਂ ਡਾਕਟਰ ਨੂੰ ਕਹਿੰਦੇ ਕਿਡਨੀ ਚਾਹੀਦੀ ਹੈ, ਡਾਕਟਰ ਕਿਤੇ ਚੋਰੀ ਕਰਕੇ ਦੇ, ਭਾਵੇਂ ਹੇਰਾ ਫੇਰੀ ਨਾਲ ਕੱਢ ਦੇ, ਗਰੀਬ ਦੀ ਕੱਢ ਦੇ, ਜਿੱਦਾਂ ਮਰਜ਼ੀ ਕੱਢ ਦੇ, ਆਪਾਂ ਕਹਿੰਦੇ ਲੈ ਆਓ, ਕੋਈ ਗੱਲ ਨਹੀਂ, ਬਚਣੇ ਚਾਹੀਦੇ ਆਪਾਂ। ਬੰਦੇ ਦਾ ਅੰਗ ਖਰਾਬ ਹੋਏ ਬੰਦਾ ਜਿਵੇਂ ਵੀ ਜਿੱਥੋਂ ਵੀ ਜਿਸਦਾ ਮਿਲੇ ਲੈਣ ਲਈ ਤਿਆਰ ਹੈ, ਪਰ ਗੁਰਬਾਣੀ ਕਹਿੰਦੀ ਤੇਰੀ ਮੱਤ ਖਰਾਬ ਹੈ, ਮੱਤ ਗੁਰੂ ਪਾਸੋਂ ਲੈ ਲੈ। ਪਰ ਬੰਦਾ ਕਹਿੰਦਾ ਮੱਤ ਮੈਂ ਆਪਣੀ ਰੱਖੀ ਹੈ, ਗੁਰੂ ਨੂੰ ਮੱਥਾ ਵੀ ਟੇਕ ਦੇਵਾਂਗਾ ਪਰ ਮੱਤ ਨਹੀਂ ਤਿਆਗਣੀ, ਗੁਰੂ ਦੇ ਦਰ 'ਤੇ ਖੰਡੇ ਦੀ ਪੌਲ ਵੀ ਲੈ ਲਵਾਂਗਾ ਪਰ ਮੱਤ ਨਹੀਂ ਤਿਆਗਣੀ ਮੈਂ। ਅਸੀਂ ਬਹੁਤ ਸਾਰੇ ਉਹ ਪ੍ਰਾਣੀ ਹਾਂ ਜਿਹਨੇ ਗੁਰੂ ਦੇ ਦਰ ਤੋਂ ਖੰਡੇ ਕੀ ਪੌਲ ਲਈ ਹੈ। ਵਿਚਾਰ ਕਰੀਏ ਆਪਾਂ ਕਿੰਨੀ ਮਨਮਤ ਵਰਤਦੇ ਜ਼ਿੰਦਗੀ ਦੇ ਅੰਦਰ।
ਕਿੰਨੇ ਕੁ ਆਪਾਂ ਗੁਰਮਤ ਦੇ ਨੇੜੇ ਹਾਂ, ਇਹ ਸਾਨੂੰ ਵਿਚਾਰਨਾ ਚਾਹੀਦਾ। ਵਿਸਾਖੀ ਮਨਾਉਣ ਦਾ ਅਰਥ ਇਹ ਹੈ ਸਵੈ ਪੜਚੋਲ ਕਰਨੀ। ਸਾਨੂੰ ਸਾਡੇ ਸਤਿਗੁਰੂ ਜੀ ਨੇ ਇੱਕ ਬੜਾ ਨਿਰਾਲਾ ਮਾਰਗ ਦਿੱਤਾ, ਗੁਰਮਤ ਦਾ ਮਾਰਗ। ਮੈਂ ਬੇਨਤੀ ਕਰਾਂ ਜੇ ਆਪਾਂ ਸਾਰੇ ਹੀ ਗੁਰਮਤ ਨੂੰ ਸਮਝ ਕੇ ਉਹਦੇ ਅਨੁਸਾਰ ਚੱਲਣਾ ਸ਼ੁਰੂ ਕਰ ਦਈਏ ਨਾ, ਸਮਾਜ ਦੀਆਂ ਬਹੁਤੀਆਂ ਪ੍ਰੋਬਲਮ ਜਿਹੜੀਆਂ ਨੇ ਆਪਣੇ ਆਪ ਹੱਲ ਹੋ ਜਾਣਗੀਆਂ, ਸਮਾਜ ਦੀਆਂ ਸਾਰੀਆਂ ਸਮੱਸਿਆਵਾਂ ਆਪਣੇ ਆਪ ਹੱਲ ਹੋ ਜਾਣਗੀਆਂ। ਅੱਜ ਸਾਡੇ ਵਿੱਚ ਬੜੀਆਂ ਤਗੜੀਆਂ ਸਮੱਸਿਆਵਾਂ ਅੰਤਰਰਾਸ਼ਟਰੀ ਪੱਧਰ 'ਤੇ ਜਾਗਰਤ ਹੋ ਗਈਆਂ ਨੇ, ਅੰਤਰਰਾਸ਼ਟਰੀ ਪੱਧਰ 'ਤੇ। ਮੈਂ ਕੇਵਲ ਇੱਥੋਂ ਦੀ ਗੱਲ ਨਹੀਂ ਕਰਦਾ, ਮੇਰੀ ਹੈ ਧਰਤੀ, ਪੰਜਾਬ ਦੀ ਧਰਤੀ, ਮੈਂ ਕੋਈ ਇੱਥੋਂ ਦਾ ਵਿਰੋਧੀ ਨਹੀਂ ਹੈ। ਪਰ ਜਦੋਂ ਆਪਾਂ ਨਿਊਯਾਰਕ ਵਰਗੀ, ਨਿਊਯਾਰਕ ਟਾਈਮ ਵਰਗੀ ਅਖਬਾਰਾਂ ਦੀ ਰਿਪੋਰਟ ਪੜ੍ਹਦੇ ਹਾਂ ਕਿ ਪੰਜਾਬ ਦੀ ਧਰਤੀ ਨਸ਼ਿਆਂ ਦਾ ਕੇਂਦਰ ਬਣਦੀ ਜਾਂਦੀ ਹੈ, ਸਭ ਤੋਂ ਜ਼ਿਆਦਾ ਰੋਗੀ ਏਡਜ਼ ਦੇ ਰੋਗੀ ਪੰਜਾਬ 'ਚ ਆ ਰਹੇ ਨੇ, ਭਰੂਣ ਹੱਤਿਆ 'ਚ ਪੰਜਾਬ ਸਾਰਾ ਅੱਗੇ ਤੁਰਿਆ ਜਾ ਰਿਹਾ ਹੈ, ਇਹ ਬਹੁਤ ਵੱਡੀਆਂ ਸਮੱਸਿਆਵਾਂ ਨੇ, ਬਹੁਤ ਵੱਡੇ ਦੁਖਾਂਤ ਨੇ ਸਾਡੇ ਸਮਾਜ ਦੇ, ਕਿ ਗੁਰਮਤ ਦੇ ਸਮਾਜ ਵਿੱਚ ਇਹ ਦੁਖਾਂਤ ਹੋਣ, ਕਿਉਂਕਿ ਇਹ ਪੰਜਾਬ ਦੀ ਧਰਤੀ ਗੁਰੂਆਂ ਪੀਰਾਂ ਦੀ ਧਰਤੀ ਹੈ, ਇਹ ਪੰਜਾਬ ਵਸਦਾ ਗੁਰਾਂ 'ਤੇ ਨਾਮ ਸਿਕਰੀ। ਪਰ ਕੀ ਇਹੋ ਜਿਹਾ ਪੰਜਾਬ ਸਤਿਗੁਰੂ ਜੀ ਸਿਰਜਣਾ ਚਾਹੁੰਦੇ ਸਨ, ਜਾਂ ਇਹੋ ਜਿਹਾ ਸਮਾਜ ਸਤਿਗੁਰੂ ਜੀ ਸਿਰਜਣਾ ਚਾਹੁੰਦੇ ਸਨ? ਸਤਿਗੁਰੂ ਜੀ ਨੇ ਸਾਨੂੰ ਇਹ ਗੱਲ ਕਹੀ ਹੈ ਕਿ ਆਪਾਂ ਗੁਰੂ ਦੀ ਮਤ ਦੇ ਧਾਰਨੀ ਬਣੀਏ, ਗੁਰੂ ਦੀ ਮਤ ਦਰਥ ਕੇ ਮਨ ਦੀ ਮਤ ਤਿਆਗ ਦਈਏ। ਆਪਾਂ ਕਹਿੰਦੇ ਕਿ ਚਲੋ ਪੈਸੇ ਦੇ ਦੇਵਾਂਗੇ, ਦੌੜ ਭੱਜ ਵਾਲੀ ਸੇਵਾ ਬੜੀ ਕਰ ਲਵਾਂਗੇ, ਪਰ ਗੁਰਮਤ ਵਾਲੀ ਗੱਲ ਨਹੀਂ ਹੈ। ਪ੍ਰਿੰਸੀਪਲ ਗੰਗਾ ਸਿੰਘ ਜੀ ਨੇ ਗੱਲ ਲਿਖੀ ਹੈ ਕਿ ਬੱਚੀਆਂ ਦੋ ਬਾਜ਼ਾਰ ਚਲੀਆਂ ਗਈਆਂ ਅਤੇ ਲਿਲਾਰੀ ਕੱਪੜੇ ਰੰਗ ਰਿਹਾ ਸੀ, ਉਹਦੇ ਵੱਲ ਦੇਖ ਕੇ ਉਹਨੂੰ ਚਾਅ ਜਾ ਗਿਆ ਕਿ ਅਸੀਂ ਵੀ ਚੁੰਨੀਆਂ ਰੰਗਾ ਲਈਏ। ਭਾਈ ਨੂੰ ਕਹਿਣ ਲੱਗਿਆਂ, ਭਾਈ ਚੁੰਨੀਆਂ ਰੰਗਣ ਦੇ ਕਿੰਨੇ ਪੈਸੇ ਲਏਗਾ? ਉਹਨੇ ਦੱਸਤਾ ਕਿ ਇੰਨੇ ਪੈਸੇ ਲੱਗਣਗੇ, ਇੰਨਾ ਚਿਰ ਚੁੰਨੀਆਂ ਰੱਖ ਦਿਓ। ਕਹਿਣ ਲੱਗੇ ਚੁੰਨੀਆਂ ਨਹੀਂ ਦੇਣੀਆਂ, ਚੁੰਨੀਆਂ ਸਿਰ 'ਤੇ ਰਹਿਣਗੀਆਂ ਅਤੇ ਪੈਸੇ ਭਾਵੇਂ ਦੂਣੇ ਲੈ ਲੈ, ਇਹਦੂ ਜ਼ਿਆਦਾ ਲੈ ਲੈ। ਉਹ ਭਾਈ ਕਹਿਣ ਲੱਗਾ, ਬੀਬੀ ਉਹ ਭੋਲੀਓ, ਚੁੰਨੀਆਂ 'ਤੇ ਛੱਡਣੀਆਂ ਪੈਣਗੀਆਂ, ਪੈਸੇ ਭਾਵੇਂ ਉਹਨੇ ਦਿਓ। ਕਹਿਣ ਲਈ ਪੈਸੇ ਦੁੱਗਣੇ ਲੈ ਲੈ, ਸਾਡਾ ਸੁਭਾਅ ਹੈ ਕਿ ਆਪਾਂ ਪੈਸੇ ਬਹੁਤੇ ਦੇ ਦੇਵਾਂਗੇ, ਰੁਮਾਲਾ ਬੜਾ ਕੀਮਤੀ ਗੁਰੂ ਨੂੰ ਦੇ ਦੇਵਾਂਗੇ, ਖੰਡ ਪਾਠ ਬੜਾ ਮਹਿੰਗਾ ਰਖਾ ਦੇਵਾਂਗੇ, ਹੋਰ ਵੀ ਸੇਵਾ ਕਰ ਦੇਵਾਂਗੇ, ਪਰ ਮਨ ਦੀ ਮਤ ਨਹੀਂ ਤਿਆਗਣੀ ਆਪਾਂ। ਸਤਿਗੁਰੂ ਜੀ ਸਿਰ ਦੇਣ ਦਰ ਸੀ ਮਨ ਦੀ ਮਤ ਤਿਆਗਣੀ। ਸਤਿਗੁਰੂ ਜੀ ਕਹਿੰਦੇ ਨੇ ਆਪਣੇ ਹੱਥਾਂ ਨਾਲ ਕਿਰਤ ਕਰ, ਇਹ ਤੇਰਾ ਖੂਹ ਜੋੜਨਾ, ਇਹਦੇ ਵਿੱਚ ਮਨ ਨੂੰ ਜੋੜ, ਇੱਧਰ ਹੀ ਅੰਮ੍ਰਿਤ ਸਿੰਚੋ ਭਰੋ ਕਿਆਰੋ ਤਉ ਮਾਲੀ ਕੇ ਹੋਵੋ। ਉਹ ਮਾਲੀ ਜਿਹਨੇ ਤੈਨੂੰ ਸਰੀਰ ਦਾ ਇਹ ਖੇਤ ਦਿੱਤਾ ਹੈ ਨਾ, ਇਹਦੇ ਵਿੱਚ ਅੰਮ੍ਰਿਤ ਸਿੰਚ, ਤੇਰੀਆਂ ਅੱਖਾਂ ਅੰਮ੍ਰਿਤ ਭਿੰਨੇ ਲੋਇਣਾ ਬਣ ਜਾਣ, ਤੇਰੇ ਕੰਨ ਅੰਮ੍ਰਿਤਮਈ ਬਾਣੀ ਸੁਣ, ਤੇਰੀ ਰਸਨਾ ਜਿਹੜੀ ਉਹ ਅੰਮ੍ਰਿਤ ਦੀ ਰਸਨਾ ਅੰਮ੍ਰਿਤ ਬੋਲਦੀ ਹੋਵੇ, ਤੇਰੇ ਹੱਥ ਜਿਹੜੇ ਅੰਮ੍ਰਿਤ ਦੀ ਕਿਰਤ ਕਰਨ। ਪਰ ਜੇ ਰਸਨਾ ਹੀ ਜ਼ਹਿਰ ਉਗਲ ਰਹੀ ਹੈ ਤਾਂ ਮੇਰਾ ਅੰਮ੍ਰਿਤ ਛਕਿਆ ਕੀ ਕਰੇਗਾ? ਦੇਖੋ ਨਾ, ਅੰਮ੍ਰਿਤ ਅੰਦਰ ਗਿਆ ਅੰਦਰੋਂ, ਅਤੇ ਬਚਨ ਬੜੇ ਮਿੱਠ ਬੋਲਣੇ ਹੋਣੇ ਚਾਹੀਦੇ ਨੇ। ਹੁਣ ਇੱਕ ਅੰਮ੍ਰਿਤਧਾਰੀ ਦੂਜੇ ਨੂੰ ਮੰਦੀਆਂ ਗੱਲਾਂ ਕਰੇ, ਮਾੜੀਆਂ, ਦੇਖੋ ਸੋਸ਼ਲ ਮੀਡੀਆ ਆ ਗਿਆ, ਜੇ ਸੁਣਨਾ ਹੋਏ ਨਾ ਆਪਣੇ ਧਾਰਮਿਕ ਲੋਕਾਂ ਦੀ ਬੋਲੀ, ਤਾਂ ਕਦੀ ਤੁਸੀਂ ਫੇਸਬੁੱਕ 'ਤੇ ਦੇਖ ਲਓ ਕਿਹੋ ਜਿਹਾ ਬੋਲੀ ਵਰਤਦੇ ਨੇ। ਸਭ ਤੋਂ ਜ਼ਿਆਦਾ ਦੁਖਾਂਤ ਅੱਜ ਸਾਡੀ ਬੋਲੀ ਨੇ ਵਿਗਾੜਿਆ। ਚੀਨ ਦਾ ਇੱਕ ਬੜਾ ਤਗੜਾ ਫਿਲਾਸਫਰ ਹੋਇਆ ਕਨਫਿਊਸਸ, ਬਹੁਤ ਦਾਰਸ਼ਨਿਕ ਬੰਦਾ ਸੀ, ਉਹਦੀ ਬੁੱਕਸ ਮਿਲ ਜਾਂਦੀ ਹੈ ਮਾਰਕੀਟ 'ਚੋਂ। ਉਹਨੂੰ ਕਿਸੇ ਨੇ ਕਿਹਾ ਕਿ ਜੇ ਤੈਨੂੰ ਰਾਜ ਭਾਗ ਦੇ ਦਈਏ ਕੀ ਕਰੇਗਾ? ਕਹਿੰਦਾ, ਜੇ ਮੈਨੂੰ ਰਾਜ ਭਾਗ ਮਿਲੇ, ਸਭ ਤੋਂ ਪਹਿਲਾਂ ਮੈਂ ਲੋਕਾਂ ਦਾ ਬੋਲ ਚਾਲ ਸੁਧਾਰਾਂਗਾ, ਬੋਲਣਾ ਸਿਖਾਵਾਂਗਾ ਲੋਕਾਂ ਨੂੰ। ਕਹਿੰਦੇ, ਬੋਲਣ ਦਾ ਕੀ ਪ੍ਰਬੰਧ ਹੋਇਆ, ਸੰਬੰਧ ਹੋਇਆ ਰਾਜ ਭਾਗ ਨਾਲ? ਕਹਿੰਦਾ, ਬੋਲਣ ਦੇ ਨਾਲ ਹੀ ਕੰਮ ਵਿਗੜਦੇ ਨੇ, ਜਦੋਂ ਬੰਦਾ ਗਲਤ ਬੋਲਦਾ ਉਹਦੇ ਅਰਥ ਗਲਤ ਨਿਕਲਦੇ ਨੇ, ਗਲਤ ਅਰਥਾਂ ਤੋਂ ਗਲਤ ਕੰਮ ਹੁੰਦੇ ਨੇ, ਉਹਦੇ ਨਾਲ ਭ੍ਰਿਸ਼ਟਾਚਾਰ ਫੈਲਦਾ, ਸਮਾਜ ਵਿਗੜ ਜਾਂਦਾ। ਜੇ ਅੱਜ ਆਪਾਂ ਕੌਮੀ ਤੌਰ 'ਤੇ ਮੁਲਾਂਕਣ ਕਰੀਏ, ਬਹੁਤੇ ਸਾਡੇ ਮਸਲੇ ਬੋਲ ਚਾਲ ਤੋਂ ਵਿਗੜੇ ਹੋਏ ਨੇ, ਬੋਲ ਚਾਲ ਤੋਂ, ਇੱਕ ਦੂਜੇ ਨੂੰ ਜੋ ਆਪਾਂ ਗੱਲਾਂ ਕਰਦੇ ਹਾਂ, ਸਾਡਾ ਲਹਿਜਾ, ਸਾਡੀ ਬੋਲੀ ਬੜੀ ਮਾੜੀ ਹੈ। ਸਾਡੀ ਰਸਨਾ ਅੰਦਰ 'ਤੇ ਅਸੀਂ ਅੰਮ੍ਰਿਤ ਪਾਇਆ ਹੋਇਆ ਗੁਰੂ ਦਾ, ਉਹਦਾ ਕਹਿੰਦੇ ਆਪਾਂ ਬਾਣੀ ਪੜ੍ਹਦੇ ਹਾਂ, ਪਰ ਸਾਡੀ ਰਸਨਾ 'ਤੇ ਅੰਮ੍ਰਿਤ ਨਹੀਂ ਹੈ, ਸਾਡੇ ਕੰਨਾਂ 'ਚ ਅੰਮ੍ਰਿਤ ਨਹੀਂ ਹੈ। ਸਤਿਗੁਰੂ ਜੀ ਕਹਿੰਦੇ, ਅੰਮ੍ਰਿਤ ਸਿੰਚੋ ਭਰੋ ਕਿਆਰੇ, ਇਹ ਸਰੀਰ ਰੂਪੀ ਖੇਤ ਦੇ ਕਿਆਰੇ ਨੂੰ ਅੰਮ੍ਰਿਤ ਦੇ ਨਾਲ ਭਰ ਦਿਓ, ਤੁਹਾਡੀ ਰਸਨਾ ਅੰਮ੍ਰਿਤਮਈ ਹੋ ਜਾਏ, ਤੁਹਾਡੇ ਕੰਨ ਅੰਮ੍ਰਿਤਮਈ ਹੋ ਜਾਣ, ਤੁਹਾਡੇ ਨੇਤਰਾਂ 'ਚੋਂ ਅੰਮ੍ਰਿਤ ਵਰਸੇ, ਤਾਂ ਉਹ ਮਾਲੀ ਕਿਹੋ, ਤਾਂ ਤੁਸੀਂ ਉਸ ਮਾਲੀ ਦੀ ਰਹਿਮਤ ਨੂੰ ਪ੍ਰਾਪਤ ਕਰ ਸਕੋਗੇ, ਉਹ ਵਾਹਿਗੁਰੂ ਦਾ ਪਿਆਰ ਤਾਂ ਲੈ ਸਕੋਗੇ। ਕੇਵਲ ਮਾਲਾ ਫੇਰਿਆ ਨਹੀਂ ਹੈ, ਕੇਵਲ ਬਾਹਰਲੇ ਚਿੰਨ ਧਾਰਨ ਕੀਤੀਆਂ ਨਹੀਂ ਹੈ। ਗੁਰੂ ਕਲਗੀਧਰ ਪਾਤਸ਼ਾਹ ਜੀ ਦੇ ਵੇਲੇ ਦੀ ਇੱਕ ਬੜੀ ਪਿਆਰੀ ਗਾਥ ਹੈ। ਇੱਕ ਦਿਨ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀਵਾਨ 'ਚ ਬੈਠੇ ਨੇ, ਗੁਰਸਿੱਖ ਸੰਗਤਾਂ ਸਜੀਆਂ ਨੇ, ਦੋ ਚਾਰ ਸਿੰਘ ਬਾਹਰੋਂ ਆਏ ਨੇ, ਗੱਲਾਂ ਬਾਤਾਂ ਕਰਦੇ, ਉਹਨਾਂ ਨੇ ਇੱਕ ਸ਼ੇਰ ਦੀ ਖੱਲ ਫੜੀ ਹੋਈ ਹੈ, ਚਰਚਾ ਚੱਲ ਵੀ ਇਹ ਕੌਣ ਲੋਕ ਨੇ। ਅਤੇ ਸਤਿਗੁਰੂ ਜੀ ਦੇ ਕੋਲ ਆਏ ਅਤੇ ਉਹਨਾਂ ਸਾਰੀ ਗੱਲ ਸੁਣਾਈ ਕਿ ਆਹ ਤਿੰਨ ਚਾਰ ਦਿਨਾਂ ਤੋਂ ਸਾਡੇ ਇਲਾਕੇ 'ਚ ਸ਼ੇਰ ਆ ਗਿਆ ਸੀ, ਇੱਕ ਦੁਨੀਆ ਬੜੀ ਡਰੀ ਹੋਈ ਸੀ। ਅਤੇ ਅੱਜ ਅਚਨ 'ਚ ਸਵੇਰੇ ਘੁਮਿਆਰ ਖੋਤੇ ਲਈ ਜਾਂਦਾ ਸੀ, ਉਹਦੇ ਖੋਤਿਆਂ ਦੇ ਨਾਲ ਉਹ ਬਣਾਉਟੀ ਸ਼ੇਰ ਵੀ ਜਿਹੜਾ ਸੀ ਬੋਲਣ ਲੱਗ ਪਿਆ। ਘੁਮਿਆਰ ਨੇ ਹੌਂਸਲਾ ਕਰਕੇ ਉਹਨੂੰ ਫੜ ਲਿਆ ਅਤੇ ਦੇਖਿਆ ਉਹ ਖੋਤੇ 'ਤੇ ਖੱਲ ਪਾਈ ਹੋਈ ਸੀ, ਖੋਤੇ 'ਤੇ ਸ਼ੇਰ ਦੀ ਖੱਲ ਪਾਈ ਹੋਈ ਸੀ। ਗੁਰੂ ਕਲਗੀਧਰ ਪਾਤਸ਼ਾਹ ਜੀ ਨੇ ਸਿੱਖਾਂ ਨੂੰ ਸਮਝਾਇਆ ਕਿ ਜਿਵੇਂ ਖੋਤੇ 'ਤੇ ਖੱਲ ਪਾਈ ਹੈ ਨਾ, ਜਦੋਂ ਬੰਦੇ ਦਾ ਆਚਾਰ ਨਹੀਂ ਹੁੰਦਾ, ਕਰਨੀ ਨਹੀਂ ਹੁੰਦੀ,
ਬਾਹਰੋਂ ਧਾਰਮਿਕ ਕਰਮ ਕਰਦਾ ਸਿਰਫ ਖੋਤੇ ਦੇ ਖਲ ਪਾਈ ਹੁੰਦੀ, ਹੋਰ ਕੋਈ ਕਾਰਨ ਨਹੀਂ ਹੈ। ਸਿੱਖੋ, ਇਹੋ ਜਿਹਾ ਜੀਵਨ ਨਹੀਂ ਹੋਣਾ ਚਾਹੀਦਾ ਸਾਡਾ, ਖੋਤੇ ਦੇ ਖਲ ਨਾ ਹੋਏ, ਆਪਾਂ ਅੰਦਰੋਂ ਸ਼ੇਰ ਹੋਣੇ ਚਾਹੀਦੇ ਹਾਂ। ਗੁਰਬਾਣੀ ਕਹਿੰਦੀ ਕਿ ਆਪਾਂ ਗੁਰਬਾਣੀ ਪੜ੍ਹਦੇ ਹਾਂ ਆਪਣੇ ਸੀਰਤ ਦੇ ਅੰਦਰ ਅੰਮ੍ਰਿਤ ਸਿੰਚੀਏ, ਬਾਹਰੋਂ ਆਪਾਂ ਗੁਰੂ ਦੇ ਕਕਾਰ ਧਾਰਨ ਕੀਤੇ ਆਪਾਂ ਬੜੇ ਵਡਭਾਗੀ ਹਾਂ, ਪਰ ਗੁਰੂ ਦੇ ਕਕਾਰਾਂ ਵਾਲਾ ਜੀਵਨ ਸਾਡਾ ਅੰਦਰੋਂ ਵੀ ਹੋਏ ਤਾਂ ਉਸ ਵਾਹਿਗੁਰੂ ਦੀ ਰਹਿਮਤ ਦੇ ਪਾਤਰ ਬਣਾਂਗੇ। ਸਤਿਗੁਰੂ ਜੀ ਦਾ ਅਗਲਾ ਬਚਨ, ਕਾਮ ਕ੍ਰੋਧ ਦੁਇ ਕਰੋ ਬਸੋਲੇ, ਗੋਡੋ ਧਰਤੀ ਪਾਈ, ਜਿਉਂ ਗੋਡੋ ਤਿਉਂ ਸੁਖ ਪਾਵੇ, ਕਿਰਤ ਨਾ ਮੇਟਿਆ ਜਾਈ। ਗੁਰਬਾਣੀ ਨੇ ਇੱਕ ਬੜੀ ਪੋਜੀਟਿਵ ਸੋਚ ਦਿੱਤੀ, ਬੜੀ ਨਿਰਾਲੀ ਸੋਚ ਦਿੱਤੀ ਹੈ। ਜਿਨ੍ਹਾਂ ਚੀਜ਼ਾਂ ਨੂੰ ਲੋਕਾਂ ਨੇ ਰਿਜੈਕਟ ਕਰ ਦਿੱਤਾ ਕਿ ਮਾੜੀਆਂ ਨੇ, ਗੁਰਮਤ ਨੇ ਉਹਨਾਂ ਨੂੰ ਉਸਾਰੂ ਪੱਖ 'ਤੇ ਵਰਤਿਆ ਹੋਇਆ। ਕਾਮ ਨੂੰ ਬੜਾ ਮਾੜਾ ਕਿਹਾ ਜਾਂਦਾ, ਕ੍ਰੋਧ ਨੂੰ ਬੜਾ ਮਾੜਾ ਕਿਹਾ ਜਾਂਦਾ, ਲੇਕਿਨ ਸਤਿਗੁਰੂ ਜੀ ਨੇ ਇੱਕ ਜਿਉਣ ਦੀ ਜਾਚ ਦੱਸੀ ਹੈ ਨਾ। ਸਿਆਣੇ ਕਹਿੰਦੇ ਜੇ ਤੁਹਾਨੂੰ ਜਿਉਣ ਦੀ ਕਲਾ ਹੋਏ, ਵਰਤਣ ਦੀ ਕਲਾ ਹੋਏ, ਤਾਂ ਜ਼ਹਿਰ ਵੀ ਅੰਮ੍ਰਿਤ ਬਣ ਜਾਂਦੀ ਹੈ। ਜੇ ਜਿਉਣ ਦੀ ਜਾਚ ਹੋਏ, ਤੁਹਾਡੇ ਕੋਲ ਹੁਨਰ ਹੋਏ, ਜ਼ਹਿਰ ਵੀ ਅੰਮ੍ਰਿਤ ਬਣ ਜਾਂਦੀ ਹੈ। ਦੇਖੋ, ਸੰਖੀਆ ਇੱਕ ਜ਼ਹਿਰ ਹੈ, ਲੇਕਿਨ ਹਕੀਮ ਉਹਨੂੰ ਮਾਰ ਕੇ ਦਵਾਈ ਬਣਾ ਦਿੰਦਾ, ਬੜੀ ਬੜੀ ਵਧੀਆ ਦਵਾਈ ਬਣਦੀ ਹੈ। ਸੱਪ ਜ਼ਹਿਰੀਲਾ, ਪਰ ਇਹਦੇ ਤੋਂ ਬੜੀਆਂ ਕੀਮਤੀ ਦਵਾਈਆਂ ਬਣਦੀਆਂ ਨੇ। ਜੇ ਤੁਹਾਡੇ ਕੋਲ ਕਲਾ ਹੋਏ, ਤਾਂ ਜ਼ਹਿਰ ਵੀ ਅੰਮ੍ਰਿਤ ਬਣ ਜਾਂਦੀ ਹੈ, ਪਰ ਜੇ ਤੁਹਾਡੇ ਕੋਲ ਕਲਾ ਨਾ ਹੋਵੇ, ਤਾਂ ਅੰਮ੍ਰਿਤ ਵੀ ਜ਼ਹਿਰ ਬਣ ਜਾਂਦਾ ਹੈ। ਬਹੁਤਾ ਧਰਮ ਦੀ ਦੁਨੀਆਂ 'ਚ ਅੰਮ੍ਰਿਤ ਨੂੰ ਜ਼ਹਿਰ ਬਣਾਇਆ ਜਾ ਰਿਹਾ, ਧਰਮ ਦੇ ਨਾਂ 'ਤੇ ਲੜਾਈਆਂ, ਧਰਮ ਦੇ ਨਾਂ 'ਤੇ ਵਿਖਾ ਦੇ, ਅੰਮ੍ਰਿਤ ਜ਼ਹਿਰ ਬਣ ਗਿਆ, ਹੋਰ ਕੋਈ ਗੱਲ ਨਹੀਂ ਹੈ। ਸਤਿਗੁਰੂ ਜੀ ਨੇ ਦੇਖੋ ਕਿੰਨਾ ਪਿਆਰਾ ਬਚਨ ਵਿੱਚ, ਕਾਮ ਕ੍ਰੋਧ ਦੇ ਕਰੋ ਬਸੋਲੇ। ਜਦੋਂ ਅਸੀਂ ਕੋਈ ਫਸਲ ਬੀਜਦੇ ਹਾਂ ਨਾ, ਫਸਲ ਦੇ ਵਿੱਚ ਕੱਖ ਖਾਣ ਉਗ ਪੈਂਦਾ, ਅਸੀਂ ਫਿਰ ਰੰਬੇ ਦੇ ਨਾਲ ਉਸ ਫਸਲ ਨੂੰ ਗੋਡਦੇ ਹਾਂ, ਅਤੇ ਗੋਡਦੇ ਹਾਂ ਕਰਦੇ ਕੀ ਹਾਂ ਵੀ ਜਿਹੜਾ ਵਾਧੂ ਜੜੀਆਂ ਬੂਟੀਆਂ ਉਹਨੂੰ ਰੰਬੇ ਨਾਲ ਪੁੱਟੀ ਜਾਂਦੇ, ਪਰ ਜਿਹੜੀ ਅਸਲੀ ਫਸਲ ਹੈ ਉਹਨੂੰ ਬਚਾਉਂਦੇ ਹਾਂ, ਕਣਕ ਨੂੰ ਬਚਾ ਲਈਦੇ ਹਾਂ, ਜਾਂ ਵੀ ਮੈਣੇ ਨੂੰ ਆਪਾਂ ਪੁੱਟ ਦਿੰਦੇ ਹਾਂ। ਸਤਿਗੁਰੂ ਜੀ ਕਹਿੰਦੇ ਕਾਮ ਕ੍ਰੋਧ ਦੇ ਕਰੋ ਬਸੋਲੇ। ਕਾਮ ਦਾ ਅਰਥ ਇੱਥੇ ਪਿਆਰ ਹੈ, ਕ੍ਰੋਧ ਦਾ ਅਰਥ ਗੁੱਸਾ ਹੈ। ਜਿਵੇਂ ਜ਼ਿਮੀਂਦਾਰ ਬਸੋਲੇ ਦਾ ਅਰਥ ਰੰਬੇ ਹੁੰਦਾ, ਜਿਵੇਂ ਰੰਬੇ ਦੇ ਨਾਲ ਅਸੀਂ ਫਸਲ ਦੇ ਵਿੱਚੋਂ ਕੱਖ ਕੰਨ ਕੱਢਦੇ ਹਾਂ ਨਾ, ਇਵੇਂ ਆ ਜਿਹੜਾ ਕਾਮ ਕ੍ਰੋਧ ਹੈ ਨਾ, ਪਿਆਰ ਦੇ ਨਾਲ ਅਤੇ ਕ੍ਰੋਧ ਦੇ ਨਾਲ ਆਪਣੀ ਇਹਨਾਂ ਨੂੰ ਰੰਬੇ ਬਣਾ ਲਓ, ਭਾਵ ਪਿਆਰ ਦੇ ਨਾਲ ਆਪਣੀ ਜ਼ਿੰਦਗੀ ਦੇ ਅੰਦਰ ਜਿਹੜੇ ਰੱਬੀ ਗੁਣ ਉਹਨਾਂ ਨੂੰ ਧਾਰਨ ਕਰੋ। ਜਿਵੇਂ ਆਪਾਂ ਕਣਕ ਨੂੰ ਰਹਿਣ ਦਿੰਦੇ ਹਾਂ, ਜਵੀ ਨੂੰ ਪੁੱਟ ਦਿੰਦੇ ਹਾਂ, ਕ੍ਰੋਧ ਦਾ ਅਰਥ ਗੁੱਸਾ ਹੈ। ਆਪਣੇ ਅੰਦਰੋਂ ਵਿਕਾਰਾਂ ਨੂੰ ਦੂਰ ਕਰ ਦਿਓ, ਔਗਣਾਂ ਨੂੰ ਦੂਰ ਕਰ ਦਿਓ, ਗੋਡੋ ਧਰਤੀ ਪਾਈ, ਇਵੇਂ ਆਪਣੇ ਹਿਰਦੇ ਦੀ ਧਰਤੀ ਨੂੰ ਗੋਡੋ, ਪਿਆਰ ਦੇ ਨਾਲ ਗੁਣਾਂ ਨੂੰ ਗ੍ਰਹਿਣ ਕਰੋ, ਗੁੱਸੇ ਦੇ ਨਾਲ ਆਪਣੇ ਅੰਦਰੋਂ ਔਗਣਾਂ ਨੂੰ ਦੂਰ ਕਰ ਦਿਓ। ਜਦੋਂ ਅਸੀਂ ਖੇਤ ਗੋਡਦੇ ਹਾਂ, ਬੜੇ ਜੋਸ਼ ਦੇ ਵਿੱਚ ਕਿ ਆ ਜੜੀਆਂ ਬੂਟੀਆਂ ਆਪਾਂ ਪੁੱਟ ਦੇਣੀਆਂ, ਗੁੱਸੇ 'ਚ ਪੁੱਟਦੇ ਆਪਾਂ ਉਹਨਾਂ ਨੂੰ ਦੂਰ ਕਰ ਦਿੰਦੇ ਹਾਂ। ਸਤਿਗੁਰੂ ਜੀ ਕਹਿੰਦੇ ਆਪਣੇ ਅੰਦਰੋਂ ਔਗਣਾਂ ਨੂੰ ਦੂਰ ਕਰੋ, ਆਪਣੇ ਅੰਦਰ ਗੁਣਾਂ ਨੂੰ ਗ੍ਰਹਿਣ ਕਰੋ, ਇਹ ਤੁਹਾਡੇ ਦੋ ਰੰਬੇ ਬਣ ਜਾਣ। ਜਦੋਂ ਸਰੀਰ ਦੇ ਵਿੱਚ ਇੱਦਾਂ ਤੁਸੀਂ ਗੋਡੋਗੇ, ਜਿਉਂ ਗੋਡੋ ਤਿਉਂ ਸੁਖ ਪਾਵੋ, ਕਿਰਤ ਨਾ ਮੇਟਿਆ ਜਾਈ। ਜਿੰਨਾ ਤੁਸੀਂ ਯਤਨ ਕਰੋਗੇ, ਪਰਮਾਤਮਾ ਦਾ ਇੱਕ ਨਿਯਮ ਹੈ ਕਿ ਇੱਕ ਤਿਲ ਨਹੀਂ ਪੰਨੇ ਕਾਲੇ। ਸਿਆਣਿਆਂ ਨੇ ਇੱਕ ਗੱਲ ਕਹੀ ਹੈ ਕਿ ਤੁਸੀਂ ਬਹੁਤ ਵੱਡਾ ਕੰਮ ਕਰਨ ਦੀ ਨਾ ਸੋਚੋ ਕਿ ਮੈਂ ਬਹੁਤ ਵੱਡਾ ਕੰਮ ਕਰਨਾ ਹੈ। ਕੰਮ ਭਾਵੇਂ ਨਿੱਕੇ ਨਿੱਕੇ ਕਰੋ, ਪਰ ਵਧੀਆ ਕਰੋ। ਕੰਮ ਭਾਵੇਂ ਨਿੱਕੇ ਨਿੱਕੇ ਕਰੋ, ਤੁਸੀਂ ਵਧੀਆ ਕਰੋ। ਵੱਡਾ ਕਰਨ ਦੀ ਸਾਡੇ 'ਚ ਨਹੀਂ ਸਮਰੱਥਾ, ਤਾਂ ਆਪਾਂ ਨਿੱਕੇ ਨਿੱਕੇ ਕੰਮ ਕਰਨੇ ਸ਼ੁਰੂ ਕਰ ਦਈਏ। ਜ਼ਿੰਦਗੀ 'ਚ ਇੱਕ ਤਜਰਬਾ ਕਰਕੇ ਦੇਖਿਓ, ਅੰਮ੍ਰਿਤ ਵੇਲੇ ਉੱਠ ਕੇ ਅਰਦਾਸ ਕਰਿਓ ਕਿ ਵਾਹਿਗੁਰੂ ਜੀ, ਅੱਜ ਕੱਲ੍ਹ ਮੈਂ ਨਾ ਕਿਸੇ ਦੀ ਮਦਦ ਕਰਨੀ ਹੈ, ਅੱਜ ਮੈਂ ਕੋਈ ਚੰਗਾ ਕੰਮ ਕਰਨਾ। ਜਦੋਂ ਤੁਸੀਂ ਮਨ 'ਚ ਨੀਅਤ ਧਾਰ ਲਓਗੇ ਅੱਜ ਚੰਗਾ ਕੰਮ ਕਰਨਾ, ਯਕੀਨਨ ਕਰੋਗੇ, ਰੋਜ਼ ਇਹ ਸੋਚ ਲਓ ਕਰਨਾ, ਜਿਉਂ ਜਿਉਂ ਤੁਸੀਂ ਕਰੋਗੇ ਤੁਹਾਨੂੰ ਸੁੱਖ ਮਿਲੇਗਾ। ਸਤਿਗੁਰੂ ਜੀ ਕਹਿੰਦੇ ਨੇ ਜਿਉਂ ਗੋਡੋ ਤਿਉਂ ਸੁੱਖ ਪਾਵੋ। ਗੁਰੂ ਦੀ ਹਜ਼ੂਰੀ 'ਚ ਆਉਂਦੇ ਹਾਂ, ਇੱਕ ਅਰਦਾਸ ਕਰਕੇ ਆਇਆ ਕਰੋ ਕਿ ਅੱਜ ਆਪਾਂ ਗੁਰੂ ਕੋਲੋਂ ਕੋਈ ਇੱਕ ਗੱਲ ਨਵੀਂ ਸਿੱਖਣੀ ਹੈ, ਗੁਰਦੁਆਰੇ ਤੋਂ ਇੱਕ ਗੱਲ ਨਵੀਂ ਸਿੱਖਣੀ ਹੈ। ਬਾਬਾ ਕਬੀਰ ਸਾਹਿਬ ਜੀ ਨੇ ਇੱਕ ਗੱਲ ਕਹੀ ਸੀ ਕਿ ਕੌਡੀ ਕੌਡੀ ਜੋਰ ਕਹਿ ਜੋਰੇ ਲੱਖ ਕਰੋੜ। ਦੁਨਿਆਵੀ ਤੌਰ 'ਤੇ ਕੋਈ ਬੰਦਾ ਇੱਕ ਦਿਨ 'ਚ ਅਮੀਰ ਨਹੀਂ ਬਣ ਜਾਂਦਾ, ਦੁਨਿਆਵੀ ਤੌਰ 'ਤੇ ਵੀ ਮਾਇਆ ਇਕੱਠੀ ਕਰਨ ਲਈ ਬੜੀ ਮਿਹਨਤ ਕਰਨੀ ਪੈਂਦੀ, ਭਾਵੇਂ ਉਹ ਮਾਇਆ ਨਾਲ ਨਹੀਂ ਜਾਂਦੀ, ਪਰ ਇੱਕ ਦਿਨ 'ਚ ਨਹੀਂ ਇਕੱਠੀ ਹੋ ਜਾਂਦੀ। ਹਾਂ, ਕੋਈ ਪਾਪ ਦੀ ਕਿਰਤ ਕਰੇ ਗੱਲ ਵੱਖਰੀ ਹੈ, ਲੇਕਿਨ ਜੇ ਤੁਸੀਂ ਕਿਰਤ ਕਰਦੇ ਹਾਂ ਅਮੀਰ ਬਣਨਾ, ਤਾਂ ਰੋਜ਼ ਥੋੜ੍ਹੀ ਥੋੜ੍ਹੀ ਬਚਤ ਕਰਨੀ ਪੈਂਦੀ ਹੈ। ਆਤਮਿਕ ਤੌਰ 'ਤੇ ਕੋਈ ਬੰਦਾ ਇੱਕ ਦਿਨ ਬ੍ਰਹਮ ਗਿਆਨੀ ਨਹੀਂ ਬਣ ਜਾਂਦਾ, ਇਹ ਬੜਾ ਵੱਡਾ ਭਰਮ ਹੈ। ਆਮ ਅਕਸਰ ਅਸੀਂ ਸਵਾਲ ਕਰਦੇ ਜੀ, ਮਨ ਕਿਵੇਂ ਟਿਕਾਇਆ ਜਾਂਦਾ, ਨਾਮ ਕਿਵੇਂ ਜਪਿਆ ਜਾਂਦਾ, ਰੱਬ ਨਾਲ ਕਿਵੇਂ ਜੁੜਿਆ ਜਾਏ, ਧਿਆਨ ਕਿਵੇਂ ਜੋੜਿਆ ਜਾਏ। ਮੈਨੂੰ ਇੱਕ ਮੁੰਡਾ ਕਹਿੰਦਾ ਇੱਕ ਦਿਨ, ਭਾਈ ਸਾਹਿਬ ਜੀ ਪਾਠ ਕਰੀਦਾ ਅਤੇ ਮਨ ਨਹੀਂ ਜੁੜਦਾ, ਮੈਨੂੰ ਕੁਝ ਯੋਗ ਦੱਸੋ। ਮੈਂ ਵੀ ਜਦੋਂ ਪਾਠ ਕਰਦਾ ਕੀ ਕਰਦਾ ਹੁੰਦਾ, ਕਹਿੰਦੇ ਮੈਂ ਪੱਗਬੰਦੀਆਂ ਕਰਦਾ ਹੁੰਦਾ ਪਾਠ, ਅਸੀਂ ਤਾਂ ਇੱਦਾਂ ਮਨ ਜੋੜਨਾ ਚਾਹੁੰਦੇ ਹਾਂ। ਮੈਂ ਵੀ ਕੋ 5 ਮਿੰਟ ਬੈਠ ਕੇ ਨਾ ਬਾਣੀ ਪੜ੍ਹਿਆ ਕਰ, ਇਕਾਗਰ 'ਚ ਧੋ ਕੇ 5 ਮਿੰਟ 'ਚ ਬੈਠ ਜਾ ਕਰ। ਜੇ ਤੁਸੀਂ ਰੋਜ਼ 5 ਮਿੰਟ ਵੀ ਰੱਬ ਦੀ ਯਾਦ ਵਿੱਚ, ਸਿਰਫ ਰੱਬ ਦੀ ਯਾਦ ਵਿੱਚ, ਉਦੋਂ ਇਹ ਨਹੀਂ ਕਿ ਫੋਨ ਵੀ ਸੁਣੀ ਜਾਣਾ, ਉਦੋਂ ਇਹ ਨਹੀਂ ਕਿ ਘਰ ਦੇ ਕੰਮ ਵੀ ਕਰੀ ਜਾਣੇ, 5 ਮਿੰਟ ਵੀ ਬੈਠਣਾ ਸ਼ੁਰੂ ਕਰ ਦਿਓ ਨਾ ਤੁਸੀਂ, 5 ਮਿੰਟ ਵੀ, ਉਹ 5 ਮਿੰਟ ਆਖਰ 50 ਮਿੰਟ ਬਣ ਹੀ ਜਾਣਗੇ।
ਮੈਂ ਬੇਨਤੀ ਕਰ ਰਿਹਾ ਸਾਂ ਕਿ ਆਤਮਿਕ ਤੌਰ 'ਤੇ ਉੱਚੇ ਉੱਠਣ ਦੇ ਲਈ ਇੱਕ ਦਿਨ 'ਚ ਅਮੀਰ ਨਹੀਂ ਬਣ ਜੀਦਾ। ਗੁਰੂ ਕੋਲ ਇੱਕ ਖਿਆਲ ਲੈ ਕੇ ਆਓ ਕਿ ਇੱਕ ਚੰਗੀ ਗੱਲ ਅੱਜ ਆਪਾਂ ਸਿੱਖਣੀ ਹੈ। ਜੇ ਇੱਕ ਰੋਜ਼ ਦੀ ਸਿੱਖਾਂਗੇ ਮਹੀਨੇ ਦੀਆਂ 30 ਗੱਲਾਂ, ਸਾਲ ਦੀਆਂ 365 ਗੱਲਾਂ, ਜਿਹਦੇ ਕੋਲ ਗੁਰੂ ਦੀਆਂ 365 ਗੱਲਾਂ ਨੇ ਉਹ ਕਿੰਨਾ ਮਾਈ ਬਣ ਗਿਆ। ਅਤੇ ਜੇ ਤੁਸੀਂ ਕਹੋ ਜੀ ਇੱਕੋ ਦਿਨ ਹੀ ਬ੍ਰਹਮ ਗਿਆਨੀ ਬਣ ਜਾਣਾ, ਨਹੀਂ ਬਣ ਸਕਦੇ। ਰੋਜ਼ ਸਤਿਗੁਰੂ ਜੀ ਕਹਿੰਦੇ ਜਿਉਂ ਗੋਡੋ ਤਿਉਂ ਸੁੱਖ ਪਾਵੋ। ਰੋਜ਼ ਆਪਣੇ ਅੰਦਰ ਚੰਗੇ ਗੁਣ ਲਿਆਉਣ ਦਾ ਯਤਨ ਕਰੋ, ਰੋਜ਼ ਆਪਣੇ 'ਚੋਂ ਇੱਕ ਔਗੁਣ ਨੂੰ ਦੂਰ ਕਰਨ ਦਾ ਯਤਨ ਕਰੋ। ਮੇਰੇ ਕੋਲ ਝੂਠ ਬੋਲਿਆ ਜਾਂਦਾ, ਅੱਜ ਮੈਂ ਝੂਠ ਨਹੀਂ ਬੋਲਣਾ। ਮੇਰੇ ਕੋਲ ਨਾ ਕੰਮ ਕਾਰ ਕਰਦੇ ਕਈ ਵਾਰੀ, ਕਿਉਂਕਿ ਆਪਾਂ ਦੁਨਿਆਵੀ ਬੰਦੇ ਹਾਂ, ਆਮ ਇੱਕ ਧਾਰਨਾ ਬਣੀ ਜੀ ਬੇਈਮਾਨੀ ਨਾ ਕਰੋ ਅਤੇ ਕੰਮ ਕਾਰ ਨਹੀਂ ਚੱਲਦੇ, ਆਮ ਹੀ ਧਾਰਨਾ ਬਣੀ ਹੋਈ ਹੈ। ਦੇਖੋ ਜੀ ਝੂਠ ਨਾ ਬੋਲੋ ਅਤੇ ਵਪਾਰ ਨਹੀਂ ਚੱਲਦੇ, ਆਮ ਧਾਰਨਾ ਬਣੀ ਹੋਈ ਹੈ। ਜਦੋਂ ਆਪਾਂ ਇਹ ਕੁਝ ਕਹਿੰਦੇ ਨਾ, ਉਦੋਂ ਆਪਾਂ ਧਰਮ ਨੂੰ ਰਿਜੈਕਟ ਕਰ ਦਿੰਦੇ ਹਾਂ, ਉਦੋਂ ਆਪਾਂ ਗੁਰੂਆਂ ਮਹਾਂਪੁਰਖਾਂ ਦੀ ਕਰਨੀ 'ਤੇ ਮਿੱਟੀ ਫੇਰ ਦਿੰਦੇ ਹਾਂ ਵੀ ਉਹ ਝੂਠ ਹੀ ਬੋਲਦੇ ਰਹੇ ਨੇ। ਦੇਖੋ ਕਿਰਤੀ ਬੜੇ ਬੜੇ ਚੰਗੇ ਲੋਕ, ਰਾਜੇ ਵੀ ਉਹ ਜਿਹੜੇ ਭਗਤ ਹੋਏ ਨੇ, ਕਿ ਉਹ ਝੂਠ ਬੋਲ ਕੇ ਰਾਹ ਚਲਾਉਂਦੇ ਸਨ। ਜੋ ਸੱਚ ਦੇ ਆਧਾਰਿਤ ਮਾਰਗ ਹੋਏਗਾ ਨਾ, ਉਹ ਹਮੇਸ਼ਾ ਕਾਇਮ ਰਹੇਗਾ। ਇਸ ਕਰਕੇ ਸਤਿਗੁਰੂ ਜੀ ਕਹਿੰਦੇ ਰੋਜ਼ ਯਤਨ ਕਰੋ, ਜਦੋਂ ਯਤਨ ਕਰੋਗੇ ਨਾ ਤਿਉਂ ਸੁੱਖ ਪਾਵੋ। ਕਿਰਤਨ ਮੇਟਿਆ ਜਾਈ, ਜਿਹੜਾ ਯਤਨ ਤੁਸੀਂ ਕਰੋਗੇ ਨਾ, ਪਰਮਾਤਮਾ ਦਾ ਇੱਕ ਸੁਭਾਅ ਹੈ ਕਿ ਤੁਹਾਡੀ ਇੱਕ ਤਿਲ ਜਿੰਨੀ ਘਾਲਣਾ ਉਹ ਬਿਰਥੀ ਨਹੀਂ ਜਾਣ ਦਿੰਦਾ। ਥੋੜ੍ਹਾ ਵੀ ਯਤਨ ਕਰੋਗੇ ਲੇਖੇ 'ਚ ਆਏਗਾ, ਜੇ ਤੁਸੀਂ ਮਾੜਾ ਯਤਨ ਕਰੋਗੇ ਉਹ ਵੀ ਲੇਖੇ 'ਚ ਆਏਗਾ। ਅਤੇ ਸਤਿਗੁਰ ਜੀ ਨੇ ਅਖੀਰ 'ਤੇ ਸਾਨੂੰ ਇੱਕ ਗੱਲ ਕਹੀ ਹੈ ਕਿ ਭਾਈ ਦੇਖੋ ਇਸ ਸੰਸਾਰ ਵਿੱਚ ਆਏ ਹਾਂ, ਆਪਣੀ ਜ਼ਿੰਦਗੀ ਨੂੰ ਸਵਾਰਨ ਦੇ ਲਈ ਪਰਮਾਤਮਾ ਦੇ ਚਰਨਾਂ 'ਚ ਅਰਦਾਸ ਕਰੋ ਕਿ ਵਾਹਿਗੁਰੂ ਜੀ ਰਾਮ ਨਾਮ ਜਾਂ ਬੇੜਾ ਬਾਲੋ, ਦਇਆ ਕਰੋ ਦਿਆਲਾ। ਇਹ ਵਾਹਿਗੁਰੂ ਜੀ ਮੈਂ ਜ਼ਿੰਦਗੀ ਦੇ ਅੰਦਰ ਆਪਣੀ ਸ਼ਖਸ਼ੀਅਤ ਦਾ ਇੱਕ ਇਹੋ ਜਿਹਾ ਬੇੜਾ ਤਿਆਰ ਕਰ ਲਵਾਂ ਕਿ ਮੈਂ ਭਉ ਸਾਗਰ ਤੋਂ ਪਾਰ ਉਤਰ ਜਾਂ। ਧਰਮ ਦਾ ਅਰਥ ਹੈ ਆਪਣੀ ਇੱਕ ਸ਼ਖਸੀਅਤ ਕਾਇਮ ਕਰਨਾ। ਗੁਰੂ ਨਾਨਕ ਸਾਹਿਬ ਜੀ ਦਰਅਸਲ ਇੱਕ ਇਹੋ ਜਿਹੀ ਸ਼ਖਸੀਅਤ ਦੀ ਸਿਰਜਣਾ ਕਰਨਾ ਚਾਹੁੰਦੇ ਸਨ, ਜਿਹਨੂੰ ਆਪਾਂ ਕਹਿੰਦੇ ਕਿ ਦੁਨੀਆਂ ਦਾ ਰੋਲ ਮਾਡਲ ਹੁੰਦਾ। ਕਲਗੀਧਰ ਪਾਤਸ਼ਾਹ ਨੇ ਕਿਹਾ ਸੀ ਕਿ ਖਾਲਸੇ 'ਚ ਅਤੇ ਪਰਮਾਤਮਾ 'ਚ ਕੋਈ ਅੰਤਰ ਨਹੀਂ ਹੈ, ਜੋ ਪਰਮਾਤਮਾ ਦਾ ਸੁਭਾਅ ਉਹ ਖਾਲਸੇ ਦਾ ਸੁਭਾਅ। ਔਰ ਗੁਰੂ ਸਾਹਿਬ ਨੇ ਖਾਲਸਾ ਚਲਾਇਆ ਵੀ ਵਾਹਿਗੁਰੂ ਦੇ ਨਿਯਮਾਂ ਅਨੁਸਾਰ ਹੈ, ਵਾਹਿਗੁਰੂ ਦੇ ਹੁਕਮ ਦੇ ਅੰਦਰ ਹੈ। ਤੁਸੀਂ ਹੈਰਾਨ ਹੋਵੋਗੇ, ਇੱਕ ਆਮ ਧਾਰਨਾ ਸਾਡੀ ਬਣੀ ਕਿ ਪੰਥ ਦੀ ਸਿਰਜਣਾ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਕੀਤੀ ਹੈ। ਜਦੋਂ ਆਪਾਂ ਇਹ ਖਿਆਲ ਕਹਿੰਦੇ, ਉਦੋਂ ਆਪਾਂ ਗੁਰੂ ਨਾਨਕ ਸਾਹਿਬ ਜੀ ਤੋਂ ਗੁਰੂ ਗੋਬਿੰਦ ਸਿੰਘ ਜੀ ਨੂੰ ਵੱਖਰੀਆਂ ਕਰ ਦਿੰਦੇ ਹਾਂ। ਸਾਨੂੰ ਡੀਪਲੀ ਜਾਣਾ ਪਏਗਾ। ਗੁਰਬਾਣੀ ਕਹਿੰਦੀ ਹੈ, ਭਾਈ ਗੁਰਦਾਸ ਜੀ ਦਾ ਬਚਨ ਹੈ ਕਿ ਨਮਾਰਿਆ ਸਿੱਕਾ ਜਗਤ ਵਿੱਚ ਨਾਨਕ ਨਿਰਮਲ ਪੰਥ ਚਲਾਇਆ। ਗੁਰੂ ਨਾਨਕ ਸਾਹਿਬ ਜੀ ਨੇ ਭਾਈ ਲਹਿਣਾ ਜੀ ਨੂੰ ਇਹ ਗੱਲ ਕਹੀ ਸੀ, ਪੁਰਖਾ ਪਾਰ ਬ੍ਰਹਮ ਕਾ ਪੰਥ ਕਰਨਾ ਹੈ, ਪਾਰ ਬ੍ਰਹਮ ਕਾ ਪੰਥ। ਇਹ ਪੰਥ ਤਾਂ ਅਕਾਲ ਪੁਰਖ ਦੇ ਹੁਕਮ 'ਚ ਗੁਰੂ ਨਾਨਕ ਸਾਹਿਬ ਜੀ ਨੇ ਸ਼ੁਰੂ ਕਰ ਦਿੱਤਾ, ਉਸੇ ਪੰਥ ਨੂੰ ਸੰਪੂਰਨਤਾ ਗੁਰੂ ਸਾਹਿਬ ਨੇ ਦਿੱਤੀ। ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦਾ ਪੰਜਾਂ ਦੀ ਸਿਰਜਣਾ ਕਰਕੇ ਖੰਡੇ ਦੀ ਪੌਲ ਦੇਣ ਦਾ ਇੱਕ ਮਕਸਦ ਸੀ ਕਿ ਆਪਣੇ ਆਪ ਨੂੰ ਲਾਂਭੇ ਕਰ ਦੇਣਾ, ਇਸ ਮਨੁੱਖ ਨੂੰ ਅਧਿਕਾਰ ਦਿੱਤਾ। ਔਰ ਸਤਿਗੁਰੂ ਜੀ ਇਸ ਧਰਤੀ 'ਤੇ ਆਏ ਸਨ ਇਸ ਮਨੁੱਖ ਨੂੰ ਇਸ ਧਰਤੀ ਦਾ ਰਾਜ ਦੇਣ ਦੇ ਲਈ, ਸਰਦਾਰੀ ਦੇਣ ਦੇ ਲਈ। ਪਰਮਾਤਮਾ ਨੇ ਮਨੁੱਖ ਨੂੰ ਧਰਤੀ ਦਾ ਰਾਜਾ ਬਣਾਇਆ। ਗੁਰਬਾਣੀ ਕਹਿੰਦੀ ਹੈ ਕਿ ਇਸ ਧਰਤੀ ਮੈਂ ਤੇਰੀ ਸਿੱਕਦਾਰੀ, ਪਰ ਇਹ ਮਨੁੱਖ ਭੁੱਲ ਬੈਠਾ ਕਿ ਮੇਰੀ ਕੀ ਵਡਿਆਈ ਹੈ। ਮਨੁੱਖ ਨੂੰ ਆਪਣੀ ਵਡਿਆਈ ਦਾ ਨਹੀਂ ਪਤਾ। ਭਾਈ ਗੁਰਦਾਸ ਜੀ ਨੇ ਗੱਲ ਕਹੀ ਸੀ, ਖਾਣੀ ਮਾਣੀ ਯੁਗ ਚਾਰ, 84 ਲੱਖ ਜੋਨ ਉਪਾਈ। ਕਹਿਣ ਲੱਗੇ ਦੁਲ ਮਾ ਸਭ ਜੋਨੀ ਕਰ ਵਸਤੇ ਸਮਾਨ ਸੁਣੋ, ਦਿੱਤੀ ਵਡਿਆਈ ਬਹੁਤੇ ਮਾਣ ਜਗਤ ਵਿੱਚ, ਪਰ ਅਧੀਨ ਕੇ ਸਮਝ ਨਾ ਆਈ। ਪਰਮਾਤਮਾ ਨੇ 84 ਲੱਖ ਜੂਨਾਂ ਬਣਾ ਕੇ ਨਾ ਦੁਰਲੱਭ ਦੇਹੀ ਬਣਾਈ ਮਨੁੱਖ ਦੀ, ਮਨੁੱਖ ਨੂੰ ਵਡਿਆਈ ਦੇ ਦਿੱਤੀ। ਪਰ ਅਗਲੀ ਗੱਲ ਭਾਈ ਸਾਹਿਬ ਜੀ ਕਹਿੰਦੇ, ਜਦੋਂ ਮੈਂ ਨਜ਼ਰ ਮਾਰਦਾ ਬਹੁਤੇ ਮਾਣਸ ਜਗਤ 'ਚ ਪਰਾਧੀਨ ਕੇ ਸਮਝਣ ਆਈ। ਬਹੁਤੇ ਲੋਕਾਂ ਨੂੰ ਪਤਾ ਹੀ ਨਹੀਂ ਕਿ ਸਾਡੀ ਵਡਿਆਈ ਕੀ ਹੈ, ਉਹ ਪਰਾਧੀਨ ਹੋ ਕੇ ਜੀਵਨ ਬਤੀਤ ਕਰ ਰਹੇ ਨੇ। ਮਨੁੱਖ ਪਸ਼ੂਆਂ ਨੂੰ ਮੱਥੇ ਟੇਕੇ ਇਦੋਂ ਵੱਡੀ ਕੀ ਗੁਲਾਮੀ ਹੋ ਸਕਦੀ ਹੈ? ਮਨੁੱਖ ਪੱਥਰਾਂ ਨੂੰ ਮੱਥੇ ਟੇਕੇ ਇਦੋਂ ਵੱਡੀ ਕੀ ਗੁਲਾਮੀ ਹੋ ਸਕਦੀ ਹੈ? ਮਨੁੱਖ ਕਬਰਾਂ ਦਾ ਪੁਜਾਰੀ ਬਣ ਜੇ ਇਦੋਂ ਵੱਡੀ ਕੀ ਗੁਲਾਮੀ ਹੋ ਸਕਦੀ ਹੈ? ਮਨੁੱਖ ਬੰਦਿਆਂ ਨੂੰ ਮੱਥੇ ਟੇਕੇ ਇਦੋਂ ਵੱਡੀ ਕੀ ਗੁਲਾਮੀ ਹੋ ਸਕਦੀ ਹੈ? ਮਨੁੱਖ ਦਾ ਸੰਬੰਧ ਸਿੱਧਾ ਪਰਮਾਤਮਾ ਦੇ ਨਾਲ ਸੀ। ਗੁਰੂ ਨਾਨਕ ਸਾਹਿਬ ਜੀ ਗੁਰੂ ਗੋਬਿੰਦ ਸਿੰਘ ਜੀ ਇਸ ਮਨੁੱਖ ਨੂੰ ਪਰਮਾਤਮਾ ਨਾਲ ਜੋੜਨ ਲਈ ਆਏ ਸਨ। ਖਾਲਸੇ ਦਾ ਅਰਥ ਹੈ ਕਿ ਉਹ ਮਨੁੱਖ ਜਿਹਦਾ ਸਿੱਧਾ ਸੰਬੰਧ ਹੀ ਪਰਮਾਤਮਾ ਦੇ ਨਾਲ ਹੈ, ਕੋਈ ਵਿੱਚ ਨਹੀਂ ਹੈ। ਔਰ ਸਤਿਗੁਰੂ ਜੀ ਨੇ ਇੱਕੋ ਗੱਲ ਕੀ ਸੀ, ਓਟ ਅਕਾਲ ਕੀ ਪਰਚਾ ਸ਼ਬਦ ਕਾ ਦੀਦਾਰ ਖਾਲਸੇ ਦਾ। ਖਾਲਸੇ ਨੂੰ ਸਿੱਧਾ ਪਰਮਾਤਮਾ ਦੇ ਨਾਲ ਜੋੜਦਾ, ਖਾਲਸਾ ਜਿਹਦਾ ਸੰਬੰਧ ਪਰਮਾਤਮਾ ਦੇ ਨਾਲ ਹੈ। ਦਰਅਸਲ ਇਹ ਮਨੁੱਖ ਪਰਮਾਤਮਾ ਦਾ ਹੀ ਰੂਪ ਹੈ, ਇਹਦੇ ਅੰਦਰ ਪਰਮਾਤਮਾ ਬੈਠਾ ਹੈ। ਜਦੋਂ ਮਨੁੱਖ ਭੁੱਲ ਗਿਆ, ਸਤਿਗੁਰੂ ਜੀ ਨੇ ਆ ਕੇ ਸਾਨੂੰ ਇਸ ਕੂੜ ਕਸਤ ਤੋਂ ਮੁਕਤ ਕਰਕੇ ਸਾਨੂੰ ਇੱਕ ਪੂਰਨ ਮਨੁੱਖ ਬਣਾਉਣ ਦਾ ਯਤਨ ਕੀਤਾ। ਇਹ ਗੱਲ ਗੁਰੂ ਨਾਨਕ ਸਾਹਿਬ ਜੀ ਨੇ ਸ਼ੁਰੂ ਕੀਤੀ। ਹਰ ਧਰਮ ਦੇ ਅੰਦਰ, ਹਰ ਮਜ਼ਹਬ ਦੇ ਅੰਦਰ, ਹਰ ਧਰਮ ਸਥਾਨ 'ਤੇ ਜਾ ਕੇ ਧਾਰਮਿਕ ਲੋਕਾਂ ਨੂੰ ਸਤਿਗੁਰੂ ਜੀ ਮਿਲੇ। ਇਸ ਮੁੱਖ ਵਾਕ ਦੇ ਰਾਹੀਂ ਸਤਿਗੁਰੂ ਜੀ ਨੇ ਇੱਕ ਗੱਲ ਬ੍ਰਾਹਮਣ ਦੀ ਕੀਤੀ ਹੈ, ਜਿਹੜਾ ਬਾਹਰੋਂ ਮਾਲਾ ਵੀ ਫੇਰਦਾ,
ਜਿਹੜਾ ਸਾਲਗ੍ਰਾਮ ਦੀ ਪੂਜਾ ਵੀ ਕਰਦਾ ਹੈ, ਦਿਖਾਵੇ ਦੇ ਕਰਮ ਬੜੇ ਕਰਦਾ ਹੈ। ਪਰ ਸਤਿਗੁਰੂ ਜੀ ਉਹਨੂੰ ਕਹਿੰਦੇ ਕਿ ਇਹ ਦਿਖਾਵੇ ਦੇ ਕਰਮ ਭਾਵੇਂ ਕੋਈ ਬ੍ਰਾਹਮਣ ਕਰ ਲਏ, ਭਾਵੇਂ ਕੋਈ ਸਿੱਖ ਕਰ ਲਏ, ਭਾਵੇਂ ਕੋਈ ਮੁਸਲਮਾਨ ਕਰ ਲਏ, ਇਹ ਕੇਵਲ ਇੰਨੇ ਨੇ ਜਿਸ ਤਰ੍ਹਾਂ ਆਪਾਂ ਕੱਲਰ ਨੂੰ ਪਾਣੀ ਦੇ ਰਹੇ ਹਾਂ। ਕੱਲਰ ਨੂੰ ਪਾਣੀ ਦਿੱਤਿਆਂ ਕੋਈ ਫਸਲ ਪੈਦਾ ਨਹੀਂ ਹੋ ਸਕਦੀ। ਪਖੰਡ ਕੀਤਿਆਂ, ਦਿਖਾਵਾ ਕੀਤਿਆਂ, ਜਾਂ ਕੇਵਲ ਦਿਖਾਵੇ ਦੇ ਧਰਮ ਚਿੰਨ੍ਹ ਧਾਰਨ ਕੀਤਿਆਂ ਕੋਈ ਮਨੁੱਖ ਆਤਮਕ ਤੌਰ 'ਤੇ ਖੁਸ਼ਹਾਲ ਨਹੀਂ ਹੋ ਸਕਦਾ। ਉਸ ਦੇ ਲਈ ਇੱਕੋ ਇੱਕ ਜ਼ਰੂਰੀ ਹੈ ਕਿ ਆਪਾਂ ਅੰਮ੍ਰਿਤ ਸਿੰਚੋ ਭਰੋ ਕਿਆਰੇ ਤਉ ਮਾਲਿਕੇ ਹੋਵੋ। ਵਾਹਿਗੁਰੂ ਜੀ ਦੀ ਬੰਦਗੀ ਕਰਦੇ ਹਾਂ, ਧਰਮ ਕਰਮ ਕਰਦੇ ਹਾਂ, ਸਾਡੇ ਸਰੀਰ ਦੇ ਸਾਰੇ ਜਿਹੜੇ ਇੰਦਰੇ ਨੇ ਉਹ ਅੰਮ੍ਰਿਤ ਦੇ ਨਾਲ ਭਰਪੂਰ ਹੋ ਜਾਣ। ਵਾਹਿਗੁਰੂ ਜੀ ਦੀ ਬੰਦਗੀ ਕਰਨ ਵਾਲਾ ਮਨੁੱਖ ਨਿਰਵੈਰ ਹੋ ਜਾਏ, ਸਮੁੱਚੀ ਮਾਨਵਤਾ ਦੇ ਨਾਲ ਪਿਆਰ ਕਰੇ। ਔਰ ਗੁਰੂ ਸਾਹਿਬ ਜੀ ਨੇ ਸਾਡਾ ਸੰਬੰਧ ਸਮੁੱਚੇ ਸੰਸਾਰ ਨਾਲ ਬਣਾਇਆ। ਗੁਰੂ ਸਾਹਿਬ ਜੀ ਨੇ ਪੰਥ ਖਾਲਸਾ ਸਾਜਿਆ ਹੈ, ਇੱਕ ਆਦਰਸ਼ਕ ਪੰਥ ਦੀ ਸਿਰਜਣਾ ਕੀਤੀ ਹੈ। ਪਰ ਸਤਿਗੁਰੂ ਜੀ ਦਾ ਕਦਾਚਿਤ ਇਹ ਮਕਸਦ ਨਹੀਂ ਸੀ ਕਿ ਆਪਾਂ ਧਰਤੀ ਦੇ ਖਿੱਤੇ ਨਾਲ ਸੰਬੰਧਿਤ ਰਹਿਣਾ ਜਾਂ ਇੱਕ ਖਿੱਤੇ 'ਤੇ ਰਾਜ ਕਰਨਾ, ਇੱਕ ਧਾਰਨਾ ਬਣ ਗਈ ਹੈ ਨਾ। ਆਪਾਂ ਰਾਜ ਕਰੇਗਾ ਖਾਲਸਾ ਤੋਂ ਕਹਿੰਦੇ ਕਿ ਇਸ ਇਲਾਕੇ ਸਾਡਾ ਰਾਜ ਹੋਣਾ ਚਾਹੀਦਾ, ਇਹੀ ਧਾਰਨਾ ਹੈ ਨਾ ਸਾਡੀ। ਪਰ ਜਦੋਂ ਆਪਾਂ ਗੁਰੂ ਨਾਨਕ ਸਾਹਿਬ ਜੀ ਦੇ ਬਚਨ ਪੜ੍ਹਦੇ ਹੋ ਤਾਂ ਕਹਿੰਦੇ ਆਈ ਪੰਥੀ ਸਗਲ ਜਮਾਤੀ ਮਨ ਜੀਤੇ ਜਗਜੀਤ। ਸਾਡਾ ਤਾਂ ਸਮੁੱਚੀ ਮਾਨਵਤਾ ਦੇ ਨਾਲ ਸੰਬੰਧ ਹੈ। ਸਤਿਗੁਰੂ ਜੀ ਨੇ ਗੁਰਸਿੱਖ ਨੂੰ ਰਾਜਾ ਸਗਲੇ ਸ੍ਰਿਸ਼ਟਕਾ ਬਣਾਇਆ ਸੀ, ਸਗਲ ਸ੍ਰਿਸ਼ਟ ਦੇ ਰਾਜੇ ਬਣਾਇਆ ਸੀ, ਕੋਈ ਇੱਕ ਖਿੱਤੇ ਤੱਕ ਸੀਮਤ ਹੋਣ ਲਈ ਨਹੀਂ ਸੀ ਬਣਾਇਆ। ਸਤਿਗੁਰੂ ਜੀ ਨੇ ਸਾਡਾ ਸੰਬੰਧ ਸਮੁੱਚੀ ਮਾਨਵਤਾ ਦੇ ਨਾਲ ਬਣਾਇਆ। ਗੁਰੂ ਦੇ ਦਰ 'ਤੇ ਆ ਕੇ ਖੰਡੇ ਕੀ ਪੌਲ ਪ੍ਰਾਪਤ ਕਰਕੇ, ਗੁਰੂ ਦੇ ਦਰ 'ਤੇ ਆ ਕੇ ਖੰਡੇ ਬਾਟੇ ਦਾ ਅੰਮ੍ਰਿਤ ਪ੍ਰਾਪਤ ਕਰਕੇ, ਭਾਵੇਂ ਕਿ ਜੋ ਸਾਨੂੰ ਰਹਿਤ ਸਾਡੇ ਸਤਿਗੁਰੂ ਜੀ ਨੇ ਦਿੱਤੀ ਉਹਨੂੰ ਧਾਰਨ ਕਰਕੇ, ਆਪਣੀ ਜ਼ਿੰਦਗੀ ਅੰਦਰੋਂ ਔਗਣਾਂ ਨੂੰ, ਵਿਕਾਰਾਂ ਨੂੰ, ਵਜਰ ਕ੍ਰਹਿਤਾਂ ਨੂੰ ਦੂਰ ਕਰਕੇ ਵਾਹਿਗੁਰੂ ਜੀ ਦਾ ਸਿਮਰਨ ਕਰਦਿਆਂ ਆਪਣੇ ਸਰੀਰ ਦੇ ਹਰ ਇੰਦਰ ਨੂੰ ਅੰਮ੍ਰਿਤ ਦੇ ਨਾਲ ਭਰਪੂਰ ਕਰਨਾ। ਇਹ ਗੱਲ ਕੇਵਲ ਬ੍ਰਾਹਮਣ ਲਈ ਨਹੀਂ ਹੈ ਕਿ ਅੰਮ੍ਰਿਤ ਸਿੰਚੋ ਭਰੋ ਕਿਆਰੇ ਤੋਂ ਮਾਲੀ ਕੇ ਹੋਵੋ, ਇਹ ਗੱਲ ਗੁਰਸਿੱਖ ਲਈ ਵੀ ਓਨੀ ਹੈ। ਗੁਰਸਿੱਖ ਲਈ ਤਾਂ ਸਗੋਂ ਜ਼ਿਆਦਾ। ਆਪਾਂ ਕਹਿੰਦੇ ਗੁਰੂ ਗ੍ਰੰਥ ਸਾਹਿਬ ਜੀ ਸਾਡੇ ਗੁਰੂ ਨੇ, ਅਤੇ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ, ਹਰ ਬਾਣੀ ਭਾਵੇਂ ਉਹ ਯੋਗੀ ਦੇ ਪ੍ਰਤੀ ਹੈ, ਭਾਵੇਂ ਉਹ ਮੁਸਲਮਾਨ ਦੇ ਪ੍ਰਤੀ ਹੈ, ਭਾਵੇਂ ਉਹ ਬ੍ਰਾਹਮਣ ਦੇ ਪ੍ਰਤੀ ਹੈ, ਭਾਵੇਂ ਕਿਸੇ ਦੇ ਪ੍ਰਤੀ, ਉਹ ਸਾਡੇ ਦੇ ਲਈ ਹੈ। ਇਸ ਕਰਕੇ ਸਤਿਗੁਰੂ ਜੀ ਦੀ ਬਾਣੀ ਪੜ੍ਹਦੇ ਹਾਂ, ਆਪਣੀ ਜੀਵਨ ਦੇ ਅੰਦਰ ਅੰਮ੍ਰਿਤਮਈ ਹੋ ਜਾਣਾ, ਇਹ ਸਾਡੀ ਜ਼ਿੰਦਗੀ ਦਾ ਮਕਸਦ ਹੈ। ਬਾਣੀ ਪੜ੍ਹਦੇ ਅੰਦਰ ਇੱਕ ਸ਼ਖਸੀਅਤ ਪੈਦਾ ਕਰਨੀ, ਅਜਿਹੀ ਸ਼ਖਸੀਅਤ ਜਿਹੜੀ ਨਿਰਵੈਰ ਹੋਵੇ, ਜਿਹੜੀ ਨਿਰਭਉ ਹੋਵੇ, ਔਰ ਇਸ ਜ਼ਿੰਦਗੀ ਦੇ ਅੰਦਰਿਆਂ ਕਿਸੇ ਤਰ੍ਹਾਂ ਦਾ ਕੋਈ ਡਰ ਨਾ ਹੋਵੇ। ਸਤਿਗੁਰੂ ਜੀ ਨੇ ਉਸ ਮਨੁੱਖ ਦਾ ਜ਼ਿਕਰ ਕੀਤਾ, ਜੋ ਨਰ ਦੁੱਖ ਨਹੀਂ, ਦੁੱਖ ਮੈਂ ਦੁੱਖ ਨਹੀਂ ਮਾਨਿਆ, ਸੁੱਖ ਸਨੇਹ ਅਰ ਪੈ ਨਹੀਂ, ਜਾ ਕੇ ਕੰਚਨ ਮਾਟੀ ਮਾਨੇ, ਨਹਿ ਨਿੰਦਿਆ ਨੈ ਉਸ ਤੋਂ ਜਾ ਕੇ ਲੋਹ ਮੋਹ ਅਵਮਾਨਾ, ਹਰ ਸੋਗ 'ਤੇ ਰਹੇ ਨਿਆਰੋ ਨਾ ਹੀ ਮਾਨ ਅਪਮਾਨਾ। ਸਤਿਗੁਰੂ ਜੀ ਅਜਿਹੇ ਮਨੁੱਖ ਦੀ ਸਿਰਜਣਾ ਕਰਨਾ ਚਾਹੁੰਦੇ ਸਨ। ਅੰਮ੍ਰਿਤ ਛਕਣ ਦਾ ਅਰਥ ਹੀ ਇਹ ਸੀ ਕਿ ਆਪਾਂ ਆਤਮਕ ਤੌਰ 'ਤੇ ਇੰਨੇ ਉੱਚੇ ਉੱਠ ਜਾਈਏ ਕਿ ਅੰਦਰੋਂ ਅੰਮ੍ਰਿਤ ਦੇ ਨਾਲ ਭਰਪੂਰ ਹੋ ਜਾਈਏ। ਵਿਸਾਖੀ ਦਾ ਜਾਂ ਇਵੇਂ ਕਹਿ ਲਓ ਪੰਥ ਖਾਲਸਾ ਜੀ ਦਾ ਇਹ ਸਾਜਨਾ ਦਿਵਸ ਮਨਾਉਂਦੇ ਹਾਂ, ਜੋ ਬੜਾ ਵਧੀਆ ਉੱਦਮ ਆਪ ਜੀ ਨੇ ਕੀਤਾ, ਵੱਖਰੇ ਵੱਖਰੇ ਗੁਰਬਾਣੀ 'ਚੋਂ ਸਬਜੈਕਟ ਦੇ ਕੇ ਆਪ ਜੀ ਵਿਚਾਰ ਕਰ ਰਹੇ ਹੋ। ਗੁਰਬਾਣੀ ਸਮੁੱਚੀ ਜਿਹੜੀ ਹੈ ਨਾ, ਦਰਅਸਲ ਸਾਨੂੰ ਪਰਮਾਤਮਾ ਨਾਲ ਜੋੜਦੀ ਹੈ, ਭਾਵੇਂ ਗੱਲ ਕਿਸੇ ਨਾਲ ਵੀ ਕੀਤੀ ਹੈ, ਔਰ ਸਾਰਿਆਂ ਲਈ ਸਾਂਝੀ ਹੈ। ਇਸ ਮੁੱਖ ਵਾਕ ਦੇ ਰਾਹੀਂ ਵੀ ਸਤਿਗੁਰੂ ਜੀ ਨੇ ਕਿਹਾ ਕਿ ਆਪਾਂ ਜ਼ਿੰਦਗੀ ਦਾ ਇੱਕ ਬੇੜਾ ਤਿਆਰ ਕਰਨਾ, ਭਾਵੇਂ ਕੋਈ ਬ੍ਰਾਹਮਣ ਹੈ, ਭਾਵੇਂ ਕੋਈ ਮੁਸਲਮਾਨ ਹੈ, ਭਾਵੇਂ ਕੋਈ ਗੁਰਸਿੱਖ ਹੈ। ਗੁਰਮਤ ਦਾ ਫਲਸਫਾ ਬੜਾ ਉਦਾਰ ਹੈ। ਦੇਖੋ ਸਤਿਗੁਰੂ ਜੀ ਦੇ ਕਿੰਨੇ ਪਿਆਰੇ ਬਚਨ ਕਿ ਜਗਤ ਜਲੰਦਾ ਰੱਖ ਲੈ ਆਪਣੀ ਕਿਰਪਾ ਧਾਰ, ਜਿੱਤ ਦੁਆਰੇ ਉਭਰੇ ਤੇ ਧੇਲੇ ਹੋ ਉਬਾਰ। ਸਤਿਗੁਰੂ ਜੀ ਨੇ ਕਿਸੇ ਦੇ ਧਰਮ ਨੂੰ ਮਾੜਾ ਨਹੀਂ ਕਿਹਾ, ਕਿਸੇ ਦੇ ਮਤ ਨੂੰ ਕਿਤੇ ਮਾੜਾ ਨਹੀਂ ਕਿਹਾ। ਗੁਰੂ ਸਾਹਿਬ ਜੀ ਦੀ ਕਿੱਡੀ ਮਹਾਨ ਸੋਚ ਹੈ, ਉਹਨਾਂ ਨੇ ਕਿਤੇ ਹਿੰਦੂ ਨੂੰ ਮਾੜਾ ਨਹੀਂ ਕਿਹਾ, ਕਿਤੇ ਬ੍ਰਾਹਮਣ ਨੂੰ ਮਾੜਾ ਨਹੀਂ ਕਿਹਾ। ਬ੍ਰਾਹਮਣ ਦੇ ਨਾਂ 'ਤੇ ਜਿਹੜਾ ਪਖੰਡ ਕਰਦਾ ਉਹਨੂੰ ਮਾੜਾ ਕਿਹਾ, ਪਖੰਡ ਨੂੰ ਮਾੜਾ ਕਿਹਾ। ਮੁਸਲਮਾਨ ਦੇ ਨਾਂ 'ਤੇ ਜੇਕਰ ਕੋਈ ਪਖੰਡ ਕਰਦਾ ਉੱਥੇ ਪਖੰਡ ਨੂੰ ਮਾੜਾ ਕਿਹਾ, ਨਹੀਂ ਤਾਂ ਮੁਸਲਮਾਨ ਦੀ ਵੀ ਤਾਰੀਫ ਕੀਤੀ ਹੈ। ਪੰਜ ਨਿਵਾਜਾ, ਪੰਜ ਵਕਤ, ਪੰਜਾਂ ਪੰਜੇ ਨਾਓ। ਇਸੇ ਤਰ੍ਹਾਂ ਸਤਿਗੁਰੂ ਜੀ ਨੇ ਸੋਈ ਬ੍ਰਾਹਮਣ ਪੂਜਣ ਜੁਗਤ ਵੀ ਕਿਹਾ। ਯੋਗੀ ਦੀ ਵੀ ਗੱਲ ਕੀਤੀ ਕਿ ਯੋਗੀ ਕੌਣ ਹੈ। ਕਹਿਣ ਤੋਂ ਭਾਵ ਕਿ ਕੋਈ ਬੰਦਾ ਮੰਦਰ ਵਿੱਚ ਜਾ ਕੇ ਰੱਬ ਦੇ ਪਿਆਰ 'ਚ ਜੁੜ ਜਾਵੇ, ਪਰ ਜੁੜੇ ਉਹ ਪਰਮਾਤਮਾ ਨਾਲ, ਉਹ ਪੱਥਰਾਂ ਦੀ ਪੂਜਾ ਨਾ ਕਰੇ। ਕੋਈ ਬੰਦਾ ਮਸੀਤ ਰਾਹੀਂ ਕੇਵਲ ਵਾਹਿਗੁਰੂ ਦੀ ਬੰਦਗੀ ਜੁੜ ਜਾਵੇ, ਉਹ ਜੁੜੇ ਪਰਮਾਤਮਾ ਦੇ ਨਾਲ, ਜਿੱਤ ਦੁਆਰੇ ਉੱਭਰ ਹੈ ਅਤੇ ਤੈ ਲਿਹੋ ਉਬਾਰ। ਗੁਰੂ ਨਾਨਕ ਸਾਹਿਬ ਜੀ ਨੇ ਹਰ ਮਨੁੱਖ ਨੂੰ ਮਿਲ ਕੇ, ਹਰ ਮਤ ਦੇ ਮਨੁੱਖ ਨੂੰ ਮਿਲ ਕੇ, ਆਗੂ ਨੂੰ ਮਿਲ ਕੇ ਉਹਨੂੰ ਪਖੰਡ ਤੋਂ ਰਹਿਤ ਜ਼ਿੰਦਗੀ ਬਤੀਤ ਕਰਨ ਦੀ ਪ੍ਰੇਰਣਾ ਕੀਤੀ ਸੀ। ਧਰਮ ਦੀ ਦੁਨੀਆ ਅੰਦਰ ਸਭ ਤੋਂ ਜ਼ਿਆਦਾ ਖਤਰਨਾਕ ਹੈ ਪਖੰਡ, ਔਰ ਜਿਤਨਾ ਨੁਕਸਾਨ ਪਖੰਡੀ ਲੋਕਾਂ ਨੇ ਕੀਤਾ ਨਾ ਇਨਸਾਨੀਅਤ ਦਾ, ਉਹਨਾਂ ਹੋਰ ਕਿਸੇ ਨੇ ਨਹੀਂ ਕੀਤਾ। ਜਦੋਂ ਕਿਸੇ ਨੂੰ ਆਪਾਂ ਧਰਮੀ ਸਮਝਦੇ ਹਾਂ, ਉਹਦੇ ਕੋਲ ਚਲੇ ਜਾਂਦੇ ਹਾਂ, ਪਰ ਜਦੋਂ ਉਹਦੇ ਨਾਲ ਵਾਹ ਪੈਂਦਾ, ਉਹਦੀ ਕਰਨੀ ਦੇਖਦੇ ਹਾਂ, ਮਨ ਖੱਟਾ ਹੋ ਜਾਂਦਾ, ਲੋਕ ਧਰਮ ਤੋਂ ਬੇਮੁੱਖ ਹੋ ਜਾਂਦੇ। ਆਮ ਆਪਾਂ ਕਹਿੰਦੇ ਕਿ ਸਾਰੇ ਇਹੋ ਜਿਹੇ ਹੁੰਦੇ ਨੇ, ਸਾਰੇ ਇਹੋ ਜਿਹੇ ਹੁੰਦੇ ਨੇ। ਸੰਤ ਲਫਜ਼ ਬੜਾ ਪਵਿੱਤਰ ਹੈ,
पर कोई संत दी लिबास धारण करके पखंड करे। गुरु का एक बचन है कि भेख दिखाए जगत को लोगन को बसकीन अंतकाल काती कट्यो बास नरक मोलीन। जेड़ा भेख करे सतगुरु जी कहिंदे आखर वह नरकां दा वासी बनदा है। साहब श्री गुरु ग्रंथ साहब जी का एक बड़ा प्यारा बचन है, फरीदा कन्न मसला सूफ गल दिल काती गुड़वात, बाहर दिसे चानना दिल अंधियारी रात। बाहरों बड़ा काले रंग के कपड़े सूफ दर्द काले रंग के जिन सूफी फकीर कपड़े पाउंदे, आपां कह लईए अपना चिट्टा गुरसिख वाला लिबास होए जां गुरसिखी दे चिन्ह धारण किए होण। कन्न मसला, कन्न अर्थ मोढा, मोढे ते मसला रख्या होए नमाज़ पढ़न वाला कपड़ा, किवें बड़ा नमाजी आ। सूफ गल, गल च काले कपड़े भी पाए होण फकीरां वाले। दिल काती, पर दिल दे अंदर छुरी होए, दिल दे अंदर छुरी होए लोगों की जुल्म करन वाली। मुख वात, मुख तो बड़िया मिठिया गल्लां करे, एक दिखावे दे पखंडी धर्मी की गल है बाबा फरीद साहब जी ने की। बारो धार्मिक भेख होवे, धर्म के सारे साधन हुण माला फेरदा होए अडंबर होए, पर दिल दे अंदर छुरी होए और मुख ते बड़ी मिठास होए, बाहर दिसे चानना दिल अंधियारी रात। बाहरों देखण नूं बड़ा संत है, बड़ा गुरसिख है, बड़ा धर्मी है, पर अंदर हनेरा ही पसरिया होया। अंदर हनेरा होएगा कभी सुख नहीं वरतेगा, अंधेरे विच कभी किसी नूं सुख नहीं मिलता। गुरबाणी का एक बचन के अंधकार सुख कवे न सोई है, राजा रंक दो मिल रोई है। बाहर चानण करन दे नाल सानू कोई सुख नहीं मिलेगा, लोगों नूं भरमा जरूर लवेंगे। इस करके आओ सतगुरु जी ने एको ही बचन किया सी, रहनी रहे सोई सिख मेरा ओ साहिब मैं उसका चेहरा। जिहड़ा बंदा रहनी विच रहिंदा, देखो कई लोग कहिंदे ने कि बाहरले ककार देखो ये सतगुरु जी ने बख्शिश करके दिते, इन्हां दी बड़ी महानता है, तुसीं ते बहुत ही वडभागी हो, इन्ना सोहणा सिस्टम तुहाडा, हर रोज़ नवा नवा सबजैक्ट दे के गुरमुख जन समझाउंदे ने, ये भी सबजैक्ट आया होएगा बाहरली रहत दा, ये जरूरी है। पर बाहरली रहत तो पहला सानू सतगुरु जी ने अंदरली रहत दिती है, बाहरली रहत तो पहला अंदरली रहत। बाहरले चिन्ह तां कलगीधर पातशाह जी ने धारण दे लई आर्डर कर दिता सी, लेकिन उदू पहला अंदरली रहत सतगुरु जी ने गुर सतगुरु का जो सिख अखाए सो भलके उठर नाम त्यावै, उद्यम करे भलके प्रभाती, इशनान करे अमृत सर नावै। सरदार गुरबख्श सिंह जी प्रीतलड़ी ने एक बड़ी प्यारी गल लिखी है, वह कहिंदे मैं कितें प्रदेश चलिया गया, किसी होटल च ठहरिया सां, ते जिस होटल च मैं ठहरिया गर्मी होएगी कितें उन्हां खिड़की खोल ली, ते तड़कसार एक बीबी उधर गेड़ा मार दी है वार वार तड़कसार। उन्हें देखिया फिर आई, दो तीन बारी आई, तो उन्होंने मन च ख्याल आया वे ठीक नहीं गल। उन्होंने मैनेजर को शिकायत की, वो तुहाडा की प्रबंध है भी किसी परदेसी दे कोल तुहाडी मुलाजम बीबी वार वार क्यों जाती वो कमरे के बार। तो उस मैनेजर ने उस बीबी को बुला लिया, मैनेजर बीबी को कह लगा भी तेरा की हक है उधर जाने का। तो बीबी ने एक गल बड़ी सोहनी कही, वो समझण वाली है। वह बीबी कह लगी दरअसल मैं किसी माड़ी नीयत नाल नहीं सी जाती, मैं डिक्शनरी पढ़ी सी, उच मैं एक सिख लफ्ज़ देखिया सी, ते सिख दी मैं डैफीनेशन पढ़ी सी कि सिख हुंदा कौन है। सिख दी डैफीनेशन पढ़ी कि सिख हुंदा कौन है, वह हुंदा जिहड़ा सवेरे उठदा बाणी पढ़दा है रब दी याद विच जुड़दा, उहने सारी गल दसी। ते जदों ये बंदा साडे होटल च आया मैनूं लग्गिया ये सिख है, मैनूं लग्गिया ये सिख है, ते मैं सवेरे देखण गई सी वाकई सिख है कि भेखी सिख है, मैं देखण दे लई गई सी। दरअसल दुनिया दे सामने असीं सिख हाँ, पर दुनिया यह भी देखना चाहती कि वाकई आपां सिख हैगे आ। अज दुनिया दीयां नज़रां ने सिख पंथ वल, गुरु साहब जी ने बड़ियां उच्चियां आसां ला के पंथ की सिरजना की सी, ये पंथ धरती ते धर्म का राज कायम करेगा, धर्म का राज कायम करेगा। गुरमत का एक मनोरथ है बेगमपुरा कायम करना, ये धरती नूं धर्मशाल बनाउणा है खालसे ने। पर अपने गिड़ीवान विच असीं झात मारीए, जिथे जिथे सानूं कितें प्रबंध मिले है, पंजाब की धरती ते साडा बोलबाल है, गुरुद्वारियां साडा बोलबाल है, असी ये तो कहने कि खालसा राज करेगा, पर आपां की दुनिया नूं को मॉडल दे सकेगा कि खालसे दा राज इहो जिहा होएगा। असी चाहुंदे सीधा सानूं दिल्ली दा तख्त मिले फिर ही राज होएगा, यही कहिंदे ना आपां, दिल्ली दा तख्त मिले साडे कोल जिहड़े राज ने उत्थे आपां को मॉडल दे सके आ, साडे कोल गुरुद्वारे ने बड़ा सुंदर प्रबंध की, आपां किसी गुरुद्वारे चो ये दुनिया नूं नमूना दे सके वी जे कितें साडे कोल राज प्रबंध आ गया, इहो जिहा प्रबंध करांगे आपां, कितें नहीं दे सके। देसां प्रदेशों के गुरुद्वारे ने फिर के देखिए अदालतों मुकदमे ही चलते हैं, साडे अरबां डालर जिहड़े ने अदालतों खर्चे जा रहे हैं केवल गुरुद्वारियां दे विच लड़ाइयां ही ने। इहदा मतलब कि असीं ते जो कुछ साडे कोल है उहदे च जी अपना नमूना पेश नहीं कर सके, जे वड्डा राज आ गया उत्थे की होएगा।
ਖਾਲਸੇ ਦਾ ਅਰਥ ਕੇਵਲ ਬਾਹਰਲੀ ਰਹਿਤ ਨਹੀਂ ਹੈ, ਖਾਲਸੇ ਦਾ ਅਰਥ ਹੈ ਜਿਹੜਾ ਅੰਦਰੋਂ ਵਾਹਿਗੁਰੂ ਜੀ ਦੇ ਪਿਆਰ ਜੁੜ ਕੇ ਖਾਲਸ ਹੋ ਜਾਏ, ਪਵਿੱਤਰ ਹੋ ਜਾਏ, ਵਾਕਈ ਉਹਨਾਂ ਲੋਕਾਂ ਦਾ ਧਰਤੀ 'ਤੇ ਬੌਲ ਬਾਲਾ ਹੋਏਗਾ, ਖਾਲਸੇ ਦਾ ਰਾਜ ਹੋਏਗਾ। ਪਰ ਖਾਲਸਾ ਜਿਹੜਾ ਜਿਹੜਾ ਆਤਮ ਰਸ ਜੇ ਜਾਣੀ ਸੋ ਹੈ ਖਾਲਸ ਜੀਵ, ਜਿਹੜਾ ਆਤਮਕ ਤੌਰ 'ਤੇ ਜਿਹੜਾ ਆਪਣੇ ਸਰੀਰ ਦੇ ਸਮੁੱਚੇ ਕਿਆਰੇ ਨੂੰ ਅੰਮ੍ਰਿਤ ਦੇ ਨਾਲ ਭਰਪੂਰ ਕਰ ਦੇਵੇਗਾ। ਆਓ ਪੰਥ ਖਾਲਸਾ ਜੀ ਦਾ ਸਾਜਣਾ ਦਿਵਸ ਮਨਾਉਂਦੇ ਹਾਂ, ਆਪਾਂ ਇਹਨਾਂ ਦੀਵਾਨਾਂ ਜੁੜੇ ਹਾਂ। ਅੱਜ ਦਾ ਇਹ ਮੁੱਖ ਵਾਕ ਸਾਨੂੰ ਸਾਰਿਆਂ ਨੂੰ ਬਹੁਤ ਵੱਡਾ ਉਪਦੇਸ਼ ਦਿੰਦਾ ਹੈ ਕਿ ਕੱਲਰ 'ਚ ਪਾਣੀ ਦਿੱਤਿਆਂ ਕੁਝ ਨਹੀਂ ਬਣਨਾ, ਕੱਚੀਆਂ ਕੰਧਾਂ ਨੂੰ ਲਿਪਿਆਂ ਕਦੀ ਸੁੱਖ ਨਹੀਂ ਮਿਲਣਾ। ਜੇ ਆਪਾਂ ਚਾਹੁੰਦੇ ਹਾਂ ਤਾਂ ਅੰਦਰੋਂ ਆਪਣੀ ਸ਼ਖਸੀਅਤ ਨੂੰ ਆਪਾਂ ਤਗੜਿਆਂ ਕਰੀਏ, ਬਾਣੀ ਪੜ੍ਹਦੇ ਹਾਂ, ਸਿਮਰਨ ਕਰਦੇ ਹਾਂ, ਉਹ ਰੱਬੀ ਗੁਣ ਸਾਡੇ ਅੰਦਰ ਆਉਂਦੇ ਜਾਣ, ਸਾਡਾ ਆਪਸੀ ਪਿਆਰ ਬਣੇ, ਤਾਂ ਅਸੀਂ ਮਾਨਵਤਾ ਦੇ ਨਾਲ ਪਿਆਰ ਕਰਾਂਗੇ। ਜਦੋਂ ਨਾਦਰ ਸ਼ਾਹ ਜਾ ਰਿਹਾ ਸੀ ਨਾ ਹਿੰਦੁਸਤਾਨ ਨੂੰ ਲੁੱਟ ਕੇ, ਅਤੇ ਸਿੰਘਾਂ ਨੇ ਉਹਦੀ ਬੜੀ ਗਿੱਦੜਕੁੱਟ ਕੀਤੀ, ਸਿੰਘਾਂ ਨੇ ਉਹਨੂੰ ਬੜਾ ਲੁੱਟਿਆ, ਅਤੇ ਨਾਦਰ ਸ਼ਾਹ ਜ਼ਕਰੀਆ ਖਾਨ ਨੂੰ ਜਾ ਕੇ ਪੁੱਛਦੇ, ਕੌਣ ਲੋਕ ਨੇ ਜਿਨ੍ਹਾਂ ਨੇ ਮੈਨੂੰ ਕੁੱਟਿਆ, ਕਿਹਦੀ ਹਿੰਮਤ ਹੈ ਹਿੰਦੁਸਤਾਨ 'ਚ ਮੇਰੇ ਸਾਹਮਣੇ ਬੋਲਣ ਦੀ। ਅਤੇ ਜ਼ਕਰੀਆ ਖਾਨ ਫਿਰ ਖਾਲਸੇ ਦੀ ਵਡਿਆਈ ਦੱਸਦਾ ਕਿ ਗੁਰੂ ਨਾਨਕ ਗੁਰੂ ਗੋਬਿੰਦ ਸਿੰਘ ਜੀ ਹੋਏ ਨੇ, ਮੁਰਸ਼ਦਿਨ ਕਾ ਵਲੀ ਪਇਓ ਹੈ, ਆਬਿਆਹਾਤ ਇਨੀ ਕੋ ਦਇਓ ਹੈ। ਕਹਿਣ ਲੱਗੇ ਕਿ ਇਹਨਾਂ ਦੇ ਮੁਰਸ਼ਦ ਗੁਰੂ ਨਾਨਕ ਗੁਰੂ ਗੋਬਿੰਦ ਸਿੰਘ ਜੀ ਹੋਏ ਨੇ, ਉਹਨਾਂ ਨੇ ਇਹਨਾਂ ਨੂੰ ਅੰਮ੍ਰਿਤ ਦੀ ਦਾਤ ਦਿੱਤੀ ਹੈ, ਅੰਮ੍ਰਿਤ ਛੱਕ ਕੇ ਇਹ ਸ਼ੇਰ ਬਣ ਜਾਂਦੇ ਨੇ, ਗਿੱਦੜਾਂ ਤੋਂ ਸ਼ੇਰ ਬਣ ਜਾਂਦੇ ਨੇ। ਬੜੀਆਂ ਤਾਰੀਫਾਂ ਕੀਤੀਆਂ ਜ਼ਕਰੀਆ ਖਾਨ ਨੇ, ਕਦੀ ਵਿਰੋਧੀ ਵੀ ਸਾਡੀਆਂ ਤਾਰੀਫਾਂ ਕਰਦੇ ਸਨ, ਜਿਹੜੇ ਵਿਰੋਧੀ ਸਨ ਨਾ ਜਿਹੜੇ ਸਾਨੂੰ ਗਾਲਾਂ ਕੱਢਦੇ ਉਹ ਵੀ ਸਾਡੀਆਂ ਤਾਰੀਫਾਂ ਕਰਦੇ। ਇੱਕ ਤਾਰੀਫ ਕੀਤੀ, ਇਨਵੇਂ ਹੈ ਇਤਫਾਕ ਮਹਾਨਾ ਸਿੱਖ ਸਿੱਖ ਵੇ ਵਾਰਤ ਪ੍ਰਾਨਾ, ਇਹਨਾਂ 'ਚ ਇਤਫਾਕ ਬੜਾ ਹੈ। ਆਪਾਂ ਉਹ ਗੱਲਾਂ ਦੇ ਨਾਲ ਅੱਜ ਦੇ ਮਾਹੌਲ ਵਿੱਚ ਆਪਣੇ ਪੜਚੋਲ ਕਰੀਏ ਕਿ ਉਹ ਗੱਲਾਂ ਉਹ ਖੂਬੀਆਂ ਤਾਰੀਫਾਂ ਸਾਡੇ 'ਚ ਹੈਨ, ਜੇ ਹੈਨ ਤਾਂ ਵਾਕਈ ਆਪਾਂ ਸਿੱਖ ਹਾਂ। ਉਦੋਂ ਖਾਲਸਾ ਥੋੜ੍ਹਾ ਸੀ, ਉਦੋਂ ਸਾਡੀ ਗਿਣਤੀ ਬੜੀ ਥੋੜ੍ਹੀ ਸੀ, ਕੋਈ ਘਰ ਨਹੀਂ, ਕੋਈ ਘਾਟ ਨਹੀਂ, ਕੋਈ ਜ਼ਮੀਨ ਨਹੀਂ, ਕੋਈ ਜਾਇਦਾਦ ਨਹੀਂ, ਘੋੜਿਆਂ ਦੀਆਂ ਕਾਠੀਆਂ 'ਤੇ ਸੌਂ ਕੇ ਰਾਤਾਂ ਗੁਜ਼ਾਰਦੇ ਸਾਂ। ਪਰ ਹਕੂਮਤਾਂ ਡਰਦੀਆਂ ਸਨ ਖਾਲਸੇ ਕੋਲ, ਹਕੂਮਤਾਂ ਡਰਦੀਆਂ ਸਨ, ਲੋਕ ਆ ਕੇ ਨਿਆਂ ਮੰਗਦੇ ਸਨ ਖਾਲਸੇ ਕੋਲ। ਅੱਜ ਖਾਲਸਾ ਸਾਰੀ ਦੁਨੀਆਂ 'ਤੇ ਪਸਰਿਆ ਪਿਆ, ਅੱਜ ਸਾਰੀ ਦੁਨੀਆਂ 'ਤੇ ਸਾਡਾ ਰਾਜ ਹੈ। ਧਰਤੀ ਦੇ ਕਿਸੇ ਖਿੱਤੇ ਚਲ ਜਾਓ, ਕੈਨੇਡਾ ਵਰਗੀ ਪਾਰਲੀਮੈਂਟ 'ਚ ਅੰਮ੍ਰਿਤਧਾਰੀ ਸਿੰਘ ਬੈਠੇ ਨੇ, ਡਿਫੈਂਸ ਮਿਨਿਸਟਰ ਉੱਥੇ ਅੰਮ੍ਰਿਤਧਾਰੀ ਬਣ ਕੇ ਬੈਠਾ ਹੈ, ਅਮੈਰੀਕਾ ਦੀ ਫੋਰਸ ਦੇ ਵਿੱਚ ਸਾਡੀ ਫੋਰਸ ਬਣੀ ਬੈਠੀ ਹੈ, ਨਿਊਜ਼ੀਲੈਂਡ ਦੀ ਪਾਰਲੀਮੈਂਟ 'ਚ ਆਪਾਂ ਬੈਠੇ ਹਾਂ, ਆਸਟ੍ਰੇਲੀਆ ਸਾਡੇ ਉੱਚੇ ਰੁਤਬਿਆਂ 'ਤੇ ਬੈਠੇ ਹਾਂ, ਕਿਤੇ ਵੀ ਚਲੇ ਜਾਓ। ਅੱਜ ਸਾਨੂੰ ਕਿਉਂ ਨਿਰਾਸ਼ ਹੋਣਾ ਪੈਂਦਾ ਜੀ, ਸਾਨੂੰ ਕੋਈ ਨਿਆਂ ਕੋਈ ਨਹੀਂ ਦੇ ਰਿਹਾ, ਸਾਡੇ ਨਾਲ ਬੜਾ ਧੱਕਾ ਹੋ ਰਿਹਾ ਜੀ, ਸਾਡੇ ਨਾਲ ਇਨਸਾਫ ਨਹੀਂ ਹੋ ਰਿਹਾ ਜੀ, ਸਾਨੂੰ ਕੋਈ ਵੱਖਰੀ ਕੌਮ ਕਹਿ ਦਿਓ ਜੀ ਸਾਨੂੰ। ਇਹ ਗੱਲਾਂ ਖਾਲਸੇ ਦੀਆਂ ਨਹੀਂ ਹੈ, ਇਹ ਇੱਕ ਢਹਿੰਦੀ ਕਲਾ ਦੀਆਂ ਗੱਲਾਂ ਨੇ। ਮੈਂ ਇੱਕ ਬੇਨਤੀ ਕਰਦਾ ਹੁੰਦਾ, ਅਕਸਰ ਆਪਾਂ ਕਹਿੰਦੇ ਜੀ ਪ੍ਰਚਾਰ ਨਹੀਂ ਕੋਈ ਹੋ ਰਿਹਾ ਅੱਜ ਕੱਲ੍ਹ, ਤਾਂ ਆਪਾਂ ਘਾਟੇ ਜਾ ਰਹੇ ਹਾਂ, ਪ੍ਰਚਾਰ ਨਹੀਂ ਕੋਈ ਹੋ ਰਿਹਾ, ਇਹ ਆਮ ਧਾਰਨਾ ਹੈ ਸਾਡੀ। ਬੜਾ ਪ੍ਰਚਾਰ ਹੋ ਰਿਹਾ, ਮੈਨੂੰ ਪਤਾ ਇੰਟਰਨੈਟ 'ਤੇ ਆ ਸਾਰਾ ਕੁਝ ਆ ਰਿਹਾ ਹੋਣਾ, ਟੀ ਵੀ 'ਤੇ ਕਿੰਨੇ ਚੈਨਲ ਚੱਲਦੇ ਨੇ, ਕਿੰਨਾ ਸੋਸ਼ਲ ਮੀਡੀਆ ਹੈ, ਗੁਰਦੁਆਰਿਆਂ 'ਚ ਵੱਡੇ ਵੱਡੇ ਸਪੀਕਰ ਲੱਗੇ, ਨਗਰ ਕੀਰਤਨ ਹੁੰਦੇ ਨੇ, ਲੰਗਰ ਹੁੰਦੇ ਨੇ, ਲੜੀਆਂ ਪਾਠਾਂ ਦੀਆਂ ਚੱਲਦੀਆਂ ਨੇ, ਕਿਹੜੇ ਕਿਹੜੇ ਤਗੜੇ ਸਮਾਗਮ ਹੁੰਦੇ, ਕਿਉਂ ਨਹੀਂ ਪ੍ਰਚਾਰ ਹੋ ਰਿਹਾ? ਲੇਕਿਨ ਮਸਲਾ ਹੈ ਕਿ ਇੰਨਾ ਕੁਝ ਹੋ ਰਿਹਾ ਲੇਕਿਨ ਹੋ ਕੁਝ ਨਹੀਂ ਰਿਹਾ। ਜਦੋਂ ਆਪਾਂ ਪਿੰਡਾਂ 'ਚ ਨਹੀਂ ਸਾ ਰਹਿੰਦੇ, ਜਦੋਂ ਸਾਨੂੰ ਘਰਾਂ 'ਚ ਰਹਿਣ ਦਾ ਹੁਕਮ ਹੀ ਨਹੀਂ ਸੀ, ਜਦੋਂ ਸਾਡੇ ਸਿਰਾਂ ਦੇ ਮੁੱਲ ਪੈਂਦੇ ਸਨ, ਉਦੋਂ ਕੌਣ ਸਿੱਖੀ ਦਾ ਪ੍ਰਚਾਰ ਕਰਦਾ ਸੀ? ਉਦੋਂ ਹਿੰਦੂਆਂ ਦੇ ਘਰਾਂ 'ਚੋਂ ਬੱਚੇ ਭੱਜ ਕੇ, ਉਦੋਂ ਮੁਸਲਮਾਨਾਂ ਦੇ ਘਰਾਂ 'ਚੋਂ ਬੱਚੇ ਭੱਜ ਕੇ ਖਾਲਸਾ ਜੀ ਨੂੰ ਜਾ ਕੇ ਕਹਿੰਦੇ ਖਾਲਸਾ ਜੀ ਸਾਨੂੰ ਅੰਮ੍ਰਿਤ ਦੀ ਦਾਤ ਦੇ ਦਿਓ। ਜਦੋਂ ਕਿਸੇ ਮਾਤਾ ਦੇ ਜੇ ਤਿੰਨ ਚਾਰ ਪੁੱਤਰ ਨੇ, ਇੱਕ ਨੇ ਸਿੰਘ ਬਣ ਜਾਣਾ, ਕਹਿੰਦੇ ਚਾਰ ਸੀ ਤਿੰਨ ਹੀ ਰਹਿ ਗਏ, ਇੱਕ ਸਿੰਘ ਸੱਜ ਗਿਆ ਮਤਲਬ ਗਿਆ, ਤਿੰਨ ਹੀ ਰਹਿ ਗਏ, ਇੱਕ ਗਿਆ। ਉਹਨਾਂ ਦਿਨਾਂ 'ਚ ਕੌਣ ਪ੍ਰਚਾਰ ਕਰਦਾ ਸੀ ਸਿੱਖੀ ਦਾ? ਵੀ ਪਿੰਡਾਂ 'ਚੋਂ ਲੋਕ ਭੱਜ ਕੇ ਜਾ ਕੇ ਕਹਿੰਦੇ ਖਾਲਸਾ ਜੀ ਸਾਨੂੰ ਅੰਮ੍ਰਿਤ ਦੀ ਦਾਤ ਦੇ ਦਿਓ। ਉਦੋਂ ਤਾਂ ਸਪੀਕਰ ਨਹੀਂ ਸਨ, ਉਦੋਂ ਕੋਈ ਨਗਰ ਕੀਰਤਨ ਨਹੀਂ ਸੀ, ਉਦੋਂ ਸਾਡੇ ਕੋਈ ਮੀਡੀਆ ਨਹੀਂ ਸੀ, ਉਦੋਂ ਕੌਣ ਪ੍ਰਚਾਰ ਕਰਦਾ ਸੀ? ਉਦੋਂ ਪ੍ਰਚਾਰ ਕਰਦਾ ਸੀ ਸਾਡਾ ਕਿਰਦਾਰ, ਅੱਜ ਉਹ ਕਿਰਦਾਰ ਨਹੀਂ ਹੈ। ਗੁਰਬਾਣੀ ਦੇ ਇਸ ਮੁੱਖ ਵਾਕ ਦੇ ਰਾਹੀਂ ਸਤਿਗੁਰੂ ਜੀ ਨੇ ਕਿਰਦਾਰ ਦੀ ਸਿਰਜਣਾ ਦੀ ਗੱਲ ਕੀਤੀ, ਰਾਮ ਨਾਮ ਜਪ ਬੇੜਾ ਬੰਧੋ, ਵਾਹਿਗੁਰੂ ਜੀ ਦਾ ਸਿਮਰਨ ਕਰਕੇ ਆਪਣਾ ਕਿਰਦਾਰ ਉੱਚਾ ਕਰੋ, ਸ਼ਖਸੀਅਤ ਨੂੰ ਉੱਚੀਆਂ ਕਰੋ। ਜਿੰਨੀ ਮਹਾਨ ਅੰਦਰੋਂ ਆਪਾਂ ਮਜ਼ਬੂਤ ਹੋਵਾਂਗੇ ਨਾ, ਜੇ ਅੰਦਰੋਂ ਕੱਚੀ ਕੰਧ ਹੈ ਤਾਂ ਬਾਹਰੋਂ ਲਿਪਣ ਦਾ ਕੋਈ ਫਾਇਦਾ ਨਹੀਂ, ਬਾਹਰਲੇ ਚਿੰਨ੍ਹ ਸਾਨੂੰ ਸੁੱਖ ਨਹੀਂ ਦੇਣਗੇ, ਮੁਬਾਰਕ ਨੇ, ਹੋਣੇ ਚਾਹੀਦੇ ਨੇ, ਪਰ ਉਹ ਕਿਰਦਾਰ ਸਾਡਾ ਬਣਨਾ ਗੁਰਬਾਣੀ ਰਾਹੀਂ, ਉਹ ਕਿਰਦਾਰ ਬਣਨਾ ਸਾਡਾ ਸਤਸੰਗਤ ਰਾਹੀਂ। ਸੰਗਤ ਅਤੇ ਗੁਰਬਾਣੀ ਦੋ ਮਹਾਨ ਆਸਰੇ ਨੇ ਸਾਡੇ, ਸਾਨੂੰ ਆਤਮਕ ਤੌਰ 'ਤੇ ਉੱਚੇ ਉਠਾਉਣ ਦੇ ਲਈ। ਗੁਰੂ ਚਰਨਾਂ 'ਚ ਅਰਦਾਸ ਹੈ, ਜਿੰਨੇ ਵੀ ਆਪਾਂ ਗੁਰੂ ਦੀ ਹਜ਼ੂਰੀ 'ਚ ਬੈਠੇ ਜਾਂ ਸੁਣਦੇ ਹਾਂ, ਸਾਡਾ ਗੁਰਬਾਣੀ ਨਾਲ ਪਿਆਰ ਬਣੇ, ਸਾਡਾ ਸੰਗਤ ਨਾਲ ਪਿਆਰ ਬਣੇ, ਤਾਂ ਕਿ ਅਸੀਂ ਆਤਮਕ ਤੌਰ 'ਤੇ ਇੰਨੇ ਮਹਾਨ ਬਣ ਜਾਈਏ ਕਿ ਉਹ ਵਾਹਿਗੁਰੂ ਜੀ ਦੀਆਂ ਨਜ਼ਰਾਂ 'ਚ ਪ੍ਰਵਾਨ ਹੋ ਜਾਈਏ। ਜਦੋਂ ਪਰਮਾਤਮਾ ਤੁਰਟ ਗਿਆ ਨਾ, ਸਾਹਿਬ ਜੀ ਕਹਿੰਦੇ ਨੇ ਬਸ ਸਾਡਾ ਜੀਵਨ ਨਿਹਾਲ ਹੋ ਜਾਏਗਾ,
ਜਿਹੜਾ ਬੰਦਾ ਪਰਮਾਤਮਾ ਦੀ ਰਹਿ ਬੰਦਾ ਪਾਤਰ ਬਣਦਾ ਉਹ ਹਮੇਸ਼ਾ ਮਨੁੱਖਤਾ ਦੇ ਭਲੇ ਦੀ ਗੱਲ ਕਰਦਾ, ਉਹ ਹਮੇਸ਼ਾ ਮਾਨਵਤਾ 'ਚ ਏਕਤਾ ਦੀ ਗੱਲ ਕਰਦਾ, ਹਮੇਸ਼ਾ ਮਨੁੱਖੀ ਬਰਾਬਰਤਾ ਦੀ ਗੱਲ ਕਰਦਾ। ਅਤੇ ਇਹੀ ਉਪਦੇਸ਼ ਸਾਨੂੰ ਸਾਡੇ ਸਤਿਗੁਰੂ ਜੀ ਨੇ ਦਿੱਤਾ। ਗੁਰੂ ਚਰਨਾਂ 'ਚ ਅਰਦਾਸ ਹੈ ਆਪਾਂ ਵੀ ਕੇਵਲ ਬਾਹਰਲੀ ਰਹਿਤ ਤੱਕ ਨਾ, ਅੰਦਰਲੀ ਰਹਿਤ ਨਾਲ ਜੁੜੀਏ। ਬਾਹਰਲੀ ਰਹਿਤ ਹੁੰਦੀ ਆਪਾਂ ਨੂੰ ਮਹਿਸੂਸ ਹੁੰਦਾ, ਕਦੀ ਸੋਚਿਆ ਕਰੀ ਆਪਾਂ ਝੂਠ ਨਹੀਂ ਬੋਲਦੇ, ਸਾਡੇ ਕੋਲੋਂ ਕਿਸੇ ਦਾ ਹੱਕ ਤਾਂ ਨਹੀਂ ਮਾਰਿਆ ਜਾਂਦਾ, ਸਾਡੇ ਕੋਲੋਂ ਕਿਸੇ ਦਾ ਦਿਲ ਤਾਂ ਨਹੀਂ ਦਿਖਾਇਆ ਜਾਂਦਾ। ਜੇ ਆਪਾਂ ਦਿਖਾ ਰਹੇ ਹਾਂ ਤਾਂ ਉਹ ਵੀ ਇੱਕ ਕੁਰਹਿਤ ਹੀ ਹੈ ਜ਼ਿੰਦਗੀ ਦੇ ਅੰਦਰ, ਉਹ ਵੀ ਔਗਣ ਹੈ। ਉਹਦੇ ਤੋਂ ਬਚਾਂਗੇ ਤਾਂ ਸਾਡੀ ਸ਼ਖਸੀਅਤ ਦਾ ਵਿਕਾਸ ਹੋਵੇਗਾ। ਇੰਨੀਆਂ ਬੇਨਤੀਆਂ ਪ੍ਰਵਾਨ ਕਰਨੀਆਂ, ਭੁੱਲ ਚੁੱਕ ਦੀ ਖਿਮਾ, ਆਪ ਸਰਬੱਤ ਦਾ ਧੰਨਵਾਦ। ਵਿਸਾਖੀ ਦਾ ਪੁਰਬ ਆ ਰਿਹਾ, ਬੜੀ ਖੁਸ਼ੀ ਇੱਥੇ ਅੰਮ੍ਰਿਤ ਸੰਚਾਰ ਹੋਇਆ, ਬੇਅੰਤ ਸਿੰਘਾਂ ਨੇ ਗੁਰੂ ਦੇ ਦਰ 'ਤੇ ਆ ਕੇ ਖੰਡੇ ਬਾਟੇ ਦਾ ਅੰਮ੍ਰਿਤ ਛਕਿਆ। ਆਪਾਂ ਵੀ ਗੁਰੂ ਵਾਲੇ ਬਣੀਏ। ਦੇਖੋ, ਗੁਰੂ ਵਾਲੇ ਬਣਨ ਦਾ ਅਰਥ ਹੈ ਆਪਣੇ ਜੀਵਨ ਨੂੰ ਸਵਾਰਨਾ, ਇਹ ਕੋਈ ਗੁਰੂ 'ਤੇ ਅਹਿਸਾਨ ਨਹੀਂ ਹੈ। ਗੁਰੂ ਵਾਲੇ ਬਣ ਕੇ ਆਪਾਂ ਗੁਰੂ ਦੀ ਫੌਜ 'ਚ, ਗੁਰੂ ਦੇ ਬਾਣੀ ਦੇ ਬਾਣੀ ਦੇ ਧਾਰਨੀ ਬਣ ਕੇ ਜ਼ਿੰਦਗੀ ਦਾ ਲਾਭ ਪ੍ਰਾਪਤ ਕਰੀਏ। ਭੁੱਲ ਚੁੱਕ ਦੀ ਖਿਮਾ ਜੀ, ਸਰਬੱਤ ਦਾ ਆਪ ਜੀ ਦਾ ਧੰਨਵਾਦ। ਬਹੁਤ ਸੋਹਣਾ ਆਪ ਜੀ ਦੇ ਪ੍ਰੋਗਰਾਮ ਹੁੰਦੇ ਨੇ। ਸਤਿਗੁਰੂ ਤੁਹਾਨੂੰ ਸਾਰਿਆਂ ਨੂੰ, ਸਮੂਹ ਪ੍ਰਬੰਧਕਾਂ ਨੂੰ, ਵੀਰਾਂ ਨੂੰ, ਸੰਗਤਾਂ ਨੂੰ ਚੜ੍ਹਦੀ ਕਲਾ ਦੀ ਦਾਤ ਬਖਸ਼ਣ। ਪਿਆਰ ਸਰ ਫਤਿਹ ਬੁਲਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ।